ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਕਰਦਾ ਜੀ ਅੱਜ ਦੀ ਫਿਰ ਇੱਕ ਨਵੀਂ ਵੀਡੀਓ ਦੇ ਵਿੱਚ। ਅਤੇ ਅੱਜ ਦੀ ਜਿਹੜੀ ਸਾਡੀ ਵੀਡੀਓ ਹੈ, ਇਹਦੇ ਵਿੱਚ ਅਸੀਂ ਜੋ ਸਾਡੇ ਸਿੱਖ ਕੌਮ ਦੇ ਇੱਕ ਬੜੇ ਮਹਾਨ ਵਿਦਵਾਨ ਹੋਏ ਨੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਜਿਨ੍ਹਾਂ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਅਤੇ ਬਹੁਤ ਸਾਰੀਆਂ ਹੋਰ ਵੀ ਰਚਨਾਵਾਂ ਬੜੀਆਂ ਪ੍ਰਸਿੱਧ ਨੇ, ਅਤੇ ਉਹਨਾਂ ਦੀਆਂ ਹੀ ਰਚਨਾਵਾਂ ਦੇ ਵਿੱਚੋਂ ਇੱਕ ਪੁਸਤਕ ਜਿਹੜੀ ਆ ਗੁਰੂ ਨਾਨਕ ਚਮਤਕਾਰ, ਉਹਦੇ ਵਿੱਚੋਂ ਇੱਕ ਵਿਸ਼ਾ ਜੋ ਇਤਿਹਾਸ ਦੇ ਨਾਲ ਜੁੜਿਆ ਹੋਇਆ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ, ਉਹਨੂੰ ਅਸੀਂ ਅੱਜ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਉਸ ਵਿਸ਼ੇ ਦਾ ਜਿਹੜਾ ਨਾਮ ਹੈ, ਜੋ ਗੁਰੂ ਨਾਨਕ ਚਮਤਕਾਰ ਦੇ ਵਿੱਚ ਵੀ ਭਾਈ ਵੀਰ ਸਿੰਘ ਜੀ ਨੇ ਦਿੱਤਾ ਹੋਇਆ, ਜੋ ਤੁਸੀਂ ਸਕਰੀਨ 'ਤੇ ਵੇਖ ਰਹੇ ਹੋ, ਪਿਆਲੇ ਦੀ ਵਰੇ ਗੰਢ। ਇਹਦੇ ਵਿੱਚ ਭਾਈ ਵੀਰ ਸਿੰਘ ਜੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀਆਂ ਉਦਾਸੀਆਂ ਦਾ ਜ਼ਿਕਰ ਕਰਦੇ ਨੇ ਵੀ ਜਦੋਂ ਗੁਰੂ ਨਾਨਕ ਦੇਵ ਸਾਹਿਬ ਉਦਾਸੀ 'ਤੇ ਹੁੰਦੇ ਸੀ, ਘਰੋਂ ਬਾਹਰ ਹੁੰਦੇ ਸੀ, ਅਤੇ ਪਹਿਲੀ ਉਦਾਸੀ 'ਤੇ ਮੰਨ ਲਓ ਜਿਵੇਂ ਗਏ ਔਰ ਕਈ ਸਾਲਾਂ ਬਾਅਦ ਉਹ ਵਾਪਸ ਘਰ ਮੁੜੇ ਸੀ, ਅਤੇ ਪਿੱਛੇ ਜਿਹੜਾ ਉਹਨਾਂ ਦਾ ਪਰਿਵਾਰ ਹੈ, ਮਾਤਾ ਪਿਤਾ ਜਾਂ ਉਹਨਾਂ ਦੀ ਭੈਣ ਬੇਬੇ ਨਾਨਕੀ ਜਾਂ ਰਾਏ ਬੁਲਾਰ ਜੀ, ਹੋਰ ਜਿੰਨੇ ਵੀ ਲੋਕ ਸੀ ਉਹਨਾਂ ਨੂੰ ਪਿਆਰ ਕਰਨ ਵਾਲੇ, ਉਹ ਕਿਵੇਂ ਗੁਰੂ ਨਾਨਕ ਦੇਵ ਸਾਹਿਬ ਨੂੰ ਯਾਦ ਕਰਦੇ ਹੁੰਦੇ ਸਨ, ਜਾਂ ਫਿਰ ਉਹਨਾਂ ਦੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਕਿਵੇਂ ਉਡੀਕ ਕੀਤੀ ਜਾਂਦੀ ਸੀ, ਅਤੇ ਉਹਨਾਂ ਦਾ ਜਿਹੜਾ ਅੰਦਰ ਦੀ ਜਿਹੜੀ ਤੜਫ ਸੀ ਜਾਂ ਦਰਸ਼ਨਾਂ ਦੀ ਜਿਹੜੀ ਪਿਆਸ ਹੁੰਦੀ ਸੀ ਅੰਦਰ, ਉਹ ਕਿਸ ਤਰ੍ਹਾਂ ਦੀ ਹੁੰਦੀ ਸੀ। ਭਾਈ ਵੀਰ ਸਿੰਘ ਜੀ ਨੇ ਆਪਣੀ ਇਸ ਰਚਨਾ 'ਚ ਜ਼ਿਕਰ ਕੀਤਾ, ਕੁਝ ਸ਼ਬਦ ਇਸ ਤਰ੍ਹਾਂ ਦੇ ਵੀ ਨੇ ਜੋ ਕਾਫੀ ਪੁਰਾਣੇ ਸ਼ਬਦ ਨੇ, ਜਿਵੇਂ ਕਿ ਰਚਨਾ ਜਿਹੜੀ ਹੈ ਲਗਭਗ 100 ਸਾਲ ਤੋਂ ਉੱਤੇ ਟਾਈਮ ਹੋ ਗਿਆ ਇਹਨੂੰ ਲਿਖੀ ਹੋਈ ਨੂੰ, ਅਤੇ ਕੁਝ ਸ਼ਬਦ ਜਿਹੜੇ ਨੂੰ ਸਾਨੂੰ ਥੋੜ੍ਹੇ ਜਿਹੇ ਨਵੇਂ ਵੀ ਸੁਣਨ ਵਿੱਚ ਲੱਗ ਸਕਦੇ ਨੇ, ਪਰ ਇਹ ਸਾਡੀ ਪੁਰਾਣੀ ਜਿਹੜੀ ਠੇਠ ਪੰਜਾਬੀ ਭਾਸ਼ਾ ਦੇ ਸ਼ਬਦ ਹੋਣਗੇ। ਅਤੇ ਆਓ ਆਪਾਂ ਸ਼ੁਰੂਆਤ ਕਰਦੇ ਹਾਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਰੇ। ਭਾਈ ਵੀਰ ਸਿੰਘ ਜੀ ਜੋ ਵਰਣਨ ਕਰ ਰਹੇ ਨੇ ਜਦੋਂ ਉਦਾਸੀਆਂ 'ਤੇ ਸਨ, ਅਤੇ ਪਿੱਛੇ ਪਰਿਵਾਰ ਜਾਂ ਉਹਨਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਕਿਵੇਂ ਦੀ ਹਾਲਤ ਸੀ। ਪਿਆਰੇ ਦੀ ਵਰੇ ਗੰਢ, ਇਸ ਜੋ ਸਿਰਲੇਖ ਨਾਲ ਭਾਈ ਸਾਹਿਬ ਜੀ ਸ਼ੁਰੂਆਤ ਕਰਦੇ ਨੇ ਆਪਣੇ ਇਸ ਅੱਜ ਦੇ ਵਿਸ਼ੇ ਦੀ, ਜੋ ਜਿਹਨੂੰ ਅਸੀਂ ਵਿਚਾਰ ਰਹੇ ਹਾਂ, ਮਿੱਠੀ ਗੁਲਾਬੀ ਰੁੱਤ ਠੰਡੀ ਠੰਡੀ ਪਿਆਰੀ ਪਿਆਰੀ ਪਾਉਣ, ਅਤੇ ਪਿਛਲੀ ਰਾਤ ਦਾ ਸਰਦ ਚੰਦਰਮਾ ਮਿੱਠੀ ਚਾਂਦਨੀ ਦੀ ਵਰਖਾ ਕਰਨ ਵਿੱਚ ਮਸਤ ਹੈ, ਨਿੱਕੀ ਨਿੱਕੀ ਤਰੇਲ ਦੀ ਬੇਮਲੂਮੀ ਫੁਹਾਰ ਤ੍ਰੈ ਸਮੇਂ ਨੂੰ ਪਿਆਰਾ ਪਿਆਰਾ ਬਣਾ ਰਹੇ ਹਨ। ਪੀਲੂ ਦੇ ਵਣ ਕੀਕੂ ਪਤਲੇ ਪਤਲੇ ਪੱਤਰ ਹਿਲਾ ਰਹੇ ਹਨ, ਅਤੇ ਇਹਨਾਂ ਦੀਆਂ ਵਿੱਥਾਂ ਵਿੱਚੋਂ ਚਾਂਦਨੀ ਦੀਆਂ ਰਿਸਮਾਂ ਧਰਤੀ ਉੱਤੇ ਪੈ ਕੇ ਕਿਹਾ ਛਾ ਅਤੇ ਚਾਨਣੇ ਦਾ ਚਿੱਤਰ ਮਿੱਤਰਾ ਫਰਸ਼ ਵਿਛਾ ਰਹੀਆਂ ਹਨ। ਇਸ ਚਿੱਤ ਮਿਤਾਲੇ ਚਾਨਣੇ ਦੇ ਹਨੇਰੇ ਦੇ ਜੱਫੀਆਂ ਭਰਵੇਂ ਛਾਏ ਵਿੱਚ ਇੱਕ ਚੌਂਕੀ ਪਰ ਇੱਕ ਬਿਰਧ ਪੁਰਖ ਤਕੀਏ ਦੀ ਢੋ ਲਾਈ ਬੈਠਾ ਹੈ, ਦੋਵੇਂ ਹੱਥ ਖੁੱਲ੍ਹੇ ਬਿਥਵੇ ਪਏ ਹਨ, ਅਤੇ ਅੱਗੇ ਇੱਕ ਮਾਲਾ ਜਾਂ ਤਸਬੀ ਕਪੂਰਾਂ ਦੀ ਪਈ ਹੈ, ਅੱਖਾਂ ਬੰਦ ਹਨ, ਸਰੀਰ ਅਡੋਲ ਹੈ, ਅਤੇ ਸਵਾਸ ਬਹੁਤ ਧੀਮਾ ਅਤੇ ਟਿਕਵਾਂ ਆ ਜਾ ਰਿਹਾ ਹੈ। ਅੰਮ੍ਰਿਤ ਵੇਲਾ ਇਸੇ ਤਰ੍ਹਾਂ ਹੀ ਬਤੀਤ ਹੋ ਗਿਆ, ਪਉ ਦਾ ਪਹਿਲਾ ਫੁਟਾਲਾ ਵੀ ਲੰਘ ਗਿਆ, ਅਤੇ ਹੁਣ ਪਉ ਦਾ ਦੁੱਧ ਰੰਗਾ ਚਾਨਣਾ ਸਾਰੇ ਫੈਲ ਗਿਆ, ਚਿੜੀਆਂ ਤੋਤਿਆਂ ਦੀਆਂ ਚੋਚਲੀਆਂ ਬੋਲੀਆਂ ਨਾਲ ਬਣ ਮਨ ਨੂੰ ਸੁੱਤਾ ਜਾਗ ਪਿਆ,
ਇਸ ਵੇਲੇ ਨੂਰ ਭਰੇ ਚਿਹਰੇ ਵਾਲੇ ਬਿਰਧ ਦੇ ਨੈਣ ਖੁੱਲ੍ਹ ਗਏ, ਹੱਥ ਮਾਲਾ ਪਰ ਜਾ ਪਏ, ਅੱਖਾਂ ਵਿੱਚੋਂ ਇੱਕ ਦੋ ਹੰਝੂ ਕਿਰ ਪਏ ਔਰ ਇੱਕ ਬੜੀ ਦਰਦ ਭਰੀ ਸੁਰ ਨਾਲ ਇਹ ਵਾਕ ਉਸਦੇ ਕਮਜ਼ੋਰ ਪਰ ਅਡੋਲ ਗਲੇ ਤੋਂ ਨਿਕਲੇ। ਸੁਣ ਨਾ ਪ੍ਰਭੂ ਜੀਓ ਇਕੇਲੜੀ ਬਨ ਮਾਹੇ, ਕਿਉਂ ਧੀਰੈ ਗੀ ਨਾ ਬਿਨਾ ਪ੍ਰਭ ਵੇ ਪ੍ਰਵਾਹੇ। ਧਨ ਨਾ ਬਾਜੋ ਰਹਿ ਨਾ ਸਾਕੈ, ਬਿਖ ਮਰੈਣ ਕਨੇਰੀਆ, ਨਹਿ ਨੀਂਦ ਆਵੈ ਪ੍ਰੇਮ ਪਾਵੈ, ਸੁਣ ਬੇਨੰਤੀ ਮੇਰੀਆ। ਬਾਜੋ ਪਿਆਰੇ ਕੋਏ ਨਾ ਸਾਰੇ, ਇਹ ਕਲੜੀ ਕੁਰਲਾਏ, ਨਾਨਕ ਸਾ ਧਨ ਮਿਲੈ ਮਿਲਾਈ, ਬਿਨ ਪ੍ਰੀਤਮ ਦੁੱਖ ਪਾਏ। ਇਹ ਗੁਰਬਾਣੀ ਦਾ ਸ਼ਬਦ ਹੈ ਜਿਹਦਾ ਜ਼ਿਕਰ ਭਾਈ ਵੀਰ ਸਿੰਘ ਜੀ ਕਰ ਰਹੇ ਨੇ। ਇਸ ਦੇ ਨਾਲ ਅੱਖਾਂ ਵਿੱਚੋਂ ਕੋਈ ਕੋਈ ਹੰਝੂ ਇਉਂ ਕਿਰਦਾ, ਗੱਲਾਂ ਦੀ ਵੱਟਦਾਰ ਖਲੜੀ ਤੋਂ ਰਿੜਦਾ ਜਾ ਰਿਹਾ ਹੈ। ਜਿਕੂ ਪੱਤ ਝੜੀ ਉੱਤੇ ਤਰੇਲ ਦਾ ਕੋਈ ਕੋਈ ਕਿਣਕਾਂ ਕਮਲਾਉਂਦੇ ਹੋਏ ਪੱਤਰਾਂ ਤੋਂ ਡਿੱਗਦਾ ਹੇਠਾਂ ਨੂੰ ਰਿੜ ਜਾਂਦਾ ਹੈ। ਪਲ ਮਗਰੋਂ ਫਿਰ ਅੱਖਾਂ ਬੰਦ ਹੋ ਗਈਆਂ ਔਰ ਹੱਥ ਮਣਕਿਆਂ 'ਤੇ ਫਿਰਦਾ ਰਿਹਾ ਅਤੇ ਫਿਰ ਆਵਾਜ਼ ਵੈਰਾਗ ਦੀ ਭਰੀ ਸੁਰ ਨਾਲ ਨਿਕਲੀ। ਡੂੰਗਰ ਦੇਖ ਡਰਾਵਣੋ ਪੀੜੈ ਡਰੀਆਸ, ਉੱਚੋ ਪਰਬਤ ਗਾਖੜੋ ਨਾ ਪੌੜੀ ਤਿਤਤਾਸ, ਗੁਰਮੁਖ ਅੰਤਰ ਜਾਣਿਆ ਗੁਰ ਮੇਲੀ ਤਰਿਆਸ, ਭਾਈ ਰੇ ਭਵਜਲ ਬਿਖਮ ਡਰਾਓ, ਪੂਰਾ ਸਤਿਗੁਰੂ ਰਸ ਮਿਲੈ ਗੁਰ ਤਾਰੇ ਹਰ ਨਾਉ ਰਹਾਓ। ਚੱਲਾਂ ਚੱਲਾਂ ਜੇ ਕਰੀ ਜਾਣਾ ਚੱਲਣ ਹਾਰ, ਜੋ ਆਇਆ ਸੋ ਚਲ ਸੀ ਅਮਰ ਸੋ ਗੁਰ ਕਰਤਾਰ, ਪੀ ਸੱਚਾ ਸਲਾਹਣਾ ਸੱਚੈ ਥਾਣ ਪਿਆਰ, ਦਰ ਘਰ ਮਹਿਲਾਂ ਸੋਹਣੇ ਪੱਕੇ ਕੋਟ ਹਜ਼ਾਰ, ਹਸਤੀ ਘੋੜੇ ਪਾਖਰੇ ਲਸ਼ਕਰ ਲੱਖ ਅਪਾਰ, ਕਿਸ ਹੀ ਨਾਲ ਨਾ ਚੱਲਿਆ ਖੱਪ ਖੱਪ ਹੋਏ ਅਸਾਰ, ਸੋਇਨਾ ਰੂਪਾ ਸੰਚੀਐ ਮਾਲ ਜਾਲ ਜੰਜਾਲ, ਸਭ ਜਗ ਮੈਂ ਦੋਹੀ ਫੇਰੀਐ ਬਿਨ ਨਾਮੈ ਸਿਰ ਖਾਲ, ਪਿੰਡ ਪੜੈ ਜੀਉ ਖੇਲ ਸੀ ਬਦ ਫੈਲੀ ਕਿਆ ਹਾਲ, ਕੁੱਤਾ ਦੇਖ ਵਿਗਸੀਐ ਨਾਰੀ ਸੇਜ ਪਤਾਰ, ਚੋਹਾ ਚੰਦਨ ਲਾਈਐ ਕਾਪੜ ਰੂਪ ਸ਼ਿੰਗਾਰ, ਖੇਹੂ ਖੇਰ ਲਾਈਐ ਛੋੜ ਚਲੈ ਘਰ ਬਾਰ, ਮਹਿਰ ਮਲੂਕ ਕਹਾਈਐ ਰਾਜਾ ਰਾਓ ਕੇ ਖਾਣ, ਚੌਧਰੀ ਰਾਓ ਸਦਾਈਐ ਜਲ ਬਲੀਐ ਅਭਿਮਾਨ, ਮਨਮੁਖ ਨਾਮ ਵਿਸਾਰਿਆ ਜਿਉਂ ਡਵ ਦੱਦਾ ਕਾਣ। ਭਾਈ ਵੀਰ ਸਿੰਘ ਜੀ ਇੱਕ ਬਜ਼ੁਰਗ ਦਾ ਜ਼ਿਕਰ ਕਰ ਰਹੇ ਨੇ, ਜੋ ਤੁਸੀਂ ਪਿੱਛੇ ਸੁਣਿਆ ਨਾ ਵੀ ਉਹ ਸਮਾਧੀ ਲਾ ਕੇ ਬੈਠੇ ਨੇ, ਨਾਮ ਜਪ ਰਹੇ ਨੇ, ਫਿਰ ਗੁਰਬਾਣੀ ਦੇ ਸ਼ਬਦ ਦੇ ਗਾਇਨ ਕਰ ਰਹੇ ਨੇ, ਇੱਕ ਬਜ਼ੁਰਗ ਦਾ ਜ਼ਿਕਰ ਹੈ। ਉਹ ਬਜ਼ੁਰਗ ਕੌਣ ਹੈ ਅੱਗੇ ਭਾਈ ਵੀਰ ਸਿੰਘ ਜੀ ਸਾਨੂੰ ਦੱਸਣਗੇ। ਇਹਨਾਂ ਤੁੱਕਾਂ ਨੂੰ ਗਾਉਂਦੇ ਗਾਉਂਦੇ ਆਵਾਜ਼ ਮੱਧਮ ਪੈ ਗਈ ਅਤੇ ਅੰਤਲੀਆਂ ਤੁੱਕਾਂ ਬਹੁਤ ਹੌਲੀ ਕਹਿੰਦੇ ਆ, ਫਿਰ ਨੇਤਰ ਮੁੰਦੇ ਗਏ। ਹੁਣ ਦਿਨ ਚੜ ਪਿਆ, ਸੂਰਜ ਨੇ ਲਾਸ਼ਾਂ ਛੱਡ ਦਿੱਤੀਆਂ, ਬਿਰਧ ਜੀ ਨੇ ਅੱਖਾਂ ਖੋਲੀਆਂ ਤਾਂ ਪਰਲੇ ਵਣ ਹੇਠੋਂ ਇੱਕ ਦਾਸ ਨੇ ਆਵਾਜ਼ ਕੀਤੀ, ਰਾਏ ਜੀ ਸਦਾ ਰਾਜ ਰਹੇ, ਇੱਕ ਕਾਜੀ ਜੀ ਲਾਹੌਰ ਦੇ ਆਏ ਹਨ। ਜਿਹੜੇ ਬਜ਼ੁਰਗ ਦਾ ਜ਼ਿਕਰ ਭਾਈ ਵੀਰ ਸਿੰਘ ਜੀ ਕਰ ਰਹੇ ਨੇ ਨਾ, ਇਹ ਬਜ਼ੁਰਗ ਕੌਣ ਹੈ? ਇਹ ਨੇ ਜੀ ਰਾਏ ਗੁਲਾਰ ਜੀ, ਰਾਏ ਭੋਏ ਤਲਵੰਡੀ ਦੇ ਰਾਜੇ, ਜੋ ਬਹੁਤ ਜ਼ਿਆਦਾ ਅਮੀਰ ਨੇ, ਹਜ਼ਾਰਾਂ ਏਕੜ ਦੀ ਗਿਣਤੀ ਵਿੱਚ ਜਿਨ੍ਹਾਂ ਕੋਲ ਜ਼ਮੀਨ ਹੈ ਅਤੇ ਜਿਨ੍ਹਾਂ ਦਾ ਪੂਰੇ ਇਲਾਕੇ 'ਚ ਹੁਕਮ ਚੱਲਦਾ, ਉਹਨਾਂ ਦਾ ਜ਼ਿਕਰ ਹੋ ਰਿਹਾ ਜੋ ਭਾਈ ਵੀਰ ਸਿੰਘ ਕਰ ਰਹੇ ਨੇ। ਇੱਕ ਕਾਜੀ ਜੀ ਲਾਹੌਰ ਦੇ ਆਏ ਹਨ, ਸੈਣਤ ਨਾਲ ਰਾਏ ਨੇ ਕਿਹਾ ਲੈ ਆਓ,
ਬਿਰਧ ਪੁਰਖ ਆਪਣੀ ਚੌਂਕੀ ਤੋਂ ਜ਼ਰਾ ਪਿੱਛੇ ਹਟ ਗਿਆ। ਤਲਵਾਰ ਤੇ ਮਾਲਾ ਦੋਵੇਂ ਤਕੀਏ ਪਾਸ ਕਰ ਦਿੱਤੀਆਂ ਤੇ ਇਸ ਥਾਵੇਂ ਕਾਜ਼ੀ ਨੂੰ ਚੌਂਕੀ ਤੇ ਬਿਠਾ ਲਿਆ। ਪਹਿਲਾਂ ਸੁੱਖ ਸ਼ਾਂਤ ਦੀ ਪੁੱਛ ਗਿੱਛ ਤੇ ਅਸੀਸ ਦੇ ਮਗਰੋਂ ਕਾਜ਼ੀ ਨੇ ਕਿਹਾ, ਰਾਏ ਜੀ, ਤੁਹਾਡਾ ਪਿਤਾ ਰਾਏ ਭੋਏ ਬੜਾ ਤਕੜਾ ਯੋਧਾ ਸੀ। ਉਸਨੇ ਤਲਵੰਡੀ ਬੱਧੀ ਸੀ ਤੇ ਲਾਗੇ ਦੇ ਸਾਰੇ ਲਾਕੇ ਮਾਰ ਲਏ ਸੇ ਤੇ ਇੱਥੋਂ ਤਾਈਂ ਜੋ ਨੇਕਾਂ ਪਿੰਡ ਨਾਲ ਰਲਾ ਕੇ ਇਹ ਤਪਾ ਵੱਡਾ ਕੀਤਾ ਸੀ, ਪਰ ਤੁਸੀਂ ਕੁਝ ਐਸੇ ਸਤੋ ਗੁਣੀ ਹੋਏ ਕਿ 2-3 ਲਾਕੇ ਹੱਥੋਂ ਨਿਕਲ ਗਏ, ਪਰ ਰਤਾ ਫਿਕਰ ਨਹੀਂ ਹੈ। ਆ ਅੱਧੀ ਰਾਤ ਨੂੰ ਉਜਾੜ ਵਿੱਚ ਬੈਠ ਕੇ ਕੀ ਕਰਦੇ ਹੋ? ਫਿਰ ਹਿੰਦੂਆਂ ਦੇ ਬਣਾਏ ਗੀਤ ਗਾਉਂਦੇ ਹੋ, ਸ਼ਰ੍ਹਾਂ ਦੀ ਪਛਾਣ ਹੀ ਨਹੀਂ ਕਰਦੇ। ਕਿੱਥੇ ਰਾਏ ਭੋਏ ਜਿੰਨ ਪਿੰਡੀ ਪੱਟੀਆਂ ਤੋਂ ਨਿਕਲ ਕੇ ਵੱਧਦੇ ਵੱਧਦੇ ਲਾਕੇ ਤੇ ਲਾਕੇ ਮਾਰ ਕੇ ਆਪਣੀ ਤਲਵੰਡੀ ਬੰਨ ਲਈ, ਕਿੱਥੇ ਉਸ ਤਲਵੰਡੀ ਦੇ ਲਾਕੇ ਕੁਝ ਬਾਬਿਓ ਚਾਚਿਓ ਪੱਟੀਆਂ ਨੇ ਹੱਥ ਪਲੱਥ ਮਾਰ ਕੇ ਲੈ ਲਏ ਤੇ ਕੁਝ ਗੁਆਂਢੀਆਂ ਦੇ ਢਏ ਚੜ ਗਏ। ਹੁਣ ਛੇਕੜ ਦੀ ਲੜਾਈ ਵਿੱਚ ਤਲਵੰਡੀ ਹੀ ਚੱਲੀ ਸੀ। ਭਲਾ ਹੋਵੇ ਤੁਹਾਡੇ ਢਾਡੀ ਦਾ ਜਿਨ ਰਾਜ ਭਾਗ ਬਚਾ ਲਿਆ। ਇੱਥੇ ਭਾਈ ਵੀਰ ਸਿੰਘ ਜੀ ਨਾਲ ਜੋ ਢਾਡੀ ਦਾ ਵਰਣਨ ਆਇਆ ਉਹਦਾ ਥੱਲੇ ਜ਼ਿਕਰ ਕਰਦੇ ਨੇ। ਸਮੇਂ ਹਰ ਰਈਸ ਪਾਸ ਢਾਡੀ ਹੁੰਦੇ ਸੀ ਜੋ ਵਾਰਾਂ ਜੋੜਦੇ ਗਾਉਂਦੇ ਅਤੇ ਕੁੱਲਾਂ ਦੇ ਅੰਗ ਪਾਲ ਹੁੰਦੇ ਸੀ। ਉਸ ਸਮੇਂ ਲੜਾਈ ਵਿੱਚ ਹਾਰਨ ਵਾਲੀ ਧਿਰ ਜੇ ਦੂਸਰੀ ਜਿੱਤ ਵਾਲੀ ਧਿਰ ਨੂੰ ਰਾਠ ਮੰਨ ਲਵੇ ਤਦ ਉਹ ਆਪਣੀ ਜਿੱਤ ਸਮਝ ਕੇ ਲੜਨਾ ਬੰਦ ਕਰ ਦਿੰਦੇ ਸੀ ਔਰ ਇਸ ਨੂੰ ਭਾਰੀ ਪੱਤ ਸਮਝਦੇ ਸੀ। ਰਾਏ ਬੁਲਾਰ ਦੇ ਢਾਡੀ ਨੇ ਜਦ ਰਣਤੰਤੇ ਵਿੱਚ ਕਹਿ ਦਿੱਤਾ ਕਿ ਇਹ ਟਾਕੋ, ਮੈਂ ਕਹਿੰਦਾ ਸਾਂ ਕਿ ਅੱਜ ਕੁਵਾਰ ਹੈ ਨਾ ਲੜੋ। ਰਾਏ ਕਹਿੰਦਾ ਸੀ, ਨਹੀਂ ਹੁਣ ਦੱਸੋ ਸੁੱਖਣੇ ਮੈਂ। ਤੇ ਇੱਥੇ ਕਾਜ਼ੀ ਜੀ ਰਾਏ ਬੁਲਾਰ ਜੀ ਨਾਲ ਗੱਲ ਕਰ ਰਹੇ ਨੇ ਵੀ ਤੁਸੀਂ ਹੁਣ ਲੜਨਾ ਹੀ ਛੱਡਤਾ ਤੇ ਪਹਿਲਾਂ ਤੁਹਾਡੇ ਜਿਹੜੇ ਪਿੱਛੇ ਦਾਦੇ ਪੜਦਾਦੇ ਸੀ ਉਹਨਾਂ ਦੇ ਤਲਵੰਡੀ ਦਾ ਬਹੁਤ ਸਾਰਾ ਇਲਾਕਾ ਦੂਰ ਤੱਕ ਫੈਲਾਇਆ, ਪਰ ਤੁਸੀਂ ਚੌਂਕੜਾ ਮਾਰ ਕੇ ਜੰਗਲ 'ਚ ਬੈਠੇ ਹੋ, ਹੱਥ 'ਚ ਮਾਲਾ, ਕਿਹਨੂੰ ਯਾਦ ਕਰ ਰਹੇ ਹੋ? ਕਾਜ਼ੀ ਗੱਲ ਕਰ ਰਿਹਾ ਰਾਏ ਬੁਲਾਰ ਜੀ ਨਾਲ, ਮੈਂ ਸੁਣਿਆ ਹੈ ਜੋ ਜਿਸ ਵੇਲੇ ਤੁਹਾਡੀ ਹਾਰ ਹੋਣ ਲੱਗੀ ਤਦ ਨਿਮਕ ਹਲਾਲ ਢਾਡੀ ਨੇ ਅੱਗੇ ਵੱਧ ਕੇ ਵੈਰੀਆਂ ਦੇ ਮਨ ਨੂੰ ਪੱਠੇ ਪਾ ਕੇ ਕੰਮ ਕੱਢ ਲਿਆ ਤੇ ਰਾਜ ਬਚਾ ਲਿਆ। ਮੈਂ ਗੁਸਤਾਖੀ ਨਾਲ ਬੋਲਿਆ ਹਾਂ, ਪਰ ਪਿਆਰ ਦੇ ਕਾਰਨੇ ਹਾਂ ਅਜੇ ਤੁਸੀਂ ਉਹਨਾਂ ਵਹਿਮਾਂ ਵਿੱਚ ਹੀ ਹੋ। ਲਾਗਦੇ ਖਰਲ ਫਿਰ ਗੋਂਦਾਂ ਗੁੰਦਦੇ ਹਨ ਜੋ ਰਾਏ ਬੁਲਾਰ ਨੂੰ ਖੱਸ ਲਈਏ। ਕੁਝ ਤਾਂ ਤਿਆਰੀ ਕਰ ਰੱਖੋ, ਮੈਂ ਤੁਹਾਡੇ ਪਿਤਾ ਦਾ ਸੰਗੀ ਹੋਣ ਕਰਕੇ ਅੱਜ ਅੱਗੇ ਜਾਂਦਾ ਹੋਇਆ ਇੱਥੇ ਠਹਿਰਿਆ ਹਾਂ। ਆਖੋ ਤਾਂ ਕੁਝ ਲਾਹੌਰ ਤੋਂ ਸਹਾਇਤਾ ਕਰਾ ਦਿਆਂ। ਰਾਏ ਬੁਲਾਰ ਜੀ ਅੱਗੋਂ ਕਹਿੰਦੇ ਨੇ, ਤੁਸੀਂ ਬੜੀ ਕਿਰਪਾ ਕੀਤੀ ਹੈ, ਪਰ ਇਹ ਮੇਰੇ ਵੱਸ ਨਹੀਂ ਹੈ। ਪਿਤਾ ਵਿੱਚ ਪਰਮੇਸ਼ਵਰ ਨੇ ਵੀਰ ਰਸ ਪਾਇਆ ਸੀ ਅਤੇ ਮੇਰੇ ਵਿੱਚ ਵੈਰਾਗ ਪਾਇਆ ਹੈ। ਆਪੋ ਆਪਣੇ ਸੁਭਾਵਾਂ ਵਿੱਚ ਵਰਤਣਾ ਹੈ, ਮੈਂ ਰਾਜ ਦਾ ਦਰੋਹੀ ਨਹੀਂ ਹਾਂ, ਪਰ ਮੈਥੋਂ ਲਸ਼ਕਰ ਚਾੜ ਕੇ ਬੇਗੁਨਾਹ ਪ੍ਰਜਾ ਨੂੰ ਸਤਾਇਆ ਨਹੀਂ ਜਾਂਦਾ। ਹਾਂ, ਜਦ ਮੈਂ ਨਿਰਦੋਸ਼ ਤੇ ਲੋਕੀ ਚੜ ਆਉਂਦੇ ਹਨ ਤਦ ਮੈਂ ਆਪਣੀ ਪ੍ਰਜਾ ਦੀ ਪੂਰੀ ਰਾਖੀ ਕਰਦਾ ਹਾਂ, ਕੋਈ ਕਸਰ ਨਹੀਂ ਬਾਕੀ ਰੱਖਦਾ। ਹਾਰ ਜਿੱਤ ਪਰਮੇਸ਼ਵਰ ਜੀ ਦੇ ਵੱਸ ਹੈ, ਤੁਸੀਂ ਵੇਖ ਲਵੋ। ਜੋ ਭਾਵੇਂ 1-2 ਵੇਰੀ ਹਾਰ ਵੀ ਹੋਈ, ਪਰ ਮੈਂ ਆਪਣੀ ਪ੍ਰਜਾ ਨੂੰ ਲੁੱਟ ਮਾਰ ਤੋਂ ਬਚਾ ਲੈਂਦਾ ਰਿਹਾ ਹਾਂ। ਤੇ ਉਂਝ ਦੀਦਾ ਮੈਨੂੰ ਇਹੋ ਹੈ ਕਿ ਰਾਏ ਭੋਏ ਦੀ ਔਲਾਦ ਬਾਗ ਬੱਚੇ ਦੇ ਲਾਗੇ ਜਾ ਕੇ ਵੱਸੇਗੀ ਤੇ ਇਹ ਤਲਵੰਡੀ ਇੱਕ ਵੇਰੀ ਉਜਾੜ ਹੋ ਕੇ ਫਿਰ ਕਦੇ ਵੱਸੇਗੀ। ਔਰ ਉਸ ਪਿਤਾ ਦੇ ਨਾਮ ਨਾਲੋਂ ਜਿਸ ਨੇ ਧੱਕੇ ਦੇ ਜ਼ੋਰ ਜਿਸ ਨੂੰ ਵਸਾਇਆ ਸੀ ਟੁੱਟ ਕੇ ਉਸ ਪਵਿੱਤਰ ਨਾਮ ਨਾਲ ਫਿਰ ਵੱਸੇਗੀ ਕਿ ਜਿਸ ਨੇ ਸੰਸਾਰ ਨੂੰ ਪਿਆਰ ਨਾਲ ਸਰ ਕਰਨਾ ਹੈ, ਜਿਸ ਦੀ ਨਜ਼ਰ ਵਿੱਚ ਹਿੰਦੂ ਮੁਸਲਮਾਨ ਵੈ
ਦਾ ਵੈਰ ਨਹੀਂ ਪਰ ਦੋ ਅੱਖਾਂ ਸਮਾਨ ਦੋਹਾਂ ਨਾਲ ਪ੍ਰੇਮ ਹੈ। ਜਿਸ ਨੇ ਮੈਨੂੰ ਆਪਣਾ ਧਰਮ ਤੇ ਫਰਜ਼ ਨਿਭਾਉਣ ਤੋਂ ਵੱਖਰਾ ਉਸ ਭਾਰੀ ਪਾਤਸ਼ਾਹੀ ਦਾ ਸਰ ਕਰਨਾ ਸਿਖਲਾਇਆ ਹੈ ਕਿ ਜਿਸ ਦੇ ਲਈ ਅੱਠੇ ਪੈਰ ਮੈਦਾਨ ਗਰਮ ਰਹਿੰਦਾ ਹੈ, ਅੰਮ੍ਰਿਤ ਵੇੜੇ ਜੁੱਟ ਜੁੱਧ ਹੋ ਕੇ ਹਰ ਰੋਜ਼ ਨਵਾਂ ਕਿਲਾ ਸਰ ਹੁੰਦਾ ਹੈ, ਤੇ ਜਿਸ ਦੇ ਸਰ ਹੋਇਆ ਇਸ ਸੰਸਾਰ ਦੇ ਬਖੇੜੇ ਤੋਂ ਸਦਾ ਲਈ ਤੇ ਦੁੱਖ ਸੁੱਖ ਦੇ ਅਸਰ ਹਰਕ ਸੋਗ ਤੋਂ ਜਿਉਂਦੇ ਜੀ ਛੁੱਟੀ ਮਿਲ ਜਾਂਦੀ ਹੈ। ਕਾਜੀ ਜੀ, ਤੁਸੀਂ ਚੰਗਾ ਕੀਤਾ, ਪਰ ਮੇਰੇ ਆਖੇ ਲੱਗੋ ਤਦ ਆਹ ਗੱਲ ਵੀ ਵਿਚਾਰੋ। ਇੱਥੇ ਗੁਰਬਾਣੀ ਦਾ ਸ਼ਬਦ ਦਾ ਜ਼ਿਕਰ ਕਰ ਰਹੇ ਨੇ, ਸੁਣ ਮਨ ਹਸਤੀ ਘਿਓ ਗੁੜ ਖਾਵੇ, ਪੰਜ ਸੈ ਦਾਣਾ ਖਾਏ, ਡੱਕੈ ਫੂਕੈ ਖੇ ਉਡਾਵੈ, ਸ਼ਾਹੇ ਗਏ ਪਛਤਾਏ, ਅੰਧੀ ਫੂਕ ਮੂਈ ਦੇਵਾਨੀ, ਖਸਮ ਮਿੱਟੀ ਫਿਰ ਭਾਨੀ, ਅੱਧ ਗੋਲਾ ਚਿੜੀ ਕਾ ਚੁੱਗਣ, ਗੈਣ ਚੜੀ ਦਿਲ ਲਾਏ, ਖਸਮੈ ਭਾਵੈ ਉਹਾ ਚੰਗੀ ਜੇ ਕਰੇ ਖੁਦਾਏ ਖੁਦਾਏ, ਸ਼ਕਤਾ ਸ਼ੀਹੀ ਮਾਰੇ ਸਹਿ ਮਿਰਿਆ, ਸਭ ਪਿੱਛੇ ਪੈ ਖਾਏ, ਹੋਏ ਸਤਾਣਾ ਘੁਰੈ ਨਾ ਮਾਵੈ, ਸ਼ਾਹੇ ਗਏ ਪਛਤਾਏ, ਅੰਧਾ ਕਿਸ ਨੂੰ ਬੁੱਕ ਸੁਣਾਵੈ, ਖਸਮੈ ਮੂਲ ਨਾ ਪਾਵੈ, ਅੱਕ ਸਿਉ ਪ੍ਰੀਤ ਕਰੇ ਅੱਕ ਤਿੱਡਾ, ਅੱਕ ਡਾਲੀ ਬਹਿ ਖਾਏ, ਖਸਮੇ ਭਾਵੈ ਉਹ ਚੰਗਾ ਜੇ ਕਰੇ ਖੁਦਾਏ ਖੁਦਾਏ, ਨਾਨਕ ਦੁਨੀਆ ਚਾਰ ਦਿਹਾੜੇ, ਸੁੱਖ ਕੀਤਾ ਦੁੱਖ ਹੋਈ, ਗੱਲਾਂ ਵਾਲੇ ਹੈਣ ਘਨੇਰੇ ਛੱਡ ਨਾ ਸਕੈ ਕੋਈ, ਮੱਖੀ ਮਿੱਠੇ ਮਰਨਾ ਜਿਨ ਤੂੰ ਰੱਖੈ, ਤਿੰਨ ਨੇੜ ਨਾ ਆਵੈ, ਤਿੰਨ ਪਉ ਸਾਗਰ ਤਰਨਾ। ਹੁਣ ਕਾਜੀ ਜੀ ਕਹਿੰਦੇ ਨੇ ਰਾਏ ਬੁਲਾਰ ਨੂੰ ਕਿ ਇਸੇ ਕਰਕੇ ਮੈਂ ਆਖਦਾ ਹਾਂ ਕਿ ਤੁਸੀਂ ਨਿਤਾਣੇ ਹੋ ਗਏ ਹੋ। ਅੱਗੋਂ ਰਾਏ ਜੀ ਕਹਿੰਦੇ ਨੇ ਕਾਜੀ ਸਾਹਿਬ ਇਸ ਕਰਕੇ ਤਾਂ ਮੈਂ ਪਰਮੇਸ਼ੁਰ ਤੋਂ ਮੰਗਦਾ ਹਾਂ ਕਿ ਜੇ ਜੋ ਉਹ ਮੈਨੂੰ ਐਸਾ ਤਾਣ ਦੇਵੇ ਜੋ ਆਪਣੀ ਪ੍ਰਜਾ ਲਈ ਸਾਰਾ ਸੁੱਖ ਵਾਰ ਦਿਆਂ। ਮੇਰਾ ਮਤਲਬ ਇਹ ਤਾਂ ਨਹੀਂ ਹੈ ਕਿ ਜੋ ਰਾਜ ਛੱਡ ਕੇ ਟੁੱਕਰ ਮੰਗਾਂ, ਪਰ ਹੰਕਾਰ ਵਿੱਚ ਮੱਤੇ ਅਤੇ ਪਰਮੇਸ਼ੁਰ ਤੋਂ ਭੁੱਲੇ ਰਾਜਾ ਨਾਲੋਂ ਗੋਦੜੀ ਵਿੱਚ ਬੈਠਾ ਖੁਦਾ ਦਾ ਪਿਆਰਾ ਅਤੇ ਪਰਮੇਸ਼ੁਰ ਦਾ ਭਗਤ ਚੰਗਾ ਹੈ। ਕਿਵੇਂ ਮੈਂ ਚਾਹੁੰਦਾ ਹਾਂ ਜੋ ਰਾਜ ਕਰਦਾ ਮੈਂ ਫੁੱਟ ਨਾ ਨਿਕਲਾਂ, ਪਰ ਪਰਮੇਸ਼ੁਰ ਦੇ ਪਿਆਰ ਵਿੱਚ ਰਹਾਂ, ਜਨਮ ਦਾ ਲਾਹਾ ਲਵਾਂ ਅਤੇ ਪ੍ਰਜਾ ਪਾਲਣ ਅਤੇ ਰੱਖਿਆ ਦਾ ਧਰਮ ਪੂਰਾ ਨਿਭਾਹਾਂ। ਤੁਸੀਂ ਕਿਰਪਾ ਕਰਕੇ ਮੈਨੂੰ ਦੱਸੋ ਜੋ ਤੂੰ ਫਲਾਣਾ ਫਰਜ਼ ਪੂਰਾ ਨਹੀਂ ਕੀਤਾ, ਤਦ ਮੈਂ ਹੋਰ ਯਤਨ ਕਰਾਂ ਅਤੇ ਦੁਆ ਕਰਾਂ ਜੋ ਨਿਰੰਕਾਰ ਮੈਨੂੰ ਹੋਰ ਸੇਵਾ ਦਾ ਬਲ ਬਖਸ਼ੇ। ਸ਼੍ਰੀ ਪਰਮੇਸ਼ੁਰ ਜੀ ਮੈਥੋਂ ਆਪਣਾ ਮਰਜ਼ੀ ਆਪ ਪੂਰੀ ਕਰਵਾ ਲੈਣ ਦੀ ਦਾਤ ਬਖਸ਼ਣ ਅਤੇ ਅੱਗੇ ਪ੍ਰਜਾ ਅਤੇ ਭਾਗ ਨਿਤਾਰੇ ਹਨ। ਕਾਜੀ ਅੱਗੋਂ ਕਹਿੰਦਾ ਤੁਹਾਡੇ ਪ੍ਰਜਾ ਪਾਲਕ ਅਤੇ ਪ੍ਰਜਾ ਰੱਖਕ ਹੋਣ ਵਿੱਚ ਤਾਂ ਕਸਰ ਨਹੀਂ, ਪਰ ਹਿੰਦੂ ਫਕੀਰ ਨੂੰ ਮੱਥੇ ਟੇਕਣੇ ਅਤੇ ਆਪਣੇ ਹੀ ਘਰ ਦੇ ਇੱਕ ਕਾਲੂ ਨਾਮ ਦੇ ਮਹਿਤੇ ਦੇ ਪੁੱਤ ਨੂੰ ਪੀਰ ਮੰਨਣ ਦੇ ਕਾਰਨ ਭਾਰੀ ਦੁੱਖ ਉੱਠਦਾ ਹੈ। ਤੁਸੀਂ ਹੁਣੇ ਹੀ ਆਖਿਆ ਜੋ ਤਲਵੰਡੀ ਤੋਂ ਰਾਏ ਭੋਏ ਦਾ ਨਾਂ ਮਿੱਟ ਕੇ ਉਸ ਹਿੰਦੂ ਫਕੀਰ ਦਾ ਨਾਂ ਪੈ ਜਾਏਗਾ। ਇੱਥੇ ਜ਼ਿਕਰ ਕਰ ਰਹੇ ਨੇ ਵੀ ਜੋ ਰਾਏ ਭੋਏ ਦੀ ਤਲਵੰਡੀ ਹੈ ਨਾ, ਰਾਏ ਬੁਲਾਰ ਜੀ ਨੇ ਕਿਹਾ ਸੀ ਵੀ ਇਹਦਾ ਨਾਂ ਮਿੱਟ ਜਾਣਾ ਹੈ, ਇਹ ਗੁਰੂ ਨਾਨਕ ਦੇਵ ਸਾਹਿਬ ਦੇ ਨਾਮ ਤੋਂ ਪ੍ਰਸਿੱਧ ਹੋਏਗੀ ਜਿਵੇਂ ਅਸੀਂ ਨਨਕਾਣਾ ਸਾਹਿਬ ਕਹਿੰਦੇ ਹਾਂ, ਉਹਦਾ ਜ਼ਿਕਰ ਕਾਜੀ ਨਾਲ ਚੱਲ ਰਿਹਾ। ਤੇ ਕਾਜੀ ਕਹਿੰਦਾ ਖਿਮਾ ਕਰਨੀ ਇਹ ਗੱਲ ਸੋਹਣੀ ਨਹੀਂ। ਕਾਜੀ ਇਤਰਾਜ਼ ਕਰ ਰਿਹਾ ਰਾਏ ਬੁਲਾਰ ਜੀ ਨਾਲ। ਰਾਏ ਬੁਲਾਰ ਜੀ ਅੱਗੋਂ ਕਹਿੰਦੇ ਨੇ ਉਹਨਾਂ ਦੇ ਨੈਣ ਜਿਹੜੇ ਨੇ ਸੇਜਲ ਹੋ ਗਏ, ਜਲ ਨਾਲ ਭਰ ਗਏ, ਤੇ ਕਾਜੀ ਨੂੰ ਕਹਿਣ ਲੱਗੇ ਕਾਜੀ ਜੀ ਮੈਂ ਖਿਮਾ ਕਰਦਾ ਹਾਂ, ਜੋ ਤੁਸੀਂ ਸ਼ਰਧਾ ਤੇ ਪ੍ਰੇਮ ਦੇ ਨਾ ਹੋਣ ਦੇ ਕਾਰਨ ਸੱਚ ਨੂੰ ਨੰਗਾ ਨਹੀਂ ਵੇਖ ਸਕਦੇ। ਉਹ ਹਿੰਦੂ ਫਕੀਰ ਨਹੀਂ ਹੈ, ਉਹ ਜਾਤ ਇਲਾਹੀ ਦਾ ਨੂਰ ਹੈ। ਗੁਰੂ ਨਾਨਕ ਸਾਹਿਬ ਦਾ ਜ਼ਿਕਰ ਹੋ ਰਿਹਾ ਇੱਥੇ। ਔਰ ਜੋ ਕੁਛ ਪੈ ਮੈਂ ਕਿਹਾ ਹੈ ਤਲਵੰਡੀ ਉਹਨਾਂ ਦੇ ਨਾਂ 'ਤੇ ਵਸੇਗੀ, ਇਹ ਸ਼੍ਰੀ ਪਰਮੇਸ਼ਵਰ ਜੀ ਦਾ ਹੁਕਮ ਹੈ, ਕਿਸੇ ਦਾ ਕੀ ਜ਼ੋਰ ਹੈ। ਅਤੇ ਹੋਰ ਮੈਂ ਬਹਿਸਾਂ
ਨਹੀਂ ਕਰ ਜਾਣਦਾ, ਪਰ ਉਸ ਪਿਆਰ ਦੇ ਕਾਰਨ ਜੋ ਮੈਨੂੰ ਹਰ ਜੀਵ ਨਾਲ ਹੈ, ਮੈਂ ਚਾਹੁੰਦਾ ਹਾਂ ਜੋ ਤੁਸੀਂ ਇੱਕ ਵੇਰ ਦਰਸ਼ਨ ਪਾ ਲਵੋ ਜੋ ਤੁਹਾਨੂੰ ਕੀ ਠੰਡ ਪੈ ਜਾਵੇ। ਇਹ ਕਾਜੀ ਨੇ ਇਹ ਸੁਣ ਕੇ ਕਾਜੀ ਨੇ ਜਾਪਤਾ ਵੀ ਜੋ ਇੱਥੇ ਪ੍ਰੇਮ ਨੇ ਤਣਾਵਾਂ ਕੱਸ ਕੇ ਤਣੀਆਂ ਹਨ, ਮੈਂ ਅੱਗੇ ਹੀ ਵੱਧ ਕੇ ਗੱਲਾਂ ਕਹਿ ਬੈਠਾ ਹਾਂ, ਮਤਾ ਕੁਝ ਵਧੇਰੇ ਨਾ ਸੁਖਾਵੀ ਗੱਲ ਕਹਿ ਬੈਠਾ ਤਾਂ ਥਾਂ ਦਾ ਰਾਜਾ ਹੈ, ਕਿਤੇ ਗੁੱਸਾ ਖਾ ਕੇ ਮਾਰ ਹੀ ਨਾ ਦੇਵੇ। ਭਾਵੇਂ ਸਾਧੂ ਸੁਭਾਅ ਵਾਲਾ, ਪਰ ਰਾਜਿਆਂ ਦੇ ਸੁਭਾਅ ਦਾ ਕੀ ਤਬਾਰ, ਪਲ ਵਿੱਚ ਤੋਲਾ ਪਲ ਵਿੱਚ ਮਾਸਾ। ਇਹ ਕੁਝ ਸੋਚ ਕੇ ਕਾਜੀ ਕੋਈ ਦੋ ਚਾਰ ਟਾਲੇ ਵਾਲੇ ਦੀਆਂ ਹੋਰ ਗੱਲਾਂ ਬਾਤਾਂ ਕਰਕੇ ਉੱਥੋਂ ਵਿਦਿਆ ਹੋ ਗਿਆ। ਉੱਧਰ ਰਾਏ ਜੀ ਨੇ ਇੱਕ ਦਾਸ ਨੂੰ ਮਹਿਤੇ ਕਾਲੂ ਵੰਨੇ ਘੱਲਿਆ ਅਤੇ ਆਪ ਉਸ ਵੈਰਾਗ ਵਿੱਚ ਰੁੜ ਪਿਆ ਜੋ ਗੁਰੂ ਨਾਨਕ ਦੇ ਪ੍ਰੇਮ ਵਿੱਚ ਉਸਨੂੰ ਬੇਬਲ ਕਰ ਲਿਆ ਕਰਦਾ ਸੀ। ਉਸ ਦੇ ਹਿਰਦੇ ਦੇ ਪ੍ਰੇਮ ਵਿਛੋੜੇ ਦੀ ਕੁਛ ਸਮਝ ਇਸ ਗੀਤ ਵਿੱਚ ਅੰਕਿਤ ਹੈ। ਰਾਏ ਬੁਲਾਰ ਜੀ ਨਾ ਜੰਗਲ ਵਿੱਚ ਬੈਠੇ ਨੇ ਇੱਕ ਰਸਤੇ 'ਤੇ, ਕਿਉਂਕਿ ਰਾਏ ਬੁਲਾਰ ਜੀ ਗੁਰੂ ਨਾਨਕ ਦੇਵ ਸਾਹਿਬ ਨੂੰ ਬੜਾ ਜ਼ਿਆਦਾ ਪ੍ਰੇਮ ਕਰਦੇ ਸੀ, ਇੰਨਾ ਜ਼ਿਆਦਾ ਪ੍ਰੇਮ ਕਰਦੇ ਸੀ, ਕਹਿੰਦੇ ਉਹਨਾਂ ਨੇ ਆਪਣੀ ਅੱਧੀ ਜ਼ਮੀਨ ਜੋ ਹਜ਼ਾਰਾਂ ਏਕੜ ਦੇ ਵਿੱਚ ਸੀ ਉਹ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਭੇਟ ਕਰ ਦਿੱਤੀ ਸੀ, ਜੋ ਅੱਜ ਤੱਕ ਨਨਕਾਣਾ ਸਾਹਿਬ ਦੇ ਨਾਮ ਬੋਲਦੀ ਹੈ। ਅਤੇ ਰਾਏ ਬੁਲਾਰ ਜੀ ਹੁਣ ਇੱਕ ਦਿਨ ਨਾ ਨਾਲ ਆਪਣੇ ਨੌਕਰਾਂ ਚਾਕਰਾਂ ਨੂੰ ਲਿਆ, ਰਾਹ 'ਚ ਬਹਿ ਗਏ ਵੀ ਗੁਰੂ ਨਾਨਕ ਦੇਵ ਸਾਹਿਬ ਕਦੋਂ ਆਉਣਗੇ ਅਤੇ ਦਰਸ਼ਨ ਕਰਨੇ ਨੇ ਉਹਨਾਂ ਦੇ। ਹੁਣ ਇੱਥੇ ਜ਼ਿਕਰ ਕਰ ਰਹੇ ਨੇ ਭਾਈ ਵੀਰ ਸਿੰਘ ਜੀ, ਜਦੋਂ ਕਾਜੀ ਚਲਿਆ ਗਿਆ ਅਤੇ ਰਾਏ ਬੁਲਾਰ ਜੀ ਨੇ ਇੱਕ ਨੌਕਰ ਨੂੰ ਭੇਜਿਆ ਮਹਿਤਾ ਕਲਿਆਣ ਦਾਸ ਜੀ ਦੇ ਘਰ, ਭਾਵ ਕਿ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦੇ ਕੋਲ, ਅਤੇ ਬੜੇ ਵਿਰਾਗ ਵਿੱਚ ਰੁੜ ਪਿਆ, ਗੁਰੂ ਨਾਨਕ ਦੇ ਪ੍ਰੇਮ ਵਿੱਚ ਬਹਿਬਲ ਕਰ ਲਿਆ ਕਰਦਾ ਸੀ। ਉਸਦੇ ਹਿਰਦੇ ਦੇ ਪ੍ਰੇਮ ਵਿਛੋੜੇ ਦੀ ਕੁਝ ਸਮਝ ਇਸ ਗੀਤ ਵਿੱਚ ਅੰਕਿਤ ਹੈ। ਰਾਏ ਬੁਲਾਰ ਦੇ ਹਿਰਦੇ ਦੀ ਜਿਹੜੀ ਹਾਲਤ ਹੈ ਨਾ ਪ੍ਰੇਮ ਵਿੱਚ ਗੁਰੂ ਨਾਨਕ ਦੇਵ ਸਾਹਿਬ ਦੇ ਲਈ, ਉਹਦਾ ਜ਼ਿਕਰ ਭਾਈ ਵੀਰ ਸਿੰਘ ਜੀ ਇਸ ਇਹਨਾਂ ਲਾਈਨਾਂ 'ਚ ਕਰ ਰਹੇ ਨੇ। ਰੁੱਖੜਾ ਨਦੀ ਕਿਨਾਰੇ ਠਾਠਾਂ ਹੈ ਨੀਰ ਮਾਰੇ, ਲੱਗੀ ਹੈ ਕੇਰ ਹੇਠਾਂ ਢਹਿੰਦੇ ਪਏ ਕਿਨਾਰੇ। ਉਛਲੇ ਨਦੀ ਚੜ ਆਵੇ ਕੱਪਰ ਪਵਨ ਵਡੇਰੇ, ਘੁੰਮਣ ਤੇ ਘੇਰੀਆਂ ਦੇ ਚੱਕਰ ਚੱਲਣ ਕਰਾਰੇ। ਫੇਰਾ ਹੈ ਰੁੱਤ ਖਾਧਾ ਰੁੱਖੜਾ ਏ ਕੰਬਦਾ ਹੈ, ਪੱਤੇ ਸੁੱਕ ਹੋਏ ਪੀਲੇ ਟਹਿਣੇ ਚੁਰੇਂਦੇ ਸਾਰੇ। ਬੀਤੀ ਬਸੰਤ ਪਿਆਰੀ ਨਾਲੇ ਬਸੰਤ ਵਾਯੂ, ਬੀਤਿਆ ਹੁਨਾਲਾ ਤਿੱਖਾ ਬਰਖਾ ਬੀਤੇ ਹੁਲਾਰੇ। ਰਸ ਰੂਪ ਰੰਗ ਉੱਡ ਕੇ ਕਮਲਾਓ ਛਾ ਰਿਹਾ ਹੈ, ਤੁਰਿਆ ਸੁਹਾਉ ਜਾਂਦਾ ਜਰ ਨੇ ਆ ਪਰ ਖਿਲਾਰੇ। ਰੁੱਖ ਨੇ ਨਿਮਾਨੜੇ ਤੇ ਐਸੀ ਉਦਾਸੀ ਛਾਈ, ਆਸਾਂ ਨਿਰਾਸ਼ ਹੋਈਆਂ ਸਾਰੇ ਹੁਲਾਸ ਹਾਰੇ। ਇਹ ਕਾਫ਼ੀ ਲੰਮਾ ਗੀਤ ਹੈ ਜਿਹਦੇ ਵਿੱਚ ਭਾਈ ਵੀਰ ਸਿੰਘ ਜੀ ਨੇ ਉਹਨਾਂ ਦਾ ਜਿਹੜਾ ਅੰਦਰ ਦੀ ਹਾਲਤ ਸੀ ਉਹਦਾ ਜ਼ਿਕਰ ਉਹਨਾਂ ਨੇ ਆਪਣੇ ਇਸ ਗੀਤ ਦੇ ਵਿੱਚ ਕੀਤਾ ਹੈ। ਅਤੇ ਅੱਗੇ ਫਿਰ ਜ਼ਿਕਰ ਕਰਦੇ ਨੇ, ਦੂਰ ਦੂਰ ਵਣਾਂ ਹੇਠ ਜੋ ਰਾਏ ਦੇ ਸਰੀਰ ਦੇ ਰਾਖੇ ਪਹਿਰੇਦਾਰ ਤੜਕੇ ਤੋਂ ਕੁਝ ਬੈਠੇ ਕੁਝ ਪਹਿਰਾ ਦੇ ਰਹੇ ਸੇ, ਹੁਣ ਉਹਨਾਂ ਦੀ ਥਾਵੇਂ ਹੋਰ ਨੌਕਰ ਆ ਗਏ, ਪਰ ਉਹ ਪਿੰਡ ਬੰਨੇ ਵਗ ਗਏ। ਇੰਨੇ ਚਿਰ ਤੱਕ ਮਹਿਤਾ ਕਾਲੂ ਜੀ ਰਾਏ ਪਾਸ ਆ ਪਹੁੰਚਾ, ਬੜੇ ਆਦਰ ਨਾਲ ਰਾਏ ਜੀ ਨੇ ਬਹਿਲਾਇਆ ਪਰ ਡਾਢੇ ਵਿਰਾਗ ਨਾਲ ਪੁੱਛਿਆ, ਦੇ ਮਹਿਤਾ ਕੋਈ ਖਬਰ ਸਾਡੇ ਜੱਗ ਦੇ ਸੂਰਜ ਅਜੇ ਇਸ ਕਠੋਰ ਧਰਤੀ ਨੂੰ ਦਰਸ਼ਨ ਦਿੰਦੇ ਹਨ ਕਿ ਨਹੀਂ। ਰਾਏ ਬੁਲਾਰ ਜੀ ਮਹਿਤਾ ਕਲਿਆਣ ਦਾਸ ਭਾਵ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਿਤਾ ਨੂੰ ਪੁੱਛ ਰਹੇ ਨੇ, ਘਰੋਂ ਬੁਲਾਇਆ ਉਹਨਾਂ ਨੂੰ, ਜੰਗਲ 'ਚ ਬੈਠੇ ਨੇ, ਰਸਤੇ 'ਤੇ ਮੰਜਾ ਡਾਹ ਲਿਆ, ਨੌਕਰ ਚਾਕਰ ਸਾਰੇ ਬੁਲਾ ਲਏ ਉੱਥੇ,
ਤੇ ਮਹਿਤਾ ਕਲਿਆਣ ਦਾਸ ਨੂੰ ਪੁੱਛਦੇ ਨੇ ਬੜੇ ਵਿਰਾਗ ਵਿੱਚ ਵੀ ਮਹਿਤਾ ਜੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਬਾਰੇ ਕੋਈ ਖਬਰ ਦਿਓ ਵੀ ਉਹ ਕਦੋਂ ਦਰਸ਼ਨ ਦੇਣਗੇ, ਕਈ ਸਾਲ ਹੋ ਗਏ ਉਹਨਾਂ ਨੂੰ ਘਰੋਂ ਗਿਆ ਨੂੰ, ਕੀ ਖਬਰ ਉਹਨਾਂ ਦੀ ਆਈ ਆ ਹੁਣ ਤੱਕ, ਔਰ ਕਦੋਂ ਆਉਣਾ ਉਹਨਾਂ ਨੇ ਵਾਪਸ। ਮਹਿਤਾ ਜੀ ਅੱਗੋਂ ਫਿਰ ਜਵਾਬ ਦਿੰਦੇ ਨੇ ਮਹਿਤਾ ਕਲਿਆਣ ਦਾਸ ਜੀ ਰਾਏ ਬੁਲਾਰ ਜੀ ਨੂੰ। ਮਹਿਤਾ ਜੀ ਕਹਿੰਦੇ ਨੇ ਰਾਏ ਜੀ ਕੀ ਦੱਸਾਂ, ਕੋਈ ਸੋਏ ਨਹੀਂ, ਸੋਏ ਦਾ ਮਤਲਬ ਵੀ ਕੋਈ ਖਬਰ ਨਹੀਂ ਮਿਲੀ ਹੁਣ ਤੱਕ। ਮੈਂ ਤਾਂ ਵਿਆਕੁਲ ਹੋਇਆ ਜਾਂਦਾ ਹਾਂ, ਉਮਰਾਂ ਢਲ ਚੱਲੀ ਹੈ, ਉਮਰ ਬੜੀ ਵਡੇਰੀ ਹੋ ਗਈ ਹੈ। ਸਿੱਖਦਿਆਂ ਦੇ ਘਰ ਇੱਕੋ ਪੁੱਤਰ ਹੋਇਆ, ਸੋ ਟੱਬਰ ਟੋਰ ਛੱਡ ਕੇ ਉਦਾਸੀਆਂ ਵਿੱਚ ਫਿਰਦਾ ਹੈ। ਦੋ ਚਾਰ ਵਾਰੀ ਸੋ ਕੰਨੀ ਪਈ ਹੈ, ਸੋ ਦਾ ਮਤਲਬ ਵੀ ਖਬਰ ਮਿਲੀ ਹੈ ਦੋ ਚਾਰ ਵਾਰੀ, ਪਰ ਪੱਕੀ ਗੱਲ ਕੋਈ ਨਹੀਂ, ਕੁਝ ਥੋ ਹੀ ਨਹੀਂ, ਜੋ ਕਿੱਥੇ ਗਏ ਆ ਗਏ ਸਨ, ਇਸੇ ਗਿਰਦ ਨਵਾਹੀ ਫਿਰਨਾ ਹੈ। ਸਾਨੂੰ ਸਮਝ ਕੁਝ ਨਹੀਂ ਪੈਂਦੀ, ਜੋ ਐਡੀਆਂ ਵਿਲਖਾਂ ਝਾਕਦੇ ਕੀ ਕਰਦੇ ਫਿਰਦੇ ਹਨ। ਪਿਤਾ ਜੀ ਕਹਿੰਦੇ ਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਬਾਰੇ ਵੀ ਸਾਨੂੰ ਪਤਾ ਹੀ ਨਹੀਂ, ਕਦੇ ਕੋਈ ਖਬਰ ਹੀ ਨਹੀਂ ਮਿਲੀ। ਕਹਿ ਕੇ ਗਏ ਸਨ ਵੀ ਇੱਥੇ ਨੇੜੇ ਤੇੜੇ ਰਵਾਂਗੇ, ਪਰ ਪਤਾ ਨਹੀਂ ਕਿੱਧਰ ਦੂਰ ਦੁਰਾਡੇ ਦੇ ਜੰਗਲਾਂ 'ਚ ਵਿਦੇਸ਼ਾਂ 'ਚ ਘੁੰਮਦੇ ਫਿਰਦੇ ਹਨ। ਕਾਹਦੇ ਲਈ, ਕਿਉਂ ਘੁੰਮਦੇ ਫਿਰਦੇ ਹਨ ਇੰਨੀ ਦੂਰ ਦੂਰ? ਐਸ ਅਸੀਂ ਹੁਣ ਅੱਗੇ ਕਹਿੰਦੇ ਨੇ ਅਸੀਂ ਹੁਣ ਬੁੱਢੇ ਹੋਣ ਲੱਗੇ ਹਾਂ ਅਤੇ ਉਹਨਾਂ ਦਾ ਸਰੀਰ ਵੀ ਹੁਣ ਚੰਗੀ ਅਵਸਥਾ ਦਾ ਹੁੰਦਾ ਪਿਆ ਹੈ ਜੇ, ਪਰ ਅਜੇ ਫਿਰਦੇ ਹੀ ਫਿਰਦੇ ਹਨ। ਮਾਤਾ ਉਹਨਾਂ ਦੀ ਰੀਝਾਂ ਹੀ ਕਰਦੀ ਰਹਿ ਜਾਂਦੀ ਹੈ। ਜੋ ਐਦ ਕੀ ਪੁੱਤਰ ਵਰੇ ਗੰਢ ਨੂੰ ਆਵੇਗਾ ਤਾਂ ਮੈਂ ਮਨ ਦੀਆਂ ਸਧਰਾਂ ਲਾਵਾਂਗੀ, ਪਰ ਉਡੀਕਾਂ ਵਿੱਚ ਹੀ ਭਾਗੇ ਭਰਿਆ ਦਿਨ ਲੰਘ ਜਾਂਦਾ ਹੈ। ਰਾਏ ਬੁਲਾਰ ਅੱਗੋਂ ਕਹਿੰਦੇ ਨੇ ਧੰਨ ਭਾਗ ਜਿਨ੍ਹਾਂ ਦੇ ਗ੍ਰਹਿ ਉਹਨਾਂ ਨੇ ਅਵਤਾਰ ਤਾਰਿਆ, ਜਿਨ੍ਹਾਂ ਦੇ ਦਰਸ਼ਨ ਨਾਲ ਪਾਪਾਂ ਦਾ ਹਨੇਰਾ ਦੂਰ ਹੁੰਦਾ ਹੈ। ਮਹਿਤਾ ਕਾਲੂ, ਦਰਸ਼ਨ ਦੀ ਤਾਂਗ ਤਾਂ ਸਾਨੂੰ ਵੀ ਤੁਹਾਡੇ ਵਾਂਗੂ ਰਹਿੰਦੀ ਹੈ, ਪਰ ਸਾਡਾ ਕੋਈ ਦਾਵਾ ਨਹੀਂ, ਕੋਈ ਸਾਕ ਨਾਤੇ ਦਾ ਮਾਣ ਨਹੀਂ, ਕੋਈ ਜਾਤ ਬਰਾਦਰੀ ਦਾ ਤਾਣ ਨਹੀਂ। ਹਾਂ, ਇੱਕੋ ਉਹਨਾਂ ਦੀ ਦਇਆ ਅਤੇ ਟੇਕ ਹੈ ਵੀ ਅਸੀਂ ਹੁਣ ਬਿਰਦਾਂ, ਮੌਤ ਦਾ ਕੋਈ ਵੇਲਾ ਨਹੀਂ, ਚਾਹੁੰਦੇ ਹਾਂ ਜੇ ਉਹਨਾਂ ਦੇ ਦਰਸ਼ਨ ਪਾਈਏ, ਪਰ ਜੇ ਉਹਨਾਂ ਦੀ ਖੁਸ਼ੀ ਇਸੇ ਵਿੱਚ ਹੈ ਤਾਂ ਸਾਡਾ ਕੋਈ ਜ਼ੋਰ ਨਹੀਂ, ਸਾਨੂੰ ਸਿਦਕ ਦਾਨ ਮਿਲੇ। ਇਹ ਕਹਿੰਦੇ ਦੇ ਥੱਲੇ ਲਹੇ ਜਾਂਦੇ ਨੇਤਰਾਂ ਵਿੱਚ ਜਲ ਭਰ ਆਇਆ ਅਤੇ ਐਂਕਰਾਂ ਦਾ ਵਾਕ ਮੂੰਹੋਂ ਨਿਕਲਿਆ, ਮਤਲਬ ਕਿ ਇਸ ਤਰ੍ਹਾਂ ਦਾ ਸ਼ਬਦ ਰਾਏ ਬੁਲਾਰ ਜੀ ਦੇ ਮੂੰਹੋਂ ਨਿਕਲਿਆ ਬੜੇ ਵਿਰਾਗ ਵਿੱਚ। ਸਾਨੂੰ ਮਾਏ ਛਾਏ ਤੂੰ ਦੂਰ ਕਰੀਂ, ਇੱਕ ਪ੍ਰੇਮ ਆਪਣਾ ਰਿਦੇ ਭਰੀ, ਇੱਕ ਪਿਆਰ ਕਰੀਂ ਇੱਕ ਪ੍ਰੇਮ ਲਈ, ਬੇ ਆਸਾ ਬਾਹਰ ਮਾਰ ਦਈਂ। ਤੂੰ ਹੋਵੇਂ ਹੋਈਏ ਅਸੀਂ ਨਹੀਂ, ਤੂੰ ਬਾਜ ਨਾ ਸਾਡੀ ਮੁਸ਼ਕ ਰਹੀਂ। ਹੇ ਮਹਿਤਾ ਜੀ, ਮੈਂ ਉਹਨਾਂ ਨੂੰ ਕੀ ਸਮਝਾਵਾਂ, ਸੂਰਜ ਮੰਡਲ 'ਤੇ ਕੀ ਜੋਤਾਂ ਜਗਾਵਾਂ? ਮੇਰੇ ਅੰਦਰ ਤਾਂ ਹੋਮਿਆਂ ਦਾ ਭੂਤ ਹੈ ਜੋ ਉਹਨਾਂ ਦਾ ਅਸਲ ਸਰੂਪ ਦੇਖਣ ਨਹੀਂ ਦਿੰਦਾ। ਇਹ ਰਾਏ ਬੁਲਾਰ ਜੀ ਕਹਿ ਰਹੇ ਨੇ ਮਹਿਤਾ ਕਲਿਆਣ ਦਾਸ ਜੀ ਨੂੰ। ਨੇਕ ਰੂਹਾਂ ਜਦ ਲੋਕ ਵਿੱਚ ਆਉਂਦੀਆਂ ਹਨ ਤਦ ਆਪਣੀ ਹੋਮਿਆਂ ਦਾ ਪਰਦਾ, ਖੁਦਗਰਜ਼ੀ ਦਾ ਹਨੇਰਾ, ਆਪੇ ਦਾ ਪਿਆਰ ਸਾਨੂੰ ਉਹਨਾਂ ਦੇ ਸੱਚੇ ਦਰਸ਼ਨ ਤੋਂ ਪਰੇ ਕਰ ਦਿੰਦਾ ਹੈ। ਅਸੀਂ ਮਰ ਗਏ ਹੋਏ ਮਹਾਤਮਾ ਦੇ ਹਾਲ ਸੁਣ ਕੇ ਰੋਂਦੇ ਹਾਂ, ਪਰ ਜੋ ਭਲੀਆਂ ਰੂਹਾਂ ਸਾਡੇ ਸਾਖ, ਸਾਡੇ ਮਿੱਤਰ, ਸਾਡੇ ਸੱਜਣ ਬਣ ਕੇ ਸਾਡੇ ਵਿੱਚ ਵੱਸਦੀਆਂ ਅਤੇ ਸਾਡਾ ਭਲਾ ਕਰਦੀਆਂ ਹਨ, ਅਸੀਂ ਉਹਨਾਂ ਦੀ ਕਦਰ ਤੋਂ ਭੁੱਲੇ ਰਹਿੰਦੇ ਹਾਂ। ਅਣਜਾਣੇ ਉਹਨਾਂ ਦੇ ਗੁਣਾਂ ਦੀ ਆਪਣੇ ਘੜੇ ਔਗੁਣਾਂ ਨੂੰ ਉਹਨਾਂ ਵਿੱਚ ਪਾ ਕੇ ਭਰੇ ਸਰੋਵਰ 'ਤੇ ਤਿਹਾਏ ਬੈਠੇ ਉਮਰਾਂ ਬਿਤਾ ਲੈਂਦੇ ਹਾਂ। ਮਹਿਤਾ ਜੀ, ਇਹ ਪੁੱਤ ਨਹੀਂ ਜੇ
ਰਾਜ ਬੁਲਾਰ ਜੀ ਕਹਿੰਦੇ ਨੇ ਮਹਿਤਾ ਕਲਿਆਣ ਦਾਸ ਜੀ ਨੂੰ, ਮਹਿਤਾ ਜੀ ਇਹ ਪੁੱਤ ਨਹੀਂ ਜੇ, ਇਹ ਰੱਬ ਦਾ ਨੂਰ ਹੈ, ਇਸ ਦੇ ਦਰਸ਼ਨ ਲਈ ਸਿੱਕਣਾ ਪਰਮ ਪੁੰਨਿਆ ਹੈ, ਇਸ ਦੀ ਤਾਂਗ ਵਿੱਚ ਦਿਲ ਦਾ ਤੜਫਣਾ ਸੌ ਯੁਗ ਸਵਾਬਾਂ ਦਾ ਸਵਾਬ ਹੈ, ਇਸ ਦੀ ਯਾਦ ਲਾਭਾਂ ਦਾ ਲਾਭ ਹੈ, ਪਿਆਰ ਦੀ ਖਿੱਚ ਤੇ ਯਾਦ ਦੀ ਡੋਰ ਨਾਲ ਸਾਡਾ ਮਨ ਉਹਨਾਂ ਦੇ ਆਤਮ ਝਲਕੇ ਨਾਲ ਨਿਰਮਲ ਹੁੰਦਾ ਜਾਂਦਾ ਹੈ। ਉਹਨਾਂ ਨੇ ਸ਼੍ਰੀ ਨਿਰੰਕਾਰ ਦਾ ਦਰਸ਼ਨ ਪਾਇਆ ਹੈ, ਉਹਨਾਂ ਦੇ ਆਖੇ ਲੱਗਿਆਂ ਅਤੇ ਉਹਨਾਂ ਨਾਲ ਪਿਆਰ ਕੀਤਿਆਂ ਨਿਰੰਕਾਰ ਦਾ ਦਰਸ਼ਨ ਹੁੰਦਾ ਹੈ। ਮਹਿਤਾ ਰਾਏ ਜੀ, ਅਸੀਂ ਤਾਂ ਮਮਤਾ ਮਾਰੇ ਪੁੱਤ ਪੁੱਤ ਪਏ ਪੂਕਦੇ ਹਾਂ, ਇਸੇ ਮਮਤਾ ਨੇ ਮਾਰ ਲਿਆ, ਤੁਹਾਡੇ ਆਖੇ ਕਈ ਵਾਰੀ ਹੋਸ਼ ਕਰਦੇ ਹਾਂ ਪਰ ਫਿਰ ਮਮਤਾ ਆ ਕੇਰਦੀ ਹੈ ਕਿ ਹਾਏ ਪੁੱਤ ਦਾ ਸੁੱਖ ਨਾ ਡਿੱਠਾ, ਰੱਜ ਕੇ ਗੱਲਾਂ ਨਾ ਕੀਤੀਆਂ, ਗਹਿਮਾ ਗਹਿਮ ਵਸਦਾ ਪੁੱਤ ਦਾ ਘਰ ਨਾ ਡਿੱਠਾ, ਅਸੀਂ ਕੀ ਜਗਤ ਵਿੱਚ ਆਏ। ਰਾਏ ਜੀ ਕਹਿੰਦੇ ਨੇ ਮਹਿਤਾ ਜੀ ਇਸ ਮਮਤਾ ਨੂੰ ਪ੍ਰੇਮ ਬਣਾਓ ਅਤੇ ਪੁੱਤਰ ਦੀ ਆਤਮ ਜੋਤ ਦੀ ਝਲਕ ਦਾ ਦਰਸ਼ਨ ਕਰੋ, ਜੇ ਸੱਚ ਖੰਡ ਤੋਂ ਮਾਤ ਲੋਕ ਤੱਕ ਬ੍ਰਹਿਮੰਡ ਨੂੰ ਵਸਾਰਿਆ ਹੈ। ਅੱਛਾ ਇਹ ਤਾਂ ਦੱਸੋ ਜੇ ਵੀ ਕੋਈ ਵਾਏ ਸੋਏ ਕਿਤੋਂ ਆਈ ਪਈ ਹੈ ਕਿ ਨਾ, ਮੈਂ ਤਾਂ ਅੱਜ ਬਹੁਤ ਹੀ ਵਿਆਕੁਲ ਹੋ ਰਿਹਾ ਹਾਂ, ਰਾਤੀਂ ਸੁਪਨੇ ਵਿੱਚ ਮੈਨੂੰ ਦਰਸ਼ਨ ਹੋਏ ਹਨ। ਇਹ ਆਖਦਿਆਂ ਬਿਰਧ ਪ੍ਰੇਮੀ ਦੇ ਨੇਤਰਾਂ ਵਿੱਚ ਫਿਰ ਜਲ ਆ ਗਿਆ। ਮਹਿਤਾ ਕਲਿਆਣ ਦਾਸ ਜੀ ਨੇਤਰ ਭਰ ਕੇ ਅੱਗੋਂ ਕਹਿੰਦੇ ਨੇ, ਬੀਬੀ ਦੀ ਖਬਰ ਆਈ ਹੈ ਜੋ ਅੱਜ ਕੱਲ੍ਹ ਜੈਰਾਮ ਸਮੇਤ ਆਈ ਚਾਹੁੰਦੀ ਹੈ। ਇੱਥੇ ਬੀਬੀ ਦਾ ਜ਼ਿਕਰ ਭਾਵ ਕਿ ਬੇਬੇ ਨਾਨਕੀ ਜੀ ਦਾ ਜ਼ਿਕਰ ਕਰ ਰਹੇ ਨੇ, ਆਪਣੀ ਪੁੱਤਰੀ ਦਾ। ਅਤੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਜਿਹੜੇ ਜੀਜਾ ਜੀ ਸਨ ਜੈਰਾਮ ਜੀ, ਉਹਨਾਂ ਦਾ ਜ਼ਿਕਰ ਹੋ ਰਿਹਾ ਜੋ ਸੁਲਤਾਨਪੁਰ, ਜਿਹਨੂੰ ਸੁਲਤਾਨਪੁਰ ਲੋਧੀ ਅਸੀਂ ਕਹਿੰਦੇ ਹਾਂ, ਉੱਥੇ ਰਹਿੰਦੇ ਸੀਗੇ, ਉੱਥੇ ਵਿਆਹੇ ਹੋਏ ਸੀ ਬੇਬੇ ਨਾਨਕੀ ਜੀ। ਬੀਬੀ ਦੀ ਖਬਰ ਆਈ ਹੈ ਜੋ ਅੱਜ ਕੱਲ੍ਹ ਜੈਰਾਮ ਸਮੇਤ ਆਈ ਚਾਹੁੰਦੀ ਹੈ, ਇਹ ਇੱਕ ਨਿਸ਼ਾਨੀ ਹੈ ਜੇ ਜੋ ਭਲਾ ਖਬਰੇ ਆਉਂਦੇ ਹੀ ਹੋਣ। ਰਾਏ ਜੀ ਪਰਿਵਾਰ ਵਿੱਚੋਂ ਬੀਬੀ ਨੇ ਉਹਨਾਂ ਦਾ ਅਸਲਾ ਪਛਾਣਿਆ ਹੈ, ਉਸ ਨਾਲ ਬਚਨ ਵੀ ਹੋਏ ਹਨ ਕਿ ਜਦੋਂ ਯਾਦ ਕਰਕੇ ਅਰਦਾਸ ਕਰੋ ਆ ਜਾਇਆ ਕਰਾਂਗੇ। ਗੁਰੂ ਨਾਨਕ ਦੇਵ ਸਾਹਿਬ ਦੇ ਪਿਤਾ ਜੀ ਕਹਿੰਦੇ ਨੇ ਵੀ ਜਿਹੜੀ ਬੀਬੀ ਮਤਲਬ ਬੇਬੇ ਨਾਨਕੀ ਜੀ, ਜਿਹੜੇ ਉਹਨਾਂ ਦੀ ਪੁੱਤਰੀ ਨੇ ਗੁਰੂ ਨਾਨਕ ਦੇਵ ਸਾਹਿਬ ਦੇ ਭੈਣ ਜੀ, ਉਹਨਾਂ ਨੇ ਪਛਾਣਿਆ ਗੁਰੂ ਨਾਨਕ ਦੇਵ ਸਾਹਿਬ ਨੂੰ। ਅਤੇ ਗੁਰੂ ਨਾਨਕ ਸਾਹਿਬ ਨੇ ਵੀ ਉਹਨਾਂ ਨੇ ਬਚਨ ਕੀਤੇ ਸਨ ਆਪਣੀ ਭੈਣ ਨਾਲ ਵੀ ਜਦੋਂ ਵੀ ਤੁਸੀਂ ਦਿਲੋਂ ਯਾਦ ਕਰੋਗੇ ਨਾ, ਅਰਦਾਸ ਕਰੋਗੇ, ਅਸੀਂ ਆ ਜਾਇਆ ਕਰਾਂਗੇ। ਅੱਗੋਂ ਰਾਏ ਬੁਲਾਰ ਜੀ ਕਹਿੰਦੇ ਨੇ, ਸ਼ੁਕਰ ਹੈ ਪਿਆਰੇ ਦੇ ਪ੍ਰੇਮੀਆਂ ਦੇ ਦਰਸ਼ਨ ਹੀ ਸਹੀ, ਕਿਉਂ ਨਾ ਬੀਬੀ ਪਿਆਰ ਕਰੇ। ਮਹਿਤਾ ਜੀ ਜਨਮ ਸਫਲਾ ਕਰ ਲਵੋ, ਬੜਾ ਅਮੋਲਕ ਸਮਾਂ, ਨਾਨਕ ਨੂੰ ਪੁੱਤ ਨਾ ਸਮਝੋ, ਉਹ ਤਾਂ ਪ੍ਰੇਮ ਨੇ ਰੂਪ ਧਾਰਿਆ ਹੈ, ਹਰ ਨਾਲ ਉਸਦਾ ਪ੍ਰੇਮ ਹੈ, ਉਸਦਾ ਮੰਤਰ ਪ੍ਰੇਮ ਹੈ, ਉਸਦਾ ਤਪ ਪ੍ਰੇਮ ਹੈ, ਵੈਰ ਨੂੰ ਪ੍ਰੇਮ ਨਾਲ ਸਰ ਕਰਦਾ ਹੈ, ਸਾਰੇ ਜਗਤ ਵਿੱਚ ਇਸੇ ਲਈ ਫਿਰਦਾ ਹੈ ਜੋ ਵੈਰ ਨੂੰ ਪ੍ਰੇਮ ਨਾਲ ਜਿੱਤ ਲਵੇ। ਉਸਦਾ ਰੂਪ ਪ੍ਰੇਮ ਹੈ, ਉਸਦਾ ਕੰਮ ਪ੍ਰੇਮ ਹੈ, ਉਸਦੀ ਯਾਦ ਪ੍ਰੇਮ ਹੈ, ਉਸਦੀ ਸੇਵਾ ਪ੍ਰੇਮ ਹੈ, ਉਸਦੀ ਸਿੱਖੀ ਪ੍ਰੇਮ ਹੈ, ਉਸਦੀ ਸਾਧਨਾ ਪ੍ਰੇਮ ਹੈ, ਉਸਦੀ ਮੁਕਤੀ ਪ੍ਰੇਮ ਹੈ। ਮਹਿਤਾ ਜੀ ਐਸਾ ਪੁੱਤਰ ਪਾਏ ਕੇ ਮੋਹ ਮਮਤਾ ਨੂੰ ਕੱਟ ਕੇ ਉਹਦੇ ਅਸਲੇ ਦੀ ਪਛਾਣ ਕਰ ਲਓ, ਫਿਰ ਨੇਤਰ ਭਰ ਕੇ ਹੇ ਕਰਤਾਰ ਤੇਰੀ ਰਚਨਾ। ਰਾਏ ਬੁਲਾਰ ਜੀ ਕਹਿੰਦੇ ਨੇ, ਇੰਨੇ ਨੂੰ ਇੱਕ ਰੇੜੂ ਤੇ ਅਟੂਆਂ ਦੀ ਟਾਪ ਦੀ ਆਵਾਜ਼ ਪਿਛਲੇ ਪਾਸਿਓਂ ਦੇ ਪਏ ਵੱਲੋਂ ਆਈ।
ਜਿੱਥੇ ਬੈਠੇ ਹੋਏ ਨੇ ਨਾ ਰਸਤੇ ਚ ਜੰਗਲ ਚ ਰਾਏ ਬੁਲਾਰ ਜੀ ਕੋਲ ਮਹਿਤਾ ਕਲਿਆਣ ਦਾਸ ਜੀ ਨੇ ਇੱਕ ਰੇੜੂ ਜਾਂ ਇੱਕ ਗੱਡਾ ਜਿਹੜਾ ਉਹਨਾਂ ਸਮਿਆਂ ਦਾ ਸਾਧਨ ਸੀ ਉਹਦੇ ਆਉਣ ਦੀ ਆਵਾਜ਼ ਇਹਨਾਂ ਨੂੰ ਸੁਣਾਈ ਦਿੱਤੀ। ਪ੍ਰੇਮ ਦੇ ਪੁੱਠੇ ਰਾਏ ਨੇ ਜੋ ਹੁਣ ਸੰਸਾਰ ਤੋਂ ਆਪਣਾ ਵਿਛੋੜਾ ਬਹੁਤ ਨੇੜੇ ਦਾ ਮਾਜਰਾ ਜਾਣਦਾ ਸੀ ਪਿੱਛੇ ਤੱਕਿਆ, ਦੂਰ ਸਾਰੇ ਤਿੱਖੀ ਭਾਲ ਵਾਲੀਓ ਉਂਝ ਭਾਵੇਂ ਬਿਰਧ ਅੱਖਾਂ ਨੇ ਰਾਏ ਬੁਲਾਰ ਦਾ ਜ਼ਿਕਰ ਕਰ ਰਹੇ ਨੇ ਵੀ ਉਹ ਬੜੀ ਵਡੇਰੀ ਉਮਰ ਹੈ, ਅੱਖਾਂ ਵੀ ਹੁਣ ਬਹੁਤ ਬਿਰਧ ਹੋ ਚੁੱਕੀਆਂ ਨੇ। ਉਹਨਾਂ ਨੇ ਪਿਛਾ ਮੁੜ ਕੇ ਵੇਖਿਆ ਜਦੋਂ ਆਵਾਜ਼ ਆਈ, ਜੋ ਦੇਖਿਆ ਤਾਂ ਘੋੜੀ ਪਰ ਭਾਈ ਜੈਰਾਮ ਜੀ ਆ ਰਹੇ ਹਨ। ਜੈਰਾਮ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਜੀਜਾ ਜੀ ਆ ਰਹੇ ਨੇ। ਇਹ ਵੇਖ ਕੇ ਤਪੇ ਦਾ ਰਾਜਾ ਪਰ ਪ੍ਰੇਮ ਨੇ ਨਿਰਮੀ ਭੂਤ ਕੀਤਾ ਹੋਇਆ ਬਿਰਧ ਬੁਲਾਰ ਚੌਂਕੀ ਤੋਂ ਖੜਾ ਕਰ ਦਿੱਤਾ। ਉੱਧਰ ਜੈਰਾਮ ਨੇ ਵੇਖਿਆ, ਝੱਟ ਹੇਠਾਂ ਉੱਤਰ ਕੇ ਅੱਗੇ ਵਧਿਆ ਅਤੇ ਰਾਏ ਜੀ ਅਰ ਮਹਿਤਾ ਜੀ ਦੇ ਵਾਰੋ ਵਾਰੀ ਚਰਨਾਂ 'ਤੇ ਟਹਿ ਪਿਆ। ਭਾਈ ਜੈਰਾਮ ਜੀ ਉਹਨਾਂ ਨੇ ਦੋਵਾਂ ਨੂੰ ਨਮਸਕਾਰ ਕੀਤੀ, ਰਾਏ ਬੁਲਾਰ ਜੀ ਨੂੰ ਵੀ ਅਤੇ ਮਹਿਤਾ ਕਲਿਆਣ ਦਾਸ ਜੀ ਨੂੰ। ਬੇਬੇ ਨਾਨਕੀ ਵੀ ਰੇੜੂ ਤੋਂ ਉੱਤਰ ਆਈ। ਉਹ ਸਮੇਂ ਦਾ ਜਿਹੜਾ ਸਾਧਨ ਸੀ ਗੱਡਾ ਜਾਂ ਰੇੜਾ ਜੋ ਵੀ ਸੀ ਉਹਦੇ ਤੋਂ ਬੇਬੇ ਨਾਨਕੀ ਜੀ ਵੀ ਥੱਲੇ ਉੱਤਰ ਆਏ। ਰਾਏ ਜੀ ਕੂਕਾਂ ਦੇ ਰਿਹਾ, ਬੇਬੇ ਤੂੰ ਸਾਡੀ ਧੀ ਹੈ। ਜਦੋਂ ਬੇਬੇ ਨਾਨਕੀ ਜੀ ਉੱਤਰ ਕੇ ਆਏ ਨਾ ਰੇੜੇ ਤੋਂ ਥੱਲੇ, ਭਾਈ ਵੀਰ ਸਿੰਘ ਕਹਿੰਦੇ ਨੇ ਬੇਬੇ ਨਾਨਕੀ ਵੀ ਰੇੜੂ ਤੋਂ ਉੱਤਰ ਪਈ ਅਤੇ ਰਾਏ ਬੁਲਾਰ ਜੀ ਵੀ ਖੜ੍ਹੇ ਨੇ ਅਤੇ ਕੂਕਾਂ ਦੇ ਕੇ ਕਹਿ ਰਿਹਾ ਬੇਬੇ ਤੂੰ ਸਾਡੀ ਧੀ ਹੈ, ਸਾਡੇ ਪੂਜ ਦੀ ਬੇਬੇ ਹੈ। ਬੇਬੇ ਦਾ ਮਤਲਬ ਭੈਣ ਹੈ, ਉਹਨਾਂ ਸਮਿਆਂ 'ਚ ਇਹ ਸ਼ਬਦ ਭੈਣ ਲਈ ਵੀ ਵਰਤਿਆ ਜਾਂਦਾ ਸੀ ਅਤੇ ਸਾਡੀ ਵੀ ਪੂਜ ਹੈ। ਰੇੜੂ 'ਤੇ ਬੈਠੀ ਰਹੋ। ਪਰ ਬੇਬੇ ਰਾਏ ਬੁਲਾਰ ਨੂੰ ਤਾਂ ਵੀਰ ਦਾ ਸੱਚਾ ਸਿੱਖ ਜਾਣਦੀ ਸੀ, ਉਹ ਬੈਡੇ ਪ੍ਰੇਮ ਦਾ ਆਦਰ ਕੀਕੂ ਕਰਨੋਂ ਰੋਕ ਸਕਦੀ ਸੀ। ਬੇਬਲ ਹੋਈ ਰੇੜੂ ਤੋਂ ਉੱਤਰੀ ਅਤੇ ਪਿਤਾ ਅਤੇ ਪਿਤਾ ਦੇ ਸਵਾਮੀ ਵੱਲ ਤੁਰੀ ਅਰ ਚਾਂਗਰ ਵਾਂਗੂ ਚਾਂਗਰ ਮਾਰ ਕੇ ਪ੍ਰੇਮ ਵਿੱਚ ਮੱਤੀ ਨੇ ਪੁੱਛਿਆ। ਬੇਬੇ ਨਾਨਕ ਜਦੋਂ ਆ ਗਏ ਨਾ ਨੇੜੇ, ਉਹ ਪੁੱਛਦੇ ਨੇ ਆ ਕੇ ਵੀਰ ਜੀ ਆਏ ਹਨ ਕਿ ਨਹੀਂ। ਇਹ ਆਖਦੀ ਵੀਰ ਦੇ ਪ੍ਰੇਮ ਵਿੱਚ ਖਿੱਚੀ ਹੋਈ ਪਿਤਾ ਵੱਲ ਟੱਠੀ, ਪਰ ਬੜੀ ਛੇਤੀ ਮਹਿਤਾ ਨੇ ਸੰਭਾਲ ਲਈ ਅਤੇ ਗਲ ਨਾਲ ਲਾਈ ਅਤੇ ਆਪਣੀਆਂ ਭੁੱਬਾਂ ਨਾਲ ਨਿਕਲ ਗਈਆਂ ਉਸ ਰਾਏ ਬੁਲਾਰ ਮਹਿਤਾ ਕਲਿਆਣ ਦਾਸ ਜੀ ਦੀਆਂ ਭੁੱਬਾਂ ਨਿਕਲ ਗਈਆਂ ਅਤੇ ਕਿਹਾ, ਬੱਚੀ ਮੈਂ ਮਾਇਆ ਫਸੇ ਨੂੰ ਉਸ ਰੱਬ ਦੇ ਨੂਰ ਦੇ ਦਰਸ਼ਨ ਕਿੱਥੇ। ਇਸ ਵੇਲੇ ਰਾਏ ਨੇ ਬੀਬੀ ਦੇ ਚਰਨਾਂ ਵੱਲ ਸੀਸ ਝੁਕਾਇਆ ਅਤੇ ਬੇਬਲ ਹੋ ਕੇ ਗਾਉਣ ਲੱਗ ਪਿਆ, ਆਵੋ ਸੱਜਣਾ ਹੋਂ ਦੇਖਾਂ ਦਰਸ਼ਨ ਰਾਮ, ਆਵੋ ਸੱਜਣਾ ਹੋਂ ਦੇਖਾਂ ਦਰਸ਼ਨ ਤੇਰਾ ਰਾਮ, ਘਰ ਆਪਣੜੈ ਖੜੀ ਤੱਕਾਂ ਮੈਂ ਮਨ ਚਾਉ ਘਨੇਰਾ ਰਾਮ। ਸੂਹੀ ਮਹੱਲਾ ਪਹਿਲਾ। ਬੀਬੀ ਤੋਂ ਉਸ ਪੁਰਖ ਦੀ ਇਹ ਨਿਮਰਤਾ ਨਾ ਸਹਾਰੀ ਗਈ ਜਿਸ ਨੂੰ ਗੁਰੂ ਨਾਨਕ ਦੇਵ ਜੀ ਆਦਰ ਦਿੰਦੇ ਅਤੇ ਬਿਰਧ ਜਾਣ ਕੇ ਸਨਮਾਨਦੇ ਸੀ। ਉਸ ਦਾ ਸਿਰ ਨਿਉਂਦਾ ਵੇਖ ਕੇ ਬੀਬੀ ਕਿਉਂ ਚੱਲੇ, ਤੁਬੁੱਕ ਕੇ ਪਰੇ ਹਟੀ ਅਤੇ ਨੈਣਾਂ 'ਚੋਂ ਵਹਿੰਦੇ ਜਲ ਨਾਲ ਅਤੇ ਹੱਥ ਜੋੜ ਕੇ ਬੋਲੀ, ਰਾਏ ਜੀ ਮੈਂ ਤਾਂ ਤੁਸਾਂ ਦੀ ਬੱਚੀ ਹਾਂ, ਤੁਸੀਂ ਸਾਡੇ। ਬੀਬੀ ਇੱਥੇ ਕਿਸ ਤਾਂਗ ਨੂੰ ਆਈ ਹੈ, ਵਰਿਆਂ ਦੇ ਵਰੇ ਬੀਤ ਗਏ, ਬੀਬੀ ਕਦੇ ਵੀ ਵਰੇ ਗੰਢ ਪਰ ਸੱਦੀ ਨਹੀਂ ਆਈ, ਕਦੇ ਗੁਰੂ ਜੀ ਉਦੋਂ ਘਰ ਨਹੀਂ ਹੋਏ ਸੇ, ਹੁਣ ਇੱਕ ਰਾਤ ਸੁਪਨੇ ਵਿੱਚ ਕੀ ਡਿੱਠਾ ਜੋ ਤਲਵੰਡੀ ਵਿੱਚ ਪੇਕੇ ਘਰ ਵੀਰ ਦੀ ਵਰੇ ਗੰਢ ਦਾ ਢੰਗ ਪੈ ਰਿਹਾ ਹੈ। ਸੁਪਨਾ ਐਸਾ ਡੂੰਘਾ ਅਸਰ ਵਾਲਾ ਸੀ ਜੋ ਬੀਬੀ ਸੁਲਤਾਨਪੁਰੋਂ ਤੁਰ ਹੀ ਪਈ ਹੈ, ਰਸਤੇ ਵਿੱਚ ਸੱਧਰ 'ਤੇ
ਆਸ ਵੱਧਦੀ ਗਈ ਜੋ ਵੀਰ ਅੱਗੇ ਆਇਆ ਹੋਇਆ ਹੋਵੇ। ਪਰ ਅੱਗੇ ਆਉਣ ਦੀ ਥਾਂ ਵੀਰ ਦੇ ਪ੍ਰੇਮੀਆਂ ਨੂੰ ਆਪੇ ਵਾਂਗੂ ਸਿੱਖਦਿਆਂ ਡਿੱਠਾ। ਜਿਸ ਤਰ੍ਹਾਂ ਉਹ ਵੈਰਾਗ ਕਰ ਰਹੇ ਸੇ, ਬੀਬੀ ਵੀ ਵੈਰਾਗ ਵਿੱਚ ਰਲ ਬੈਠੀ। ਰਾਏ ਜੀ ਦਾ ਸੁਪਨਾ ਵੀ ਸੁਣਿਆ ਜੋ ਗੁਰੂ ਜੀ ਤਲਵੰਡੀ ਆਏ ਹਨ। ਆਪਣੀ ਮਾਤਾ ਦੀ ਵਿਆਕੁਲਤਾ ਵੀ ਸੁਣੀ ਅਤੇ ਅੱਜ ਪਹਿਲਾ ਦਿਨ ਸੀ ਜੋ ਪਿਤਾ ਦੇ ਆਤਮਾ ਵਿੱਚ ਵੀ ਪੂਰੇ ਪਿਆਰ ਦੀ ਲਿਸ਼ਕ ਨਜ਼ਰ ਪਈ। ਹੁਣ ਤਾਂ ਬੀਬੀ ਜੀ ਦਾ ਹਿਰਦਾ ਹੋਰ ਉਮਲ ਪਿਆ ਜੋ ਵੀਰ ਜੀ ਜੇ ਆ ਜਾਣ ਤਾਂ ਪਿਤਾ ਜੀ ਦੀ ਬਿਰਧ ਅਵਸਥਾ ਦਾ ਕਲਿਆਣ ਹੋ ਜਾਵੇ ਤਾਂ ਕੈਸਾ ਆਨੰਦ ਹੋਵੇ। ਜੀ ਹੀ ਜੀ ਵਿੱਚ ਨਿਸ਼ਚੇ ਭਰੀ ਬੇਨਤੀਆਂ ਕਰੇ ਜੋ ਹੇ ਦੁਨੀਆ ਤਾਰਕ ਵੀਰ ਜੀ ਜ਼ਰੂਰ ਹੀ ਦਰਸ਼ਨ ਦਿਓ। ਹੁਣ ਧੁੱਪ ਚੰਗੀ ਚੜ੍ਹ ਆਈ ਹੈ। ਰਾਏ ਜੀ ਨੇ ਕਿਹਾ, ਮਹਿਤਾ ਜੀ ਬੀਬੀ ਜੀ ਨੂੰ ਅਤੇ ਜੈ ਰਾਮ ਜੀ ਨੂੰ ਘਰ ਲੈ ਚੱਲੋ, ਰਸਤੇ ਦੇ ਥੱਕੇ ਹੋਏ ਹਨ। ਮੈਂ ਤਾਂ ਆਪਣੇ ਵਹਿਮਾਂ ਕਰਕੇ ਇਹਨਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ ਹੈ। ਗੱਲ ਕੀ ਵੈਰਾਗ ਕਰਦੇ ਰਾਏ ਜੀ ਤੋਂ ਵਿਦਾ ਹੋ ਕੇ ਸਾਰੇ ਜਣੇ ਘਰ ਆਏ। ਵਿਹੜੇ ਵਿੱਚੋਂ ਮਾਂ ਦੌੜੀ ਆਈ। ਜਦੋਂ ਘਰ ਆਏ ਨਾ ਬੇਬੇ ਨਾਨਕੀ ਜੀ ਅੱਗੋਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਮਾਤਾ ਜੀ, ਮਾਤਾ ਤ੍ਰਿਪਤਾ ਜੀ, ਧੀ ਆਈ ਹੈ ਅੱਗੋਂ ਦੌੜੇ ਹੋਏ ਲੈਣ ਵਾਸਤੇ ਆਏ ਨੇ। ਵਿਹੜੇ ਵਿੱਚੋਂ ਮਾਂ ਦੌੜੀ ਆਈ, ਧੀ ਨੂੰ ਵੇਖ ਕੇ ਚੀਕਾਂ ਨਿਕਲ ਗਈਆਂ ਅਤੇ ਗਲ ਲਾ ਕੇ ਉਹ ਰੁੰਨੀ ਜੋ ਆਂਢ ਗੁਆਂਢ ਵੇਖਣ ਆਏ। ਧੀ ਦੇ ਗਲ ਲੱਗੀ ਮਾਤਾ ਤ੍ਰਿਪਤਾ। ਪੁੱਤਰ ਦਰਸ਼ਨ ਦੀਆਂ ਸਿੱਕਾਂ ਨਾਲ ਮਾਰੂ ਥੱਲੇ ਵਾਂਗ ਅਤ੍ਰਿਪਤ ਅਤੇ ਦਰਸ਼ਨ ਦੀ ਪਿਆਸ ਨਾਲ ਪਿਆਸੀ ਐਸਾ ਵੈਰਾਗ ਕਰਨ ਲੱਗੀ ਜੋ ਪੱਥਰ ਹਿਰਦੇ ਦਰਬ ਗਏ। ਇਸ ਗੀਤ ਤੋਂ ਕੁਝ ਸੋਝੀ ਉਸ ਵੈਰਾਗ ਦੀ ਪੈ ਜਾਂਦੀ ਹੈ। ਮੈਂ ਪੁੱਤਰ ਪੁੱਤਰ ਕਰਦੀ ਮੈਂਡੇ ਪੁੱਤਰ ਵੱਡਾ, ਚਿੱਤ ਨੀ ਮੈਂ ਰਾਹਾਂ ਉੱਠ ਉੱਠ ਤੱਕਦੀ, ਮੈਂ ਪੁੱਛਦੀ ਉੱਪਰੇ ਮਿੱਤ ਨੀ। ਨੀ ਵੀਰ ਪਿਆਰੀਏ ਵੀਰ ਸਵਾਰੀਏ ਧੀਏ, ਨੀ ਆਪ ਆਉਣੀਏ ਵੀਰ ਲਿਆਉਣੀਏ ਧੀਏ, ਪਾਹਾ ਬਲੇ ਮੈਂ ਅੰਦਰੇ ਮੈਂ ਸਿੱਖ ਸਿੱਖ ਹੋਈ ਚੂਰਨੀ, ਮੈਂ ਤਾਂਗਾ ਪੁੱਤਰ ਆਵਦਾ ਉਹ ਹੁੰਦਾ ਜਾਂਦਾ ਨੂਰਨੀ। ਨੀ ਵੀਰ ਪਿਆਰੀਏ ਵੀਰ ਸਵਾਰੀਏ ਧੀਏ, ਮੈਨੂੰ ਆਖ ਵੀਰ ਵੀ ਆਵਦਾ ਏ ਨੀ। ਕੋਈ ਸੁਪਨੇ ਅੰਦਰ ਆਖਦਾ ਤੈਂ ਪੁੱਤਰ ਤੁਰਿਆ ਆਏ ਨੀ, ਮੈਂ ਅੱਖਾਂ ਪੱਟ ਪੱਟ ਵੇਖਦੀ ਮੈਨੂੰ ਪੁੱਤ ਨਾ ਨਜ਼ਰੀ ਆਏ ਨੀ। ਨੀ ਵੀਰ ਪਿਆਰੀਏ ਵੀਰ ਸਵਾਰੀਏ ਧੀਏ, ਨੀ ਤੇਰੇ ਕਦਮ ਸੁਲੱਖੇ ਤੈਂਡਾ ਵੀਰ ਵੀ ਆਏ ਨੀ। ਮਾਤਾ ਤ੍ਰਿਪਤਾ ਜੀ ਵੈਰਾਗ ਵਿੱਚ ਕਹਿੰਦੇ ਨੇ ਬੇਬੇ ਨਾਨਕੀ ਜੀ ਨੂੰ। ਰੋਂਦੀ ਰੋਂਦੀ ਮਾਂ ਦਾ ਕੱਚ ਵੱਜ ਗਿਆ, ਆਵਾਜ਼ ਰੁਕ ਗਈ। ਧੀ ਦੇ ਗਲ ਚੰਬੜੀ ਹੋਈ ਦੀ ਪੁੱਤਰ ਦੇ ਵਿਯੋਗ ਵਿੱਚ ਤਾਰ ਵੱਜ ਗਈ। ਫਿਰ ਰਤਾ ਕੱਚ ਖੁੱਲ੍ਹਾ, ਫਿਰ ਵੈਰਾਗ ਕਰਨ ਲੱਗ ਪਈ। ਜਿਸ ਦਾ ਕੁਛ ਭਾਵ ਉਹ ਸਮਝ ਪੈਂਦਾ ਹੈ, ਦੁਨੀਆ ਅੰਨ ਹਨੇਰੇ ਪੁੱਤ ਜੋ ਅੱਖੋਂ ਓਹਲੇ, ਧੌਲਰ ਮਿੱਟੀ ਢੇਰ ਮਹਿਲ ਹਨ ਸੁੰਜੇ ਖੁੱਲ੍ਹੇ, ਬਲਦੇ ਦਿਸਨ ਬਾਗ ਵਿੱਚ ਜੇ ਪੁੱਤ ਨਾ ਹੋਵੇ, ਕਾਹਦੇ ਮਿੱਠੇ ਰਾਗ ਮਾਓ ਜੇ ਅੰਜੂ ਚੋਵੇ, ਤੁਰ ਗਏ ਪੁੱਤ ਵਿਦੇਸ਼ ਮਾਓ ਨੂੰ ਸਾਰ ਨਾ ਕੱਲੀ, ਜਿਉਂਦੀ ਮੋਈ ਮਾਓ ਹਿੱਕੇ ਉਹ ਹੋ ਗਈ ਚੱਲੀ, ਮਾਂ ਜੀਵੇ ਤਦ ਲਾਗ ਪੁੱਤ ਵਿੱਚ ਵਿਹੜੇ ਦਿਸੇ, ਦਿੱਤੀ ਪੁੱਤਰ ਕੰਡ ਜਿਉਂ ਮਾਓ ਜਿਉਂ ਛਾਲਾ ਫਿੱਸੇ, ਮਰ ਜਾਵੇ ਉਹ ਮਾਓ ਪੁੱਤ ਨਾ ਵਿਰਹਾ ਵੇਖੇ, ਤੜਫੇ ਮੱਛੀ ਵਾਂਗ ਪੁੱਤ ਦੇ ਮਿਲਣ ਭੁਲੇਖੇ। ਮਾਂ ਪੁੱਤ ਦੇ ਵਿਛੋੜੇ ਦਾ ਜ਼ਿਕਰ ਭਾਈ ਵੀਰ ਸਿੰਘ ਆਪਣੇ ਇਸ ਗੀਤ ਵਿੱਚ ਕਰਦੇ ਨੇ। ਮੈਂ ਨਾ ਸੀਗੀ ਜੋਗ ਪੁੱਤ ਸੀ ਨੂਰ ਇਲਾਹੀ, ਨੈਣਾ ਤਈ ਵਿਜੋਗ ਨੂਰ ਦਾ ਰਹੇ ਸਦਾ ਹੀ,
ਵੀਰ ਪਿਆਰੀ ਭੈਣ ਅੱਜ ਹੈ ਵਿਹੜੇ ਆਈ ਕੀ ਆਪਣੇ ਹੈ ਨਾਲ ਸੁੱਖ ਦਾ ਸੁਨੇਹਾ ਲਿਆਈ ਕਹੋ ਜਿੰਕੂ ਅਵਤਾਰ ਲਿਆ ਸੀ ਵੀਰੋਂ ਪਹਿਲੇ ਤਿਉਂ ਦੇਵਣ ਦੀਦਾਰ ਵੀਰ ਤੋਂ ਆਈ ਸਵੇਲੇ ਇਹ ਕਹਿੰਦੀ ਧੀ ਨੂੰ ਘੁੱਟਦੀ ਘੁੱਟਦੀ ਬੇਹੋਸ਼ ਹੋ ਗਈ ਬੇਬੇ ਜੀ ਦਾ ਹਿਰਦਾ ਅੱਤ ਦਰਬ ਕੇ ਪ੍ਰਾਰਥਨਾ ਵਿੱਚ ਇੱਕ ਰਸ ਜੁੜ ਗਿਆ ਧਿਆਨ ਵਿੱਚ ਗੁਰੂ ਵੀਰ ਦੇ ਦਰਸ਼ਨ ਹੋਏ ਚਾਨਣੇ ਦਾ ਇੱਕ ਗੋਲਾਕਾਰ ਲਸ਼ ਲਸ਼ ਕਰ ਰਿਹਾ ਹੈ ਵਿੱਚ ਸੁਰਤ ਪੰਘੂੜਾ ਲਟਕ ਰਿਹਾ ਹੈ ਸ਼ਬਦ ਦੇ ਰੱਸਿਆਂ ਨਾਲ ਲਹਿਰੇ ਲਹਿ ਰਿਹਾ ਹੈ ਉੱਤੇ ਵੀਰ ਜੀ ਬਿਰਾਜ ਰਹੇ ਹਨ ਗੱਲ ਪੱਲਾ ਲੈ ਕੇ ਦੋਵੇਂ ਹੱਥ ਜੋੜ ਕੇ ਧਿਆਨ ਵਿੱਚ ਬੇਬੇ ਜੀ ਨੇ ਕੁਝ ਇਉਂ ਪ੍ਰਾਰਥਨਾ ਕੀਤੀ ਹੇ ਵੀਰ ਜੀਓ ਹੁਣ ਦਇਆ ਧਾਰੋ ਦਰਸ਼ ਸਾਨੂੰ ਆ ਦਿਓ ਹਾਂ ਵਿਲਪਦੇ ਹੁਣ ਮਿਲਣ ਤਾਂ ਹੀ ਆ ਮਿਲੋ ਤੁਕ ਹਰ ਲਓ ਹੈ ਮਾਂ ਤਰੁੰਦੀ ਕੂਕਦੀ ਹੁਣ ਰੂਪ ਬਿਰਹੋਂ ਹੋ ਗਈ ਹੋ ਤੁਸੀਂ ਬਿਰਧ ਪਿਆਰ ਦੇ ਹੈ ਸਿੱਖ ਹਿਰਦੇ ਧੋ ਗਈ ਹੁਣ ਮਾਤ ਪਿਤ ਹਨ ਬਿਰਧ ਹੋਏ ਉਮਰ ਦਾ ਕੁਝ ਨਾ ਪਤਾ ਆ ਤਾਰ ਬੰਨੇ ਲਾ ਦਿਓ ਸਵਾਸਾਂ ਦਾ ਤਕੀਆ ਨਾ ਦਿੱਤਾ ਕਰ ਦਇਆ ਆਪਣੀ ਆਵਣਾ ਤੇ ਤਾਰਨਾ ਜੇ ਸਾਰਿਆਂ ਗੁਰਮੁਖ ਉਧਾਰੇ ਕੁੱਲਾਂ ਛੱਤੀ ਤੁਸੀਂ ਜੱਗ ਨਿਸਤਾਰਿਆ ਇਉਂ ਪ੍ਰਾਰਥਨਾ ਕਰਦੀ ਬੇਬੇ ਨੂੰ ਆਪਣੇ ਪਿਆਰੇ ਵੀਰ ਦੇ ਚਿਹਰੇ ਪਰ ਇੱਕ ਮੁਸਕਰਾਹਟ ਨਜ਼ਰ ਪਈ ਔਰ ਸ਼ੁਕਰ ਸ਼ੁਕਰ ਕਰਦੀ ਨੇ ਨੈਣ ਖੋਲ੍ਹ ਦਿੱਤੇ ਅਤੇ ਮਾਤਾ ਨੂੰ ਗੁਲਵੱਕੜੀ ਪਾ ਕੇ ਇੱਦਾਂ ਦੇ ਭਾਅ ਵਿੱਚ ਹੋ ਉੱਠੀ ਕਰ ਦੂਰ ਬਿਰਹਾ ਮਾਉ ਜੀਓ ਹਨ ਵੀਰ ਜੀ ਹੁਣ ਆ ਰਹੇ ਹਨ ਤੁਰੇ ਸਾਡੀ ਵੱਲ ਨੂੰ ਉਹ ਚਰਨ ਇੱਧਰ ਪਾ ਰਹੇ ਉਹ ਬਿਰਧ ਪਾਲਣ ਪ੍ਰੇਮ ਦਾ ਉਹ ਪ੍ਰੇਮ ਭੰਨ ਨਾ ਜਾਣਦੇ ਉਹ ਪ੍ਰੇਮ ਹੋਕਾ ਦੇ ਰਹੇ ਹਨ ਪ੍ਰੇਮ ਬਾਗ ਲਗਾਉਂਦੇ ਪਰ ਬਖਸ਼ ਮਾਤਾ ਛੱਡ ਮਮਤਾ ਪ੍ਰੇਮ ਕਰ ਮੈਂ ਵੀਰ ਨੂੰ ਤੂੰ ਜਾਣ ਲੈ ਹੈ ਨੂਰ ਉਹ ਕਰ ਦੂਰ ਮੋਹ ਦੇ ਤੀਰ ਨੂੰ ਉਸ ਨੂੰ ਪਛਾਣੀ ਆਪ ਨੂੰ ਫਿਰ ਸਿਆਣ ਸੇ ਭਗਵੰਤ ਨੂੰ ਫਿਰ ਤਰ ਲਵੇਂ ਸੰਸਾਰ ਨੂੰ ਜਿਣ ਜਾਏ ਆਦੋ ਅੰਤ ਨੂੰ ਇਸ ਤਰ੍ਹਾਂ ਦੇ ਵਿਰਾਗ ਅਤੇ ਧੀਰਜ ਮਗਰੋਂ ਮਾਵਾਂ ਧੀਆਂ ਅੰਦਰ ਗਈਆਂ ਅਤੇ ਦਾਸੀ ਨੇ ਅੰਨ ਤਿਆਰ ਕੀਤਾ ਬੀਬੀ ਨੇ ਮਾਤਾ ਨੂੰ ਬਹੁਤ ਪਰਚਾਇਆ ਪਰ ਕੀ ਦੇਖੇ ਜੋ ਮਾਤਾ ਦਿਨ ਵਿੱਚ ਉੱਠਦੇ ਬਹਿੰਦੇ ਨੇਕਾਂ ਵਾਰ ਨੈਣ ਭਰ ਲਿਆਉਂਦੇ ਹੈ ਲਿਆਉਂਦੀ ਹੈ ਅਤੇ ਹਾਏ ਲਾਲ ਕਦੇ ਹਾਏ ਗੁਰੂ ਕਦੇ ਹਾਏ ਨਾਨਕ ਕਹਿ ਕੇ ਬਿਰਹਾ ਕਰਦੀ ਹੈ ਕਿਸੇ ਕਿਸੇ ਵੇਲੇ ਬਿਰਧ ਪਿਤਾ ਜੀ ਨੂੰ ਉਦਾਸ ਅਤੇ ਠੰਡੇ ਸਾਹ ਭਰਦਿਆਂ ਦੇਖਦੀ ਹੈ ਐਸੇ ਪੁੱਤ ਦੇ ਹੁੰਦਿਆਂ ਜਿਸ ਨੂੰ ਸੰਸਾਰ ਗੁਰੂ ਆਖਦਾ ਹੈ ਅਸੀਂ ਅਭਾਗੇ ਤੁਰੇ ਜਾ ਰਹੇ ਹਾਂ ਬੀਬੀ ਜੀ ਦਾ ਸੁਨੇਹਾ ਕੁਝ ਐਸਾ ਸੀ ਕਿ ਜਦ ਕਦੇ ਬੀਬੀ ਦੇ ਮੂੰਹੋਂ ਨਿਕਲ ਜਾਏ ਕਿ ਵੀਰ ਜੀ ਆਉਂਦੇ ਹਨ ਤਦ ਪਰਿਵਾਰ ਨੂੰ ਭਰੋਸਾ ਹੋ ਜਾਂਦਾ ਸੀ ਕਿ ਗੁਰੂ ਜੀ ਆਉਂਦੇ ਹਨ ਹੁਣ ਵਰੇਗੰਢ ਨੇੜੇ ਸੀ ਇਸ ਕਰਕੇ ਪਰਿਵਾਰ ਨੂੰ ਖਿਆਲ ਹੋ ਗਿਆ ਕਿ ਗੁਰੂ ਜੀ ਦਾ ਇਹ ਸੁਭਾਗ ਦਿਨ ਐਤਕੀ ਘਰ ਹੀ ਹੋਵੇਗਾ ਮਾਤਾ ਪੁੱਤ ਦੇ ਪਿਆਰ ਵਿੱਚ ਤਿਆਰੀਆਂ ਕਰਨ ਲੱਗੀ ਧੀ ਵੀ ਪ੍ਰੇਮ ਭਰੀ ਨਾਲ ਲੱਗੀ ਬੀਬੀ ਜੀ ਨੂੰ ਧਿਆਨ ਸਿੱਧ ਸੀ ਇਸ ਲਈ ਉਹਨਾਂ ਨੂੰ ਆਪਣੇ ਦਰਸ਼ਨ ਵਿੱਚ ਉਹਨਾਂ ਦਾ ਆਉਣ ਦੀ ਯਾਚਨਾ ਪਰ ਮੁਸਕਰਾਹਟ ਦਾ ਚਿਹਰਾ ਸਦਾ ਦਿਸਦਾ ਸੀ ਔਰ ਤਸੱਲੀ ਸੀ ਕਿ ਵੀਰ ਜੀ ਬਿਰਧ ਪਾਲਣਗੇ ਇਸ ਦਿਨ ਤੋਂ ਦੋ ਚਾਰ ਦਿਨ ਮਗਰੋਂ ਰਾਏ ਜੀ ਉਸੇ ਤਰ੍ਹਾਂ ਬਣ ਵਿੱਚ ਭਜਨ ਵਿੱਚ ਬੈਠੇ ਸੀ ਪਰ ਅੱਜ ਧਰਤੀ 'ਤੇ ਬੈਠੇ ਹਨ ਰਾਏ ਬੁਲਾਰ ਜੀ ਨਾ ਦੋ ਚਾਰ ਦਿਨਾਂ ਬਾਅਦ ਫਿਰ ਉਸੇ ਤਰ੍ਹਾਂ ਹੀ ਰਾਹ 'ਚ ਅੱਜ ਬੈਠੇ ਨੇ ਭਜਨ ਵਿੱਚ ਅਤੇ ਭਾਈ ਸਜਾਦਾ ਰਬਾਬ ਵਜਾ ਰਿਹਾ ਹੈ ਅਤੇ ਗੁਰੂ ਜੀ ਦੇ ਸ਼ਬਦ ਗਾਉਂ ਰਿਹਾ ਹੈ ਭਾਈ ਜੈ ਰਾਮ ਅਤੇ ਬੇਬੇ ਜੀ ਨੂੰ ਪਤਾ ਸੀ ਵੀ ਜੋ ਅੱਜ ਗੁਰੂ ਨਾਨਕ ਦੇ ਸ਼ਬਦਾਂ ਦਾ ਕੀਰਤਨ ਹੋਣਾ ਹੈ ਉਹਨਾਂ ਤਾਂ ਆਉਣਾ ਹੀ ਸੀ ਇਹਨਾਂ ਦੇ ਪ੍ਰਭਾਵ ਕਰਕੇ ਮਹਿਤਾ ਜੀ ਮਾਤਾ ਤ੍ਰਿਪਤਾ ਜੀ ਵੀ ਆਏ ਹੋਏ ਹਨ ਇਹ ਸਾਰੇ ਸਰੀਰ ਬੈਠੇ ਕੀਰਤਨ ਸੁਣਦੇ
ਰਹੇ ਭੋਗ ਜਦ ਪਿਆ ਤਦ ਫਿਰ ਗੁਰੂ ਜੀ ਦੇ ਦਰਸ਼ਨ ਦਾ ਵੈਰਾਗ ਤੁਰ ਪਿਆ। ਰਾਏ ਬੁਲਾਰ ਭਾਵੇਂ ਰਾਜਾ ਸੀ ਅਤੇ ਮਹਿਤਾ ਉਸਦਾ ਅਹਿਲਕਾਰ ਸੀ। ਰਾਏ ਬੁਲਾਰ ਜੀ ਰਸਤੇ 'ਚ ਬੈਠੇ ਨੇ, ਭਾਈ ਸਜਾਦਾ ਕੀਰਤਨ ਕਰ ਰਹੇ ਨੇ, ਮਾਤਾ ਤ੍ਰਿਪਤਾ, ਮਹਿਤਾ ਕਲਿਆਣ ਦਾਸ ਜੀ, ਬੇਬੇ ਨਾਨਕ ਦੀ, ਭਾਈ ਜੈ ਰਾਮ ਸਾਰੇ ਉੱਥੇ ਆ ਗਏ। ਰਸਤੇ 'ਚ ਆ ਕੇ ਬਹਿ ਗਏ ਜੋ ਰਾਹ ਸੀ, ਅਤੇ ਉਡੀਕ ਕਿਹਦੀ ਹੈ? ਗੁਰੂ ਨਾਨਕ ਦੇਵ ਸਾਹਿਬ ਜੀ ਦੇ ਆਉਣ ਦੀ, ਜਦੋਂ ਆਪਣੀਆਂ ਉਦਾਸੀਆਂ ਦੇ ਵਿੱਚ ਸਨ। ਅਤੇ ਬੜਾ ਵੈਰਾਗ ਛਾਇਆ ਹੋਇਆ ਸਾਰਿਆਂ ਦੇ ਦਿਲਾਂ 'ਚ, ਚਾਹੇ ਉਹ ਬੇਬੇ ਨਾਨਕੀ ਹੈ, ਮਹਿਤਾ ਕਲਿਆਣ ਦਾਸ ਜੀ ਨੇ, ਰਾਏ ਬੁਲਾਰ ਜੀ ਨੇ, ਸਾਰੇ ਬੜੇ ਵਿਰਾਗ ਵਿੱਚ ਗੁਰੂ ਨਾਨਕ ਦੇਵ ਸਾਹਿਬ ਨੂੰ ਯਾਦ ਕਰ ਰਹੇ ਨੇ। ਅਤੇ ਸਾਰੇ ਰਸਤੇ 'ਚ ਬੈਠੇ ਹੋਏ ਨੇ, ਅਤੇ ਅੱਗੇ ਭਾਈ ਵੀਰ ਸਿੰਘ ਜ਼ਿਕਰ ਕਰਦੇ ਨੇ ਵੀ ਰਾਏ ਬੁਲਾਰ ਭਾਵੇਂ ਰਾਜਾ ਸੀ ਅਤੇ ਮਹਿਤਾ ਉਸਦਾ ਅਹਿਲਕਾਰ ਸੀ, ਪਰ ਗੁਰੂ ਜੀ ਦੇ ਪ੍ਰੇਮ ਦੇ ਕਾਰਨ ਪਿਆਰ ਐਸਾ ਪੈ ਚੁੱਕਾ ਸੀ ਕਿ ਸਤ ਸੰਗਤ ਵਿੱਚ ਕੋਈ ਵੱਡਾ ਛੋਟਾ ਵੱਡ ਛੋਟਾ ਦਾ ਵਿਚਾਰ ਜਾਂ ਕੋਈ ਸਾਹਿਬੀ ਚਾਕਰੀ ਦਾ ਪਰਦਾ ਵਿਚਾਲੇ ਨਹੀਂ ਸੀ। ਕਹਿੰਦੇ ਵੀ ਰਾਏ ਬੁਲਾਰ ਸੀ ਨਾ ਜਿਹੜੇ ਇਲਾਕੇ ਦੇ ਰਾਜੇ ਸੀ, ਅਤੇ ਗੁਰੂ ਨਾਨਕ ਦੇਵ ਸਾਹਿਬ ਦੇ ਪਿਤਾ ਜੀ ਪਟਵਾਰੀ ਸਨ, ਨੌਕਰੀ ਕਰਦੇ ਸਨ ਉਹਨਾਂ ਕੋਲ, ਪਰ ਜਦੋਂ ਕਿਤੇ ਇੱਥੇ ਇਸ ਤਰ੍ਹਾਂ ਵਿਰਾਗ ਵਿੱਚ ਜੁੜੇ ਹੁੰਦੇ ਸਨ, ਉੱਥੇ ਕੋਈ ਮਾਲਕ ਨੌਕਰ ਵਾਲੀ ਗੱਲ ਨਹੀਂ ਸੀ ਹੁੰਦੀ, ਕੋਈ ਕਿਸੇ ਤਰ੍ਹਾਂ ਦਾ ਸਾਹਿਬੀ ਚਾਕਰੀ ਦਾ ਕੋਈ ਵੀ ਪਰਦਾ ਵਿਚਾਲੇ ਨਹੀਂ ਸੀ ਹੁੰਦਾ। ਮਾਨੋ ਇੱਕੋ ਪਰਿਵਾਰ ਸਿੱਖੀ ਪ੍ਰੇਮ ਵਿੱਚ ਬੈਠਾ, ਸ਼ਬਦ ਦਾ ਵਿਦਿਆ ਸ਼ਬਦ ਦੇ ਰਸੇ ਰਸ ਦਾਤੇ ਗੁਰੂ ਦੇ ਪ੍ਰੇਮ ਵਿੱਚ ਇੱਕ ਹੋ ਰਿਹਾ ਹੈ। ਭੋਗ ਪਏ ਪਰ ਬਿਰਧ ਰਾਏ ਨੇ ਨੇਤਰ ਖੋਲ੍ਹੇ ਅਤੇ ਆਕਾਸ਼ ਵੱਲ ਤੱਕਿਆ ਅਤੇ ਕਿਹਾ, ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵੰਨ, ਕਹਿ ਦੋਖੜੇ ਸੜਿਓ ਹੀ ਕਾਲੀ ਹੋਈ ਆ ਦੇਹੁਰੀ ਨਾਨਕ ਮੈਂ ਤਨ ਭੰਗ, ਜਾਣਾ ਪਾਣੀ ਨਾਲ ਹਾਂ ਜੈ ਸਿੱਤੀ ਮੇਰਾ ਸੰਗ, ਜਿੱਤ ਡਿੱਠੇ ਤਨ ਪਰਫੜੈ ਚੜ੍ਹੇ ਚਵੱਕਣ ਵੰਨ। ਗੁਰਬਾਣੀ ਦਾ ਸ਼ਬਦ ਹੈ, ਉਹਦਾ ਜ਼ਿਕਰ ਭਾਈ ਵੀਰ ਸਿੰਘ ਕਰ ਰਹੇ ਨੇ ਵੀ ਰਾਏ ਬੁਲਾਰ ਜੀ ਨੇ ਸ਼ਬਦ ਉਚਾਰਨ ਕੀਤਾ। ਬੇਬੇ ਜੀ, ਰਾਏ ਬੁਲਾਰ ਜੀ ਕਹਿੰਦੇ ਨੇ ਬੇਬੇ ਨਾਨਕੀ ਨੂੰ, ਬੇਬੇ ਜੀ ਸਾਡੇ ਨਿਰੰਕਾਰ ਦੇ ਪਿਆਰੇ ਅਜੇ ਨਹੀਂ ਆਏ, ਬੀਬੀ ਧੀ ਸੱਚੋ ਸੱਚ ਦੱਸੋ ਕਿ ਮੈਨੂੰ ਅੰਤਕਾਲ ਤੋਂ ਪਹਿਲੇ ਇੱਕ ਵੇਰ ਦਰਸ਼ਨ ਹੋ ਜਾਣਗੇ ਸਹੀ? ਅਤੇ ਬੇਬੇ ਨਾਨਕੀ ਜਗੂ ਨੇਤਰ ਭਰ ਕੇ ਕਹਿੰਦੇ ਨੇ, ਸਤਿਕਾਰਯੋਗ ਪਿਤਾ ਜੀ, ਉਹਨਾਂ ਦੇ ਦਰੋਂ ਘਰੋਂ ਆਸ ਤਕਵਾਂ ਨਹੀਂ ਤੋੜਨਾ ਚਾਹੀਦਾ, ਉਹ ਬਿਰਧ ਦੇ ਪਾਲਣਹਾਰ ਹਨ, ਜ਼ਰੂਰ ਕਿਰਤਾਰਥ ਕਰਨਗੇ, ਉਹਨਾਂ ਦੀ ਵਰੇਗੰਢ ਨੇੜੇ ਆ, ਇਸ ਲਈ ਛੇਤੀ ਆਸਾਂ ਪੂਰਨ ਹੋਣਗੀਆਂ। ਰਾਏ ਬੁਲਾਰ ਕਹਿੰਦੇ ਨੇ, ਸੱਚ ਹੈ ਆਦਰਯੋਗ ਪੂਜਨੀਕ ਪੁੱਤਰੀ, ਇਹ ਜ਼ਰੂਰ ਪਹੁੰਚਣਗੇ ਵਰੇਗੰਢ ਸ਼੍ਰੀ ਨਿਰੰਕਾਰ ਜੀ, ਮੈਂ ਭੁੱਲ ਗਿਆ ਵਰੇਗੰਢ, ਤਾਂ ਤੁਸੀਂ ਆਖ ਸਕਦੇ ਹੋ ਜਿਨ੍ਹਾਂ ਨੂੰ ਸੰਬੰਧੀ ਹੋਣ ਦਾ ਵੀ ਦਾਅਵਾ ਹੈ, ਮੈਨੂੰ ਤਾਂ ਸਿੱਖ ਹੋਣ ਦੀ ਲਾਲਸ ਹੈ, ਮੈਂ ਕਿੱਕੂ ਆਖਾਂ, ਮੈਂ ਤਾਂ ਇਹ ਆਖਾਂ ਜੋ ਮੇਰੇ ਸੱਚੇ ਗੁਰੂ ਦਾ ਮਿਲਾਦ ਸ਼ਰੀਫ ਪੁਰਬ ਦਿਨ ਕਦੋਂ ਹੈ, ਜਾਂ ਇਹ ਕਿ ਨੂਰ ਇਲਾਹੀ ਦੇ ਪ੍ਰਗਟ ਹੋਣ ਦਾ ਮੁਬਾਰਕ ਦਿਹਾੜਾ ਕਿਹੜਾ ਆਉਣਾ ਹੈ। ਬੇਬੇ ਜੀ ਅੱਗੋਂ ਕਹਿੰਦੇ ਨੇ, ਸਨਮਾਨਯੋਗ ਪਿਤਾ ਜੀ, ਸੱਤ ਹੈ ਅਸੀਂ ਵੀ ਸਿੱਖੀ ਦੇ ਚਾਹਵਾਨ ਹਾਂ, ਭਾਵੇਂ ਉਹ ਸਾਕਾਦਾਰੀ ਦੀ ਮਾਇਆ ਪਵੇ ਹੀ ਪਵੇ, ਪਰ ਉਸ ਨੂੰ ਜਿੱਤਣਾ ਹੈ। ਪਿਆਰੇ ਗੁਰੂ ਜੀ ਦੇ ਪੁਰਬ ਦੇ ਦਿਹਾੜੇ ਵਿੱਚ ਪਿਤਾ ਜੀ ਕੋਈ 8 ਦਿਨ ਹੀ ਬਾਕੀ ਹਨ। ਇਹ ਗੱਲ ਮੂੰਹ ਵਿੱਚ ਹੀ ਸੀ ਕਿ ਦੋ ਮੂਰਤਾਂ ਦੇ ਦੂਰੋਂ ਆਉਣ ਦਾ ਝੌਲਾ ਪਿਆ, ਸਭੇ ਨਜ਼ਰਾਂ ਉੱਧਰ ਉੱਠ ਗਈਆਂ, ਪਿਆਰ ਦੀ ਖਿੱਚ ਪਈ, ਕੁਛ ਪਲਾਂ ਮਗਰੋਂ ਦੋ ਪਿਆਰੇ ਆ ਪਹੁੰਚੇ, ਭਾਈ ਭਗੀਰਥਾ ਜੀ ਅਤੇ ਭਾਈ ਮਨਸੁਖ ਜੀ। ਜਿੱਥੇ ਰਸਤੇ 'ਚ ਬੈਠੇ ਸਨ ਨੇ ਸਾਰੇ ਜਣੇ, ਰਾਏ ਬੁਲਾਰ, ਮਹਿਤਾ ਕਲਿਆਣ ਦਾਸ, ਬੇਬੇ ਨਾਨਕੀ ਜੀ, ਭਾਈ ਜੈ ਰਾਮ, ਮਾਤਾ ਤ੍ਰਿਪਤਾ ਜੀ, ਅਤੇ ਰਾਏ ਬੁਲਾਰ ਦੇ ਹੋਰ ਵੀ ਬਹੁਤ ਸਾਰੇ ਨੌਕਰ ਚਾਕਰ ਉੱਥੇ ਸਨ, ਅਤੇ ਦੋ ਜਣੇ ਹੋਰ ਆ ਗਏ ਨੇ ਇੱਥੇ ਗੁਰੂ ਨਾਨਕ ਸਾਹਿਬ ਜੀ ਨੂੰ ਪਿਆਰ ਕਰਨ ਵਾਲੇ, ਭਾਈ ਭਗੀਰਥਾ ਜੀ ਅਤੇ ਭਾਈ ਮਨਸੁਖ ਜੀ।
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਆਰੇ ਸਿੱਖ ਆਏ, ਬੇਬੇ ਜੀ ਨੇ ਪਛਾਣ ਲਏ, ਉੱਠ ਖੜੋਤੀ ਹੱਥ ਜੋੜੇ ਤੇ ਸੀਸ ਨਵਾ ਕੇ ਆਵਾਜ਼ ਦਿੱਤੀ, ਰੱਬ ਵੀਰ ਦੇ ਦਿਓਤੇ ਪਿਆਰਿਓ ਇੱਧਰ ਹੀ ਆ ਦਰਸ਼ਨ ਦਿਓ। ਬੇਬੇ ਜੀ ਪ੍ਰੇਮ ਭਰੀ ਵੈਰਾਗਮਈ ਵਾਰ ਸੁਣ ਕੇ ਤੱਕੇ ਅਰ ਦੂਜੀ ਪਲ ਦੰਡਵਤ ਧਰਤੀ ਪਰ ਟੈ ਪਏ। ਦੋਵਾਂ ਜਣਿਆਂ ਨੇ ਜਿਹੜਾ ਉਹ ਜ਼ਮੀਨ 'ਤੇ ਲੇਟ ਕੇ ਨਮਸਕਾਰ ਕੀਤੀ, ਦੰਡਵਤ ਧਰਤੀ ਪਰ ਟੈ ਪਏ। ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ, ਹਰ ਬਿਨ ਜੀਰਾ ਰਹਿ ਨਾ ਸਕੈ, ਖਿਲ ਸਤਿਗੁਰ ਬੂਝ ਬੁਝਾਈ। ਬੇਬੇ ਨੇ ਸੀਸ ਧਰਤੀ ਤੋਂ ਚੁੱਕੇ ਸੇਜਲ ਨੇਤਰਾਂ ਨਾਲ ਕਿਹਾ, ਹੇ ਸੱਚੇ ਪ੍ਰੇਮੀਓ, ਹੇ ਨਿਸ਼ਕਾਮ ਅਨਨ ਭਗਤੋ, ਸਾਡੇ ਮਾਣ ਤਾਣ ਦੇ ਦਾਅਵੇਦਾਰਾਂ 'ਤੇ ਕਿਰਪਾ ਕਰੋ। ਦੱਸੋ ਵੀਰ ਜੀ ਕਿੰਨੀ ਵਾਟ 'ਤੇ ਹਨ ਅਤੇ ਕਦੋਂ ਕਿਰਪਾ ਕਰਦੇ ਹਨ? ਭਾਈ ਭਗੀਰਥਾ ਜੀ ਅੱਗੋਂ ਕਹਿੰਦੇ ਨੇ, ਬੇਬੇ ਜੀ ਅਸੀਂ ਤਾਂ ਦਰਸ਼ਨ ਦੀ ਆਸ ਤੱਕ ਕੇ ਇੱਥੇ ਆਏ ਹਾਂ। ਇੱਕ ਮਹੀਨੇ ਤੋਂ ਭਾਈ ਮਨਸੁਖ ਜੀ ਅਤੇ ਮੈਂ ਅੱਗੇ ਕਿਤੇ ਵਾਂਢੇ ਗਏ ਹੋਏ ਸਾਂ ਅਤੇ ਉੱਥੇ ਰਲ ਕੇ ਸਤਸੰਗ ਕਰਕੇ ਵੇਲਾ ਸੋਹਣਾ ਲਗਾਉਂਦੇ ਰਹੇ ਹਾਂ। ਅੱਜ 7 ਦਿਨ ਹੋਏ ਤਾਂ ਸਾਨੂੰ ਸੁੱਤੇ ਹੀ ਤਾਂਘ ਲੱਗ ਪਈ ਜੋ ਤਲਵੰਡੀ ਚੱਲੀਏ, ਅਤੇ ਇਉਂ ਜਾਪੇ ਵੀ ਜਿੱਕੂ ਕੋਈ ਖਿੱਚਦਾ ਹੈ। ਬੇਬੇ ਜੀ ਅਸੀਂ ਤਾਂ ਇਹ ਜਾਣ ਕੇ ਵੀ ਜੋ ਸਤਿਗੁਰੂ ਜੀ ਆ ਗਏ ਹਨ ਸਿੱਧੇ ਇੱਧਰ ਹੀ ਆ ਗਏ ਹਨ। ਬੇਬੇ ਨਾਨਕੀ ਜੀ ਕਹਿੰਦੇ ਨੇ, ਅੱਛਾ ਤਾਂ ਤੁਸੀਂ ਲਾਹੌਰੋਂ ਨਹੀਂ ਆ ਰਹੇ, ਕਿਤੇ ਅੱਗਿਓਂ ਪਿੱਛੇ ਨੂੰ ਮੁੜੇ ਹੋ। ਸੱਤ ਹੈ ਮੀਂਹ ਵਸਣ ਤੋਂ ਪਹਿਲੇ ਪਿਆਰੇ ਸਲਾਰੇ ਆਇਆ ਕਰਦੇ ਹਨ, ਔਰ ਬਸੰਤ ਤੋਂ ਪਹਿਲੇ ਮਿੱਠੀ ਸ਼ਮੀਰ ਵਗਿਆ ਕਰਦੀ ਹੈ। ਤੁਹਾਡੇ ਚਰਨ ਪਾਉਣੇ ਦੱਸਦੇ ਹਨ ਜੋ ਵੀਰ ਜੀ ਆ ਰਹੇ ਹਨ। ਇਹ ਗੱਲਾਂ ਹੋ ਰਹੀਆਂ ਸਨ ਜੋ ਦੂਜੇ ਪਏ ਵੱਲੋਂ ਪਿਆਰੇ ਭਾਈ ਲਾਲੋ ਜੀ ਨਿਰਦਲਤਾ ਅਤੇ ਨਿਮਰਤਾ ਪਰ ਪਵਿੱਤਰਤਾ ਦੇ ਬਜ਼ੁਰਗੀ ਦੀ ਮੂਰਤਾ ਪਹੁੰਚੇ। ਇੱਥੇ ਜੰਗਲ ਵਿੱਚ ਮੰਗਲ ਵੇਖ ਕੇ ਦੈਵੀ ਸੰਬੰਧੀਆਂ ਅਤੇ ਪਿਆਰਿਆਂ ਦਾ ਦਰਸ਼ਨ ਕਰਕੇ ਆ ਮੱਥਾ ਟੇਕੇ ਅਤੇ ਬੋਲੇ, ਰਾਹ ਬੁਰਾ ਪਿਹਾਵਲਾ ਸਰ ਡੂਗਰ ਅਸਗਾਹਾ, ਮੈਂ ਤਨ ਅਵਗਣ ਝੁਰ ਮੋਈ ਵਿਣ ਗੁਣ ਕਿਉਂ ਕਰ ਜਾਹ। ਭਾਈ ਲਾਲੋ ਦੇ ਦਰਸ਼ਨ ਕਰਕੇ ਹੋਰ ਸਾਰੇ ਪ੍ਰੇਮ ਅਤੇ ਵਿਰਾਗ ਪੂਰਤ ਹੋ ਗਏ। ਰਾਏ ਜੀ ਨੇ ਪੁੱਛਿਆ, ਆਦੇ ਸਖੇ ਜੀ ਕੋਈ ਸਾਡੇ ਸਤਿਗੁਰੂ ਦਾ ਸੁਨੇਹਾ ਦੱਸੋ। ਅਤੇ ਭਾਈ ਲਾਲੋ ਜੀ ਅੱਗੋਂ ਕਹਿੰਦੇ ਨੇ, ਦੀਨ ਦਿਆਲ ਮੈਂ ਤਾਂ ਪਾਠ ਕਰਦਿਆਂ ਮਹਾਰਾਜ ਜੀ ਦਾ ਤਲਵੰਡੀ ਦਰਸ਼ਨ ਕੀਤਾ ਸੀ, ਅਤੇ ਇਸ ਟੋਹ ਪਰ ਜੋ ਆਪ ਆ ਗਏ ਹੋਣਗੇ, ਪੁਰਬ ਹੀ ਨੇੜੇ ਹੈ, ਮੈਂ ਆਇਆ ਹਾਂ। ਬੇਬੇ ਨਾਨਕੀ ਜੀ ਕਹਿੰਦੇ ਨੇ, ਤ੍ਰੇਲ ਭਿਜਵੀਂ ਪਿਆਰੀ ਸਰਦ ਰੁੱਤ ਤੋਂ ਪਹਿਲੇ ਕੂੰਜਾਂ ਆਉਂਦੀਆਂ ਹਨ, ਰਸ ਭਰੇ ਅੰਬਾਂ ਦੇ ਆਉਣ ਤੋਂ ਪਹਿਲਾਂ ਕੋਇਲਾਂ ਦੇ ਦਰਸ਼ਨ ਹੁੰਦੇ ਹਨ। ਪਿਆਰੇ ਵੀਰ ਜੀ ਅਗਵਾਨੀ ਤੋਂ ਪਹਿਲੇ ਪਰਮੇਸ਼ਵਰ ਜੀ ਦੇ ਸਵਾਰੇ ਗੁਰਮੁਖ ਆ ਰਹੇ ਹਨ, ਵੀਰ ਜ਼ਰੂਰ ਆਉਣਗੇ। ਇਸ ਪ੍ਰਕਾਰ ਕੀਰਤਨ ਅਤੇ ਵੈਰਾਗ ਸਤਸੰਗ ਅਤੇ ਬੇਨਤੀਆਂ ਕਰਦਿਆਂ ਦਿਨੋਂ ਲੰਘ ਗਏ। ਸਿੱਖਾਂ ਲਈ ਪੁਰਬ ਦਾ ਦਿਨ ਆ ਗਿਆ, ਪਰਿਵਾਰ ਲਈ ਪਿਆਰੇ ਦੀ ਵਰ੍ਹੇਗੰਢ ਦਾ ਦਿਨ ਆ ਗਿਆ। ਆਪੋ ਆਪਣੇ ਪਿਆਰੇ ਦੇ ਅਨੁਸਾਰ ਤਿਆਰੀਆਂ ਹੋਈਆਂ, ਪਹਿਲਾ ਦਿਨ ਲੰਘ ਗਿਆ, ਰਾਤ ਲੰਘ ਗਈ, ਅੰਮ੍ਰਿਤ ਵੇਲਾ ਹੋਇਆ, ਪਰ ਕੋਈ ਸੋਏ ਨਹੀਂ ਆਈ। ਸੋਏ ਦਾ ਮਤਲਬ ਵੀ ਹੁਣ ਤੱਕ ਵੀ ਕੋਈ ਖਬਰ ਨਹੀਂ ਆਈ। ਰਾਏ ਭੋਏ ਤਲਵੰਡੀ 'ਚ ਬੜੀਆਂ ਤਿਆਰੀਆਂ ਹੋ ਰਹੀਆਂ ਨੇ ਗੁਰੂ ਨਾਨਕ ਸਾਹਿਬ ਦੇ ਆਉਣ ਦੀ ਖੁਸ਼ੀ ਵਿੱਚ। ਜਿੱਥੇ ਅੱਜ ਕੱਲ੍ਹ ਸਰੋਵਰ ਹੈ, ਇਹ ਸਰੋਵਰ ਗੁਰੂ ਸਵਾਰੇ ਮਹਾਰਾਜਾ ਕੌੜਾ ਮੱਲ ਜੀ ਦਾ ਬਣਵਾਇਆ ਹੋਇਆ, ਨਨਕਾਣਾ ਸਾਹਿਬ ਦੀ ਗੱਲ ਕਰ ਰਹੇ ਨੇ, ਰਾਏ ਭੋਏ ਤਲਵੰਡੀ ਦੀ ਭਾਈ ਵੀਰ ਸਿੰਘ ਜੀ। ਇੱਥੇ ਕੁ ਵਾਰ ਰਾਏ ਜੀ ਅੰਮ੍ਰਿਤ ਵੇਲੇ ਧਿਆਨ ਵਿੱਚ ਆ ਜੁੜੇ, ਸਜਾਦੇ ਨੇ ਮੱਧਮ ਕੋਮਲ ਸੁਰ ਵਿੱਚ ਕੀਰਤਨ ਆਰੰਭਿਆ, ਤਿੰਨੇ ਸਿੱਖ ਅਤੇ ਭਾਈ ਜੈ ਰਾਮ ਜੀ ਵੀ ਆ ਬੈਠੇ। ਕੋਈ ਪਹੁ ਫੁਟਾਲੇ ਤੋਂ ਪਹਿਲੇ ਬੇਬੇ ਜੀ ਅਤੇ ਮਾਤਾ ਜੀ ਅਤੇ ਮਹਿਤਾ ਜੀ ਵੀ ਆ ਗਏ।
ਕੀਰਤਨ ਦਾ ਭੋਗ ਪੈ ਗਿਆ, ਪਹੁ ਦਾ ਚਾਨਣਾ ਫੈਲ ਗਿਆ, ਸ਼੍ਰੀ ਗੁਰੂ ਜੀ ਨਹੀਂ ਪਹੁੰਚੇ। ਸਾਰਿਆਂ ਦੇ ਜੀਵ ਵਿੱਚ ਪੱਕਾ ਭਰੋਸਾ ਹੈ ਕਿ ਗੁਰੂ ਜੀ ਆ ਰਹੇ ਹਨ, ਪ੍ਰਕਰਤਾਰ ਜਾਣੇ। ਦੇਹੋਂ ਚੜ੍ਹਿਆ, ਸੂਰਜ ਨਿਕਲ ਪਿਆ, ਤਿੱਖਾ ਹੋ ਗਿਆ, ਸਭੇ ਚੁੱਪ ਹਨ ਅਤੇ ਸੁਰਤ ਵਿੱਚ ਸ਼ਬਦ ਪਰੋਇਆ ਜਾ ਰਿਹਾ ਹੈ। ਚੰਗਾ ਸੂਰਜ ਉੱਚਾ ਹੋ ਗਿਆ ਤਾਂ ਰਾਏ ਜੀ ਨੇ ਨੇਤਰ ਖੋਲ੍ਹ ਕੇ ਕਿਹਾ, ਇਸ ਸਤਸੰਗ ਦੇ ਬੇੜੇ ਵਿੱਚ ਮੇਰੀ ਰੂਹ ਬਹੁਤ ਭਾਰੀ ਹੈ, ਮੈਨੂੰ ਸਿੱਟ ਦਿਓ ਜੋ ਸਭ ਦਾ ਬੇੜਾ ਤਰੇ। ਮੈਂ ਰਾਜ ਅੰਸ਼ ਖਾਂਦਾ ਹਾਂ, ਪ੍ਰਜਾ ਦਾ ਧਾਨ ਮੇਰੇ ਅੰਦਰ ਜਾਂਦਾ ਹੈ। ਗੁਰੂ ਜੀ ਆ ਰਹੇ ਹਨ ਪਰ ਮੇਰੇ ਪਾਪ ਰੋਕ ਰਹੇ ਹਨ। ਉੱਠ ਮਿੱਤਰੋ, ਭੈਣੋ, ਮਾਵੋ, ਘਰ ਪਹੁੰਚੋ, ਇਹ ਕਹਿ ਕੇ ਵੈਰਾਗ ਵਿੱਚ ਦਰਬ ਗਿਆ। ਫਿਰ ਕੁਝ ਵਾਰਤਾਲਾਪ ਹੋ ਕੇ ਸਭ ਘਰਾਂ ਨੂੰ ਚਲੇ ਗਏ। ਰਾਏ ਤਾਂ ਉੱਥੇ ਹੀ ਬੈਠਾ ਰਿਹਾ ਔਰ ਆਪਣਾ ਸਿਮਰਨ ਕਰਦਾ ਰਿਹਾ, ਜੀ ਧਿਆਨ ਵਿੱਚ ਸਥਿਰ ਔਰ ਵੈਰਾਗ ਦਾ ਪ੍ਰਵਾਹ ਜਾਰੀ। ਆਖੇ ਅਜੇ ਅੱਜ ਪਿਆਰੇ ਦਾ ਪੁਰਬ ਹੈ, ਆਹ ਸੱਚੀ ਖੁਸ਼ੀ ਦਾ ਦਿਨ ਹੈ, ਪਿਆਰੇ ਦੀ ਬਾਣੀ ਪੜ੍ਹਨੀ ਇਹ ਪਿਆਰੇ ਦਾ ਮੇਲ ਹੈ। ਮਨ ਦਾ ਸੰਸਾਰ ਤੋਂ ਟੁੱਟ ਕੇ ਪਿਆਰੇ ਦੇ ਗੁਣਾਂ ਦੇ ਪੁਤਲੇ ਦੇ ਦਰਸ਼ਨ ਵਿੱਚ ਸਮਾਉਣਾ ਸੱਚਾ ਆਨੰਦ ਹੈ। ਅੱਜ ਇੱਕ ਛਿਨ ਸੁਰਤ ਹੋਰ ਧਿਰੇ ਨਾ ਲੱਗੇ, ਮੇਰਾ ਪੁਰਬ ਮੰਨਿਆ ਜਾਵੇ। ਉੱਧਰ ਤਿੰਨੇ ਸਿੱਖ ਵਣ ਹੇਠ ਜਾ ਬੈਠੇ, ਐਸੀ ਧਿਆਨ ਵਿੱਚ ਸੁਰਤ ਨਾਮ ਨਾਲ ਜੋੜੀ ਪ੍ਰੋਤੀ ਹੋਈ ਜੋ ਦੇਹੋਂ ਇਉਂ ਪਾਸੇ ਕੇ ਰਹੀ ਹੀ ਨਹੀਂ। ਇੰਨੇ ਨੂੰ ਬੇਬੇ ਜੀ ਘਰ ਆ ਕੇ ਪ੍ਰਸ਼ਾਦਾ ਲੈ ਕੇ ਉੱਥੇ ਆ ਗਈ ਜਿੱਥੇ ਸਿੱਖ ਬੈਠੇ ਸਨ। ਬੇਬੇ ਦਾ ਪ੍ਰੇਮ ਦੇਖੋ, ਬੇਬੇ ਨਾਨਕੀ ਜੀ ਦਾ ਨਾਮ ਵਿੱਚ ਸੁਰਤ ਵਿੱਚ ਵੀਰ ਮੂੰਹੋਂ ਸ਼ੁਕਰ ਸ਼ੁਕਰ ਧੰਨ ਤੂੰ ਦੀ ਧੁਨ ਅਤੇ ਹੱਥਾਂ ਨਾਲ ਗੁਰਮੁਖਾਂ ਵਾਸਤੇ ਪ੍ਰਸ਼ਾਦਾ ਤਿਆਰ ਕੀਤਾ, ਆਪ ਚੱਕ ਕੇ ਲਿਆਈ। ਸਿੱਖਾਂ ਨੇ ਕਿਹਾ, ਬੇਬੇ ਦਾਸਾਂ ਦੇ ਸਿਰ ਐਡਾ ਭਾਰ। ਪਰ ਪ੍ਰੇਮ ਸਵਾਰੀ ਭੈਣ ਨੇ ਕਿਹਾ, ਮੈਂ ਤਾਂ ਵੀਰ ਨੂੰ ਛਕਾ ਰਹੀ ਹਾਂ, ਸਿੱਖ ਮੇਰੇ ਵੀਰ ਦੇ ਪਿਆਰੇ ਉਸ ਦਾ ਰੂਪ ਹਨ, ਤੁਹਾਡੇ ਪ੍ਰੇਮ ਵਿੱਚ ਮੈਂ ਵੀਰ ਦਾ ਡੇਰਾ ਵੇਖਦੀ ਹਾਂ। ਉਹ ਪ੍ਰਸ਼ਾਦ ਛਕਦੇ ਹਨ, ਇਹ ਨਿਹਾਲ ਹੋ ਰਹੀ ਹੈ, ਅੱਜ ਗੁਰੂ ਸੱਚੇ ਦਾ ਪੁਰਬ ਹੋ ਗਿਆ, ਜੋ ਸੱਚੇ ਸਿੱਖਾਂ ਦੀ ਸੇਵਾ ਮੇਰੇ ਹੱਥਾਂ ਤੋਂ ਸਰ ਆਈ। ਭੈ ਰਾਮ ਭਾਈ ਜੈ ਰਾਮ ਜੀ ਥੋੜ੍ਹਾ ਪ੍ਰਸ਼ਾਦਾ ਪਾ ਕੇ ਵਣ ਵਣ ਫਿਰ ਰਹੇ ਹਨ, ਕਦੀ ਐਸ ਵਣ ਹੇਠ ਅੱਖਾਂ ਭਰ ਖਲੋਤੇ, ਸ਼ੁਕਰ ਕੀਤਾ, ਬੇਨਤੀ ਵਿੱਚ ਲੱਗ ਗਏ, ਹੇ ਗੁਰੂ ਮੈਂ ਅਵਗੁਣ ਹਾਰ ਦੇ ਹਿਰਦੇ ਵਿੱਚ ਵੀ ਨਾਮ ਦੀ ਡੋਰ ਬੰਨ ਦਿਓ। ਬੇਨਤੀ ਵਿੱਚ ਹੀ ਤ੍ਰਬਕ ਪੈਣਾ, ਉਹ ਆ ਗਏ ਨੇਤਰ ਖੋਲਣੇ, ਫਿਰ ਭਰਨੇ, ਫਿਰ ਦੂਜੇ ਵਣ ਹੇਠ ਜਾ ਕੇ, ਹੇ ਵਣ ਕਦੇ ਗੁਰੂ ਜੀ ਤੇਰੀ ਛਾਵੇਂ ਬੈਠੇ ਅਤੇ ਤੂੰ ਉਹਨਾਂ ਦੀ ਪਵਿੱਤਰਤਾ ਲਈ ਸੀ, ਆਹ ਕਿਵੇਂ ਮੈਂ ਵੀ ਯਾਦ ਵਿੱਚ ਪਾਵਣ ਹੋਵਾਂ। ਹੇ ਨਿਰੰਕਾਰ ਤੇਰੇ ਬਿਨਾਂ ਕੁਛ ਨਾ ਪਾਸੇ, ਉਹ ਆ ਗਏ ਹੈ ਉਹ ਤਾਂ ਮੇਰੇ ਅੰਦਰ ਹਨ, ਇਉਂ ਵਿਆਕੁਲ ਹੋ ਕੇ ਅੱਜ ਤਾਂ ਦੇ ਦਿਓ ਦਰਸ਼ਨ ਬਖਸ਼ੋ। ਇੱਕੁਰ ਹੀ ਦੂਜੇ ਵਣ ਹੇਠ ਜਾ ਬੈਠਣਾ ਅਤੇ ਨੇਤਰ ਭਰ ਭਰ ਕੇ ਰੋਣਾ, ਇਹ ਤਾਂ ਸਿਦਕੀਆਂ ਸਿੱਖਾਂ ਦੇ ਪਿਆਰਿਆਂ ਦਾ ਹਾਲ ਹੈ ਜੋ ਗੁਰਪੁਰਬ ਮਨਾ ਰਹੇ ਹਨ। ਉੱਧਰ ਮਾਤਾ ਦਾ ਕੀ ਹਾਲ ਹੈ ਜਿਸ ਨੇ ਵਰੇਗੰਢ ਮਨਾਉਣੀ ਹੈ, ਕੱਪੜਿਆਂ ਦਾ ਜੋੜਾ ਖੋਲ੍ਹਦੀ ਹੈ, ਆਖਦੀ ਹੈ ਪਿਆਰੇ ਪੁੱਤਰ ਇਹ ਤਾਂ ਪਾਓ, ਮੈਂ ਵਰਾ ਦਿਨ ਲਾ ਕੇ ਬਣਾਇਆ ਹੈ, ਹਾਏ ਮੇਰੇ ਭਾਗਾਂ ਭਾਗ ਕਿੱਥੋਂ। ਨਿਕਾਰੀ ਸਿੱਪੀ ਮੋਤੀ ਨੂੰ ਭਾਲਦੀ ਫਿਰਦੀ ਹੈ, ਸਿੱਪੀ ਤੂੰ ਚੂਨੇ ਦੀ ਹੈ, ਪੁੱਤ ਤਾਂ ਮੋਤੀ ਸੀ, ਸੋ ਮਾਣਕਾਂ ਵਿੱਚ ਜਾ ਬੈਠਾ ਹੈ, ਤੂੰ ਆਪਣਾ ਕਦਰ ਪਛਾਣ। ਹਾਏ ਖਾਣ ਰੋਂਦੀ ਹੈ ਹੀਰਾ ਆਵੇ, ਹੇ ਖਾਣ ਉਹ ਰਤਨ ਸੀ, ਸੋ ਰਤਨ ਪਾਰਕੂਆਂ ਵਿੱਚ ਜਾ ਬੈਠਾ। ਕਦਰਾਂ ਵਾਲਿਆਂ ਦੇ ਪਾਸ ਉਸ ਦਾ ਵਾਸ ਹੈ, ਮੈਂ ਨਕਾਰੀ ਹਾਂ, ਇਹ ਕਹਿ ਕੇ ਰੋਣ ਲੱਗ ਪਈ। ਅੱਖਾਂ 'ਤੇ ਤੌਰ ਪਰਤ ਗਏ ਅਤੇ ਦੌਰ ਘੌਰ ਹੋ ਕੇ ਆਖਦੀ ਹੈ, ਆ ਗਏ ਲਾਲ, ਉਹ ਆ ਗਏ,
ਆ ਪੁੱਤ ਮੇਰੇ ਗਲ ਲੱਗ ਮੈਂ ਮੱਥਾ ਸੁੰਗ ਲਵਾਂ। ਲੈ ਪੁੱਤ ਇਹ ਖਫਣੀ ਜਿਹੀ ਲਾਹ ਦੇ ਆ ਚੋਲਾ ਪਾ ਲੈ। ਨਾ ਪੁੱਤ ਤੈਂ ਬੜਾ ਕੰਮ ਕੀਤਾ ਹੈ, ਹੁਣ ਹੋ ਚੁੱਕੀ ਸੇਵਾ, ਹੁਣ ਆ ਕੱਪੜੇ ਪਹਿਣ ਲੈ। ਇਹ ਕਹਿੰਦੀ ਚੋਲਾ ਖੋਲਦੀ ਤੇ ਗਲਵੀਨ ਤੋਂ ਫੜ ਕੇ ਇਉਂ ਕਰਦੀ ਹੈ ਜਿੱਕੂ ਪਾ ਰਹੀ ਹੈ, ਇਉਂ ਕਰਦੀ ਬੇਸੁੱਧ ਹੋ ਜਾਂਦੀ ਹੈ। ਫਿਰ ਹੋਸ਼ ਆਉਂਦੀ ਹੈ, ਕੋਠੇ 'ਤੇ ਚੜ੍ਹਦੀ ਹੈ, ਚਾਰ ਸਵੇਰੇ ਤੱਕ 'ਤੇ ਆਖਦੀ ਹੈ, ਵੇ ਲਾਲ ਮੇਰੇ ਬਾਲ ਆਵੀਂ ਵੇ ਨਾਨਕਾ, ਹੇ ਰੱਬ ਦੀ ਜੋਤ ਜੀਓ, ਮੈਂ ਮਾਂ ਨਹੀਂ ਮਾਂ ਮਰ ਗਈ, ਮਮਤਾ ਮਾਰੀ ਮਾਂ, ਆਓ ਪਰਮੇਸ਼ਵਰ ਦੇ ਨੂਰ ਜੀਓ, ਆਓ ਮੈਂ ਸਦਕੇ ਗਈ। ਨਿਰਾਸ਼ ਹੋ ਕੇ ਫਿਰ ਉੱਠ ਹੇਠ ਉਤਰਦੀ ਹੈ, ਫਿਰ ਆਖਦੀ ਹੈ ਬੀਬੀ ਤੇਰਾ ਵੀਰ ਨਹੀਂ ਆਇਆ, ਵੇਖ ਖਾਂ ਘਰ ਸੁਈਆਂ ਸੁਈਆਂ ਲੱਗਦਾ ਪਿਆ, ਵੀਰ ਨੂੰ ਸੱਦ ਮਾਰ ਖਾਂ, ਬੀਬੀ ਬਾਜ ਮਾਰ, ਆਪਣੀ ਭੈਣ ਦੇ ਪਿਆਰੇ ਵੀਰ ਜੀ ਆਓ। ਇਹ ਆ ਕੇ ਫਿਰ ਰੋ ਪਈ, ਰੋਂਦੀ ਰੋਂਦੀ ਵਿਹੜੇ 'ਚ ਗਈ, ਮਹਿਤਾ ਜੀ ਦੁਪੱਟਾ ਤਾਣੀ ਲੇਟੇ ਪਏ ਹਨ, ਚਰਨ ਹਿਲਾ ਕੇ ਬੋਲੀ ਮਹਾਰਾਜ ਜੀ ਮੈਂ ਕੀ ਕਹਾਂ, ਅਜੇ ਨਹੀਂ ਆਏ, ਉੱਠੋ ਕਿਤੇ ਵੇਖੋ, ਕਿਸੇ ਵਣ ਹੇਠ ਸੁੱਤੇ ਨਾ ਪਏ ਹੋਣ, ਕਿਤੇ ਲੁੱਕੇ ਨਾ ਬੈਠੇ ਹੋਣ, ਮੇਰਾ ਲਾਲ ਲੱਭ ਲਿਆਓ। ਇਹ ਕਹਿੰਦੀ ਹੈ ਮਾਤਾ ਤ੍ਰਿਪਤਾ ਜੀ, ਕਿਸੇ ਪ੍ਰੇਮੀ ਦੇ ਮਨ ਮੇਰ ਪਵੇ ਜਿੱਥੇ ਬੈਠੇ ਹੋਣ, ਉਹ ਕੋਲੋਂ ਚਾਹ ਆਕੇ ਹੇ ਗੁਰੂ ਜੀ ਨਿਰੰਕਾਰ ਦੇ ਵਾਸਤੇ ਮਾਤਾ ਨੂੰ ਅੱਜ ਦਰਸ਼ਨ ਦਿਓ। ਹਾਂ ਹਾਂ ਦੱਸੋ ਕੀ ਕਰਾਂ, ਮੇਰਾ ਜੀ ਉੱਡ ਚੱਲਿਆ, ਉਹ ਆ ਗਏ ਮਾਂ ਮਾਂ ਮੈਂ ਆ ਗਿਆ। ਇਹ ਆਖਦੀ ਮਾਤਾ ਬੇਹੋਸ਼ ਹੋ ਗਈ। ਮਹਿਤਾ ਜੀ ਤ੍ਰਬਕ ਕੇ ਉੱਠ ਕੇ ਉੱਠਦੇ ਹਨ, ਪਿਆਰੀ ਸਤਵੰਤੀ ਨੂੰ ਸੰਭਾਲਦੇ ਹਨ, ਨੇਤਰਾਂ ਤੋਂ ਨੀਰ ਵਗਦਾ ਹੈ ਅਤੇ ਕਹਿੰਦੇ ਹਨ ਹੇ ਨਿਰੰਕਾਰ ਜੀ ਐਡੀ ਮੌਲ ਅਮੋਲਕ ਦਾਤ ਦੇ ਕੇ ਐਡਾ ਤਰਸੇਵਾਂ, ਪਰ ਮੈਂ ਕੀ ਆਖਾਂ, ਮੈਂ ਤਾਂ ਚਪੇੜਾਂ ਮਾਰੀਆਂ ਸਨ, ਮੇਰੇ ਕੀਤੇ ਦੀ ਸਜ਼ਾ ਹੈ, ਪਰ ਤੁਸਾਂ ਤਾਂ ਬੜਾ ਸਤਿਕਾਰ ਕਰਨ ਵਾਲੇ ਪੁੱਤਰ ਹੋ, ਤੁਸਾਂ ਤਾਂ ਦੁੱਖ ਨਹੀਂ ਮੰਨਿਆ, ਮੇਰਾ ਹੀ ਮਨ ਬੁਰਾ ਹੈ, ਮੈਂ ਤੁਹਾਨੂੰ ਨਹੀਂ ਦੋਸ਼ ਦਿੰਦਾ, ਆਪ ਨੂੰ ਹੀ ਆਖਦਾ ਹਾਂ, ਮੇਰੇ ਘਰ ਨਿਰੰਕਾਰ ਦੀ ਜੋਤ ਆਵੇ ਅਤੇ ਮੈਂ ਧੱਕੇ ਮਾਰਾਂ, ਮੇਰੇ ਹੱਥ ਨੂੰ ਕੁੜੱਲ ਕਿਉਂ ਨਾ ਪੈ ਗਏ, ਮੁਖਤ ਨਿਆਮਤ ਦਾ ਕਦਰ ਨਾ ਪਾਇਆ, ਧੋਖੇ ਨਾਲ ਗਵਾਇਆ, ਮੇਰੀਆਂ ਅੱਖਾਂ ਦੇ ਛੌੜ ਕਿਉਂ ਨਾ ਡੱਠੇ, ਮੈਂ ਕਿਉਂ ਪੁੱਤ ਨਾ ਪਛਾਣਿਆ, ਮੈਂ ਬਹੁਤ ਅਨਾਦਰ ਕੀਤਾ ਹੈ, ਮੇਰਾ ਦੰਡ ਇਹੋ ਹੈ ਜੋ ਮੱਛੀ ਵਾਂਗ ਤੜਫਾ, ਪਰ ਦਰਸ਼ਨ ਨਾ ਹੋਵੇ, ਪਰ ਹੇ ਲਾਲ ਹੇ ਜੋਤ ਨਿਰੰਜਣੀ ਹਾਏ ਕੀ ਆਖਾਂ, ਦਰਸ਼ਨ ਦਿਓ, ਹੋਰ ਕੀ ਆਖਾਂ, ਮੈਨੂੰ ਖਬਰੇ ਕੀ ਕਹੀਦਾ ਹੈ, ਮੇਰੀਆਂ ਆਂਦਰਾਂ ਫੁੱਟਦੀਆਂ ਹਨ, ਆਓ ਜੀ ਸਾਰੇ ਆਖਦੇ ਹਨ ਆਉਣਗੇ, ਮੇਰੀ ਤਾਂ ਹੁਣ ਮੌਤ ਨੇੜੇ ਹੈ, ਦੇਖਾਂ ਕੌਣ ਪਹਿਲੇ ਪਹੁੰਚਦਾ ਹੈ, ਕਰਮ ਤਾਂ ਮੇਰੀ ਮੌਤ ਨੂੰ ਪਹਿਲੇ ਹੀ ਲਿਆਉਣਗੇ, ਪਰ ਜੇ ਤੁਹਾਨੂੰ ਆਪਣੇ ਬਿਰਧ ਦੀ ਮੈਨੂੰ ਪਿਤਾ ਕਹਿਣ ਦੀ ਲਾਜ ਪੈ ਗਈ ਤਦ ਜ਼ਰੂਰ ਤੁਸੀਂ ਹੀ ਪਹਿਲੇ ਆਓਗੇ। ਹਾਂ ਭਗਵੰਤ ਮੇਰੀਆਂ ਆਂਦਰਾਂ ਖੁਸ਼ ਖੁਸ਼ ਕੇ ਟੁੱਟ ਚਲੀਆਂ ਹਨ, ਸਿਦਕ ਹੋਵੇ ਪ੍ਰੇਮ ਹੋਵੇ ਕੋਈ ਆਵੇ, ਇੰਜ ਇਸ ਉੱਜੜ ਦਿਲ ਲਈ ਕੌਣ ਆਵੇ, ਪਰ ਤੁਸਾਂ ਜੋ ਇਸ ਉੱਜੜ ਘਰ ਵਿੱਚ ਅਵਤਾਰ ਲਿਆ ਆਪੇ ਹੀ ਕਿਰਪਾ ਕੀਤੀ ਸੀ, ਤਦੋਂ ਸਾਡੇ ਵਿੱਚ ਕਿਹੜਾ ਗੁਣ ਸੀ, ਤਿਵੇਂ ਹੀ ਆਪੇ ਦਰਸ਼ਨ ਦਿਓ, ਆਹਾਂ ਮੇਰਾ ਵੀ ਦਿਲ ਗਿਆ, ਬੀਬੀ ਬੀਬੀ ਆਵੀਂ ਬਚੜਾ, ਮੈਂ ਤੁਰ ਚੱਲਿਆ ਹਾਂ। ਹੋ ਲਾਲ ਜੀ ਆਕਾਸ਼ ਨੂੰ ਜਾ ਰਹੇ ਹਨ, ਮੈਨੂੰ ਸੱਦਦੇ ਹਨ, ਤੇਰੀ ਮਾਂ ਨਾਲੇ ਜਾ ਰਹੀ ਹੈ, ਮੈਂ ਚੱਲਿਆ ਹਾਂ। ਇਹ ਕਹਿੰਦੇ ਬੇਸੁੱਧ ਜਿਹਾ ਹੋ ਕੇ ਟੈ ਪਏ, ਮੈਂ ਤੱਕ ਲਿਆਉਂਦਾ ਸੀ। ਬੀਬੀ ਕੋਠੇ 'ਤੇ ਸੀ, ਦਿਨ ਲਹਿਣ ਦੇ ਨੇੜੇ ਆ, ਸ਼ਾਮ ਪੈ ਗਈ ਹੈ,
ਦਿਨ ਲਹਿਣ ਦੇ ਨੇੜੇ ਹੋ ਚੁੱਕਾ ਸੀ। ਇਸ ਕਰਕੇ ਬੀਬੀ ਆਪਣੇ ਆਤਮ ਪ੍ਰੇਮ ਨਾਲ ਧਿਆਨ ਵਿੱਚ ਜੁੜੀ ਬੈਠੀ ਸੀ। ਪਿਤਾ ਦੀ ਆਵਾਜ਼ ਕੰਨੀ ਕੀਕੂ ਪੈਂਦੀ। ਉਹ ਤਾਂ ਵੀਰ ਵਿਯੋਗ ਵਿੱਚ ਵੀਰ ਦੇ ਧਿਆਨ ਮਗਨ ਉਹਨਾਂ ਦੇ ਵਿਰਹ ਵਿੱਚ ਪ੍ਰੇਮ ਦੇ ਰੋਹ ਵਿੱਚ ਤੜਫ ਰਹੀ ਸੀ। ਉਸ ਦੇ ਆਤਮਾ ਦੀ ਪ੍ਰੇਮ ਦੀ ਅਰਜੋਈ ਦਾ ਜੋ ਜੁੜੇ ਧਿਆਨ ਵਿੱਚ ਹੋ ਰਹੀ ਸੀ। ਕੁਛ ਨਕਸ਼ਾ ਇਸ ਗੀਤ ਵਿੱਚ ਇਸ ਤਰ੍ਹਾਂ ਹੈ। ਹੈ ਦਰ ਹੋਈ ਵੀਰ ਜੀ ਵਾਗਾਂ ਤੁਸਾਂ ਨਾ ਮੋੜੀਆਂ, ਨਾ ਸੁੱਖ ਸੁਨੇਹਾ ਘੱਲਿਆ ਕੀ ਮੋਹ ਤਨਾਵਾਂ ਤੋੜੀਆਂ, ਨਾ ਸੁਪਨਿਆਂ ਵਿੱਚ ਦਰਸ਼ ਹੋਏ ਧਿਆਨ ਵੀ ਹੈ ਹਾਰਿਆ। ਇਹ ਭੈਣ ਵਾਰੀ ਵੀਰ ਦੈਵੀ ਕਿਉਂ ਐਸ ਅਸਾਂ ਵਿਸਾਰਿਆ, ਹੋ ਰੂਪ ਆਤਮ ਵੀਰ ਜੀ ਹੈ ਅਸਾਂ ਸਾਖ ਪਛਾਣਿਆ, ਪਰ ਤੁਸੀਂ ਦਇਆ ਰੂਪ ਹੋ ਅਵਗਣ ਕਦੇ ਨਾ ਛਾਣਿਆ। ਇਸ ਤਰ੍ਹਾਂ ਗੀਤ ਵਿੱਚ ਭਾਈ ਵੀਰ ਸਿੰਘ ਜ਼ਿਕਰ ਕਰਦੇ ਨੇ ਵੀ ਜੋ ਬੇਬੇ ਨਾਨਕੀ ਜੀ ਛੱਤ 'ਤੇ ਬਹਿ ਕੇ ਬੜੇ ਵਿਰਾਗ ਵਿੱਚ ਆਪਣੇ ਵੀਰ ਨੂੰ ਯਾਦ ਕਰ ਰਹੇ ਨੇ। ਇਸ ਤਰ੍ਹਾਂ ਦੀ ਬੇਨਤੀ ਇਸ ਪ੍ਰੇਮ ਇਕਾਗਰਤਾ ਵਿੱਚ ਹੋਈ ਕਿ ਜਿੱਥੇ ਬੀਬੀ ਜੀ ਦੀ ਕੇਵਲ ਗਮਤਾ ਸੀ, ਇਸ ਜੁੜੇ ਧਿਆਨ ਵਿੱਚ ਸ਼੍ਰੀ ਗੁਰੂ ਜੀ ਬੀਬੀ ਜੀ ਵੱਲ ਆਤਮ ਪ੍ਰੇਮ ਨਾਲ ਤੱਕ ਰਹੇ ਹਨ। ਉਸ ਨੂਰ ਦੀ ਬਹੁਲਤਾ ਵਿੱਚ ਜੋ ਸਦਾ ਉਹਨਾਂ ਦੇ ਚਿਹਰੇ ਉਦਾਲੇ ਹੁੰਦੀ ਸੀ, ਉਹ ਸਦਾ ਪ੍ਰਸੰਨ ਮੁੱਖੜਾ ਮੁਸਕਰਾ ਰਿਹਾ ਹੈ ਔਰ ਬੀਬੀ ਦੇ ਜੁੜੇ ਹੋਏ ਹਿਰਦੇ ਨੂੰ ਬ੍ਰਹਮਾਨੰਦ ਦੇ ਰਿਹਾ ਹੈ। ਕੁਛ ਚਿਰ ਇਸ ਅਵਸਥਾ ਵਿੱਚ ਰਹਿ ਕੇ ਧਿਆਨ ਖੁੱਲ੍ਹਿਆ ਅਤੇ ਬੀਬੀ ਨੇ ਨੇਤਰ ਖੋਲ੍ਹੇ, ਤਦ ਪਹਿਲੀ ਨਜ਼ਰ ਵਿਹੜੇ ਵਿੱਚ ਪਈ ਕਿ ਦੇਖਦੀ ਹੈ ਕਿ ਉਹ ਨੂਰ ਨਾਨਕ ਨੂਰੀ ਦੇ ਨੂਰ ਦਾ ਪ੍ਰਭਾਵ ਖੇਡ ਰਿਹਾ ਹੈ। ਉਸ ਵਿੱਚ ਮਾਤਾ ਪਿਤਾ ਬੇਸੁੱਧ ਪਏ ਹਨ ਅਤੇ ਪਿਆਰੀ ਸੁਰਤ ਦੇ ਚਰਨ ਹਿਲਾ ਕੇ ਕਿਹਾ ਕਿ ਮਾਤਾ ਜੀ ਉੱਠੋ, ਹੋਰ ਤੱਕਦੀ ਹੈ ਤਾਂ ਕੀ ਵੇਖਦੀ ਹੈ ਕਿ ਜਗਤ ਦੇ ਤਾਰਨ ਹਾਰੇ ਵੀਰ ਜੀ ਬਿਰਤ ਦੇ ਪੂਰੇ ਆਏ ਹੋਏ ਹਨ ਅਤੇ ਮਾਤਾ ਪਿਤਾ ਦੇ ਚਰਨ ਹਿਲਾ ਕੇ ਕਹਿ ਰਹਿਣ ਕਿ ਉੱਠੋ ਜੀਓ, ਨੈਣ ਖੋਲ੍ਹੋ। ਪਹਿਲੇ ਤਾਂ ਧਾ ਕੇ ਉੱਠੀ ਪਰ ਫਿਰ ਇੱਕਦਮ ਰੁਕ ਗਈ। ਜੋ ਪਹਿਲੇ ਮਾਂ ਜੀ ਅਤੇ ਬਾਪੂ ਜੀ ਮਿਲ ਲੈਣ ਤਾਂ ਪਿੱਛੋਂ ਵੀਰ ਨੂੰ ਮਿਲਾ। ਕੈਸੀ ਕੁਰਬਾਨੀ ਹੈ ਪ੍ਰੇਮ ਵਿੱਚ, ਪ੍ਰੇਮੀ ਸਭ ਕੁਝ ਵਾਰ ਦੇ ਪ੍ਰੇਮ ਨੂੰ ਵੀ ਪ੍ਰੇਮ ਤੋਂ ਇਉਂ ਸ਼ਾਵਰ ਕਰ ਦਿੰਦੇ ਹਨ ਜਿੱਕੂ ਇਸ ਵੇਲੇ ਬੀਬੀ ਨੇ ਕੀਤਾ ਹੈ। ਪਿਤਾ ਜੀ ਦੀ ਇੱਕਦਮ ਅੱਖ ਖੁੱਲ੍ਹ ਗਈ। ਅੱਖ ਖੁੱਲ੍ਹਦੇ ਹੀ ਪੁੱਤਰ ਅੱਖਾਂ ਦੇ ਸਾਹਮਣੇ ਖੜ੍ਹਾ ਅਤੇ ਝੁੱਕ ਕੇ ਵੇਖ ਰਿਹਾ ਹੈ। ਘਬਰਾ ਕੇ ਉੱਠੇ, ਸਿਰ ਛਾਤੀ ਨਾਲ ਆਇਆ, ਹੇ ਜੋਤ ਨਿਰੰਕਾਰੀ ਮੇੜਦਾ, ਔਰ ਇਸ ਤਰ੍ਹਾਂ ਘੁੱਟ ਕੇ ਮਿਲੇ ਕਿ ਵਿਛੜਨਾ ਭੁੱਲ ਗਏ। ਇਸੇ ਸੁੱਖ ਵਿੱਚ ਮਹਿਤਾ ਜੀ ਨੂੰ ਖਿਆਲ ਆਇਆ ਕਿ ਮੈਂ ਸਦਾ ਭੁੱਲਦਾ ਹੀ ਰਿਹਾ ਹਾਂ, ਮੈਂ ਤਾਂ ਪ੍ਰੇਮ ਤੋਂ ਸੁੰਜਾਂ ਬੇਦਬੀਆਂ ਕਰਨੇ ਵਾਲਾ ਹਾਂ, ਆਪ ਮਿਲ ਰਿਹਾ ਹਾਂ ਪਰ ਇਹਨਾਂ ਦੀ ਮਾਤਾ ਜੀ ਨੂੰ ਮਿਲਣੋਂ ਵਾਂਝ ਰਿਹਾ ਹਾਂ, ਜਿਨ੍ਹਾਂ ਦਾ ਪ੍ਰੇਮ ਅੱਤ ਕੋਮਲ ਅਤੇ ਸਦਾ ਕੋਮਲ ਰਿਹਾ ਹੈ। ਹਾਂ, ਇਸ ਸਦਾ ਕੂਲੇ ਪ੍ਰੇਮ ਦੇ ਕਾਰਨ ਮੈਥੋਂ ਵਧੇਰਾ ਇਹਨਾਂ ਦਾ ਹੱਕ ਮਿਲਣ ਦਾ ਹੈ। ਜੀ ਛੱਡੂ ਨੂੰ ਨਹੀਂ ਕਰਦਾ ਪਰ ਆਪਣੀ ਸਤਵੰਤੀ ਦਾ ਵਿਸ਼ੇਸ਼ ਹੱਕ ਜਾਣ ਕੇ ਧੀਰਜ ਫੜਿਆ ਅਤੇ ਉਸ ਨੂੰ ਮੋਢਿਓਂ ਹਿਲਾ ਕੇ ਸੱਦ ਮਾਰੀ। ਤ੍ਰਿਪਤਾ ਜੀ, ਲਾਲ ਜੀ ਆ ਗਏ। ਸਤਿਗੁਰੂ ਨੇ ਚਰਨ ਫੜ ਕੇ, ਇੱਥੇ ਭਾਈ ਵੀਰ ਸਿੰਘ ਜ਼ਿਕਰ ਕਰ ਰਹੇ ਨੇ, ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਆ ਜਾਂਦੇ ਨੇ ਆਪਣੇ ਘਰ ਵਿੱਚ, ਮਾਤਾ ਪਿਤਾ ਬੇਸੁੱਧ ਪਏ ਨੇ, ਪਿਤਾ ਜੀ ਨੇ ਮਿਲ ਲਿਆ, ਹੋਸ਼ 'ਚ ਆਏ ਨੇ, ਮਾਤਾ ਜੀ ਨੂੰ ਉਠਾ ਰਹੇ ਨੇ ਗੁਰੂ ਨਾਨਕ ਦੇਵ ਸਾਹਿਬ ਜੀ, ਅਤੇ ਉਸ ਨੂੰ ਮੋਢਿਓਂ ਹਿਲਾ ਕੇ ਸੱਦ ਮਾਰੀ। ਤ੍ਰਿਪਤਾ ਜੀ, ਲਾਲ ਜੀ ਆ ਗਏ। ਸਤਿਗੁਰ ਨੇ ਚਰਨ ਫੜ ਕੇ ਪਿਆਰ ਨਾਲ ਦਬਾਏ, ਤਦ ਮਾਤਾ ਰਤਾ ਕੁ ਹਿੱਲੀ ਔਰ ਬੇਸੁਰਤੀ ਵਿੱਚ ਆਪ ਹੀ ਬੋਲੀ, ਮਾਂ ਜੀ ਮੈਂ ਆ ਗਿਆ ਹਾਂ। ਸ਼੍ਰੀ ਗੁਰੂ ਜੀ ਨੇ ਇਹ ਵਾਕ ਡਾਢੇ ਪਿਆਰ ਨਾਲ ਕਹੇ ਅਤੇ ਜੀ ਨਾਨਕ ਆ ਗਿਆ ਹੈ। ਹੁਣ ਮਾਂ ਦੀ ਅੱਖ ਖੁੱਲ੍ਹੀ, ਪੁੱਤ ਡਿੱਠਾ ਉੱਠਦੀ ਨੇ ਗਲ ਨਾਲ ਲਾਇਆ, ਅੱਖਾਂ ਤੋਂ ਹੰਝੂਆਂ ਤੱਕ ਕੜ੍ਹ ਪਾਟ ਗਏ ਪਾਟ ਪਿਆ। ਬੁਲਾਵਾਂ ਲੈਂਦੀ ਹੋਈ ਕੁਛ ਕਹਿੰਦੀ ਹੈ ਪਰ ਸਮਝ ਵਿੱਚ ਕੁਛ ਨਹੀਂ ਪੈਂਦਾ। ਇੱਕ ਹੱਥ ਨਾਲ
ਘੁੱਟ ਰੱਖਿਆ ਇੱਕ ਹੱਥ ਕੰਢ ਤੇ ਫੇਰਦੀ ਤੇ ਆਖਦੀ ਹੈ ਮਾਂ ਮਰ ਗਈ ਮੈਂ ਮਾਂ ਨਹੀਂ ਹੁਣ ਨਾ ਵਿਛੜਨਾ। ਕਿੰਨਾ ਚਿਰ ਇਸ ਬੇਬਲਤਾ ਵਿੱਚ ਲੰਘਿਆ ਫਿਰ ਨੈਣ ਖੋਲਦੀ ਹੈ ਸਦਕੇ ਹੋ ਕੇ ਫਿਰ ਨੈਣ ਮੀਟਦੇ ਹਨ। ਇਉਂ ਹੁੰਦਿਆਂ ਮਾਂ ਜੀ ਨੂੰ ਪਹਿਲਾ ਖਿਆਲ ਆਇਆ ਸੋ ਇਹ ਸੀ ਜੋ ਬੀਬੀ ਕਿੱਥੇ ਗਈ ਲਾਲ ਜੀ ਬੀਬੀ ਮਿਲੀ ਹੈ ਕਿ ਨਹੀਂ। ਸ਼੍ਰੀ ਗੁਰੂ ਜੀ ਕਹਿੰਦੇ ਨੇ ਅੱਗੋਂ ਗੁਰੂ ਨਾਨਕ ਦੇਵ ਸਾਹਿਬ ਮਾਤਾ ਜੀ ਬੇਬੇ ਜੀ ਸਦਾ ਹੀ ਮਿਲਦੇ ਹਨ। ਮਾਤਾ ਜੀ ਕਹਿੰਦੇ ਨੇ ਬੀਬੀ ਜੀ ਬੀਬੀ ਜੀ ਭਾਵ ਕੇ ਬੇਬੇ ਨਾਨਕ ਜੀ ਆ ਬਚੜੀ ਆ ਧੀ ਆ ਆ ਸੁਲੱਖੇ ਪੈਰੇ ਵਾਲੀਏ ਆ ਭਾਗੇ ਭਰੀਏ ਆ ਮੈਨੂੰ ਆਪਣੇ ਵੀਰ ਨਾਲ ਮਿਲਦੀ ਵੇਖ ਕੇ ਨਿਹਾਲ ਹੋ। ਗੁਰੂ ਜੀ ਵੱਲ ਤੱਕ ਕੇ ਲਾਲ ਜੀ ਬੀਬੀ ਬੜਾ ਵਿਰਾਹ ਕਰਦੀ ਹੈ ਇਹਨਾਂ ਨੂੰ ਬੀਬੀ ਭਾਵ ਕੇ ਬੇਬੇ ਨਾਨਕੀ ਜੋ ਇਸ ਅਚਰਜ ਮਿਲਾਪ ਨੂੰ ਤੱਕਦੀ ਛਮਾ ਛਮ ਰੋ ਰਹੀ ਸੀ। ਧਾ ਕੇ ਵਧੀ ਵੀਰ ਦੇ ਪੈਰਾਂ 'ਤੇ ਚੁਫਾਲ ਡਿੱਗੀ ਪਰ ਉਸ ਮਰਿਆਦਾ ਸ਼ੀਲ ਪੂਰਨ ਪੁਰਖ ਨੇ ਅੱਧ ਵਾਟਿਓਂ ਸਿਰ ਬੋਝ ਕੇ ਭੈਣ ਦੇ ਵੱਲ ਸੀਸ ਝੁਕਾਇਆ ਸੀ ਕਿ ਬੇਬੇ ਬੜੀ ਅਕੁਲਾਈ ਪਰ ਮਾਂ ਨੇ ਦੋਹਾਂ ਨੂੰ ਗੁਲਵੱਕੜੀ ਵਿੱਚ ਲੈ ਕੇ ਘੁੱਟ ਲਿਆ। ਇੱਧਰ ਇਹ ਆਪਣੇ ਪ੍ਰੇਮ ਦੇ ਮਿਲਾਪ ਵਿੱਚ ਮਗਨ ਸਨ ਉੱਧਰ ਆਂਢ ਗੁਆਂਢ ਅਤੇ ਵੇਦੀਆਂ ਦੇ ਘਰੀਂ ਖਬਰ ਪੁੱਜ ਗਈਆਂ ਕੋਠਿਆਂ ਤੋਂ ਲੋਕ ਇਹਨਾਂ ਦੇ ਕੋਠੇ ਆ ਗਏ ਸੀ। ਪਿਆਰ ਵਾਲਿਆਂ ਗੁਆਂਢਣਾਂ ਨੇ ਇਹਨਾਂ ਦੇ ਘਰ ਦੀ ਕਮਾਲਾ ਕਰ ਦਿੱਤੀ। ਕੋਠੇ ਚਾਰ ਸਵੇਰੇ ਪਿੰਡ ਦੇ ਸੱਜਣਾਂ ਨਾਲ ਭਰ ਗਏ ਅਤੇ ਬਣ ਫੁੱਲਾਂ ਦੀ ਵਰਖਾ ਹੋ ਰਹੀ ਹੈ। ਉੱਧਰ ਰਾਏ ਬੁਲਾਰ ਨੂੰ ਸੁਨੇਹਾ ਪਹੁੰਚ ਗਿਆ। ਉਹ ਬਿਰਧ ਪੁਰਖ ਨਗਰ ਦਾ ਰਾਜਾ ਤੁਰ ਕੇ ਆਇਆ। ਡਿਉੜੀ ਵਿੱਚ ਹੀ ਸੀ ਕਿ ਗੁਰੂ ਜੀ ਉੱਠ ਬੈਠੇ ਅਤੇ ਅੱਗੇ ਵਧੇ ਅਤੇ ਸੀਸ ਨਿਵਾਉਣ ਹੀ ਲੱਗੇ ਸਨ ਪਰ ਉਸਨੇ ਅੱਗੇ ਹੋ ਕੇ ਕਦਮਾਂ 'ਤੇ ਸਿਰ ਸੁੱਟ ਕੇ ਕਿਹਾ ਇਸ ਵਡਿਆਈ ਨੂੰ ਮੇਰੇ ਮਰਨ ਤੋਂ ਪਹਿਲੇ ਮਰਨ ਦਿਓ। ਪਰ ਸ਼੍ਰੀ ਗੁਰੂ ਜੀ ਨੇ ਸੰਭਾਲ ਕੇ ਕਿਹਾ ਰਾਏ ਜੀ ਤੁਸੀਂ ਧੰਨ ਹੋ ਲਿਵ ਲੱਗੀ ਰਹੇ। ਇਹ ਕਹਿੰਦੇ ਹੀ ਘੁੱਟ ਕੇ ਮਿਲੇ ਔਰ ਉਸ ਪਿਆਰ ਵਿੱਚ ਸਹਿਜ ਸੁਭਾਅ ਮੂੰਹੋਂ ਨਿਕਲਿਆ ਰਾਏ ਜੀ ਕਲਿਆਣ ਭਾਈ ਲਾਲੋ ਭਾਈ ਭਗੀਰਥਾ ਅਤੇ ਸਨਮੁਖ ਜੀ ਹੁਣ ਆ ਪਹੁੰਚੇ ਸੇ। ਸ਼੍ਰੀ ਗੁਰੂ ਜੀ ਪਿਆਰੇ ਸਿੱਖਾਂ ਨੂੰ ਡਾਢੇ ਹੀ ਪਿਆਰ ਨਾਲ ਮਿਲੇ ਗਲ ਲਾ ਕੇ ਥਾਪੜੇ ਦਿੱਤੇ ਅਤੇ ਕਿਹਾ ਕਲਿਆਣ ਜਾਂ ਇਹ ਸਾਰੇ ਮੇਲ ਮਿਲਾਪ ਹੋ ਚੁੱਕੇ ਅਤੇ ਹੋਸ਼ ਸਭ ਦੀ ਉਸ ਚੜ੍ਹੀ ਹੋਈ ਸੁਰਤ 'ਤੇ ਖੰਭਾਂ ਤੋਂ ਉਤਰੀ ਤਦ ਮਾਤਾ ਨੇ ਜੋ ਨਵੇਂ ਵਸਤਰ ਤਿਆਰ ਕੀਤੇ ਸਨ ਲਿਆ ਕੇ ਹੱਥੀਂ ਪਹਿਨਾਏ ਔਰ ਕੁਛ ਛਕਾਇਆ। ਨਗਰ ਦੇ ਲੋਕੀ ਅਤੇ ਸੱਜਣ ਹੁਣ ਵਧਾਈਆਂ ਦੇਣ ਅਤੇ ਦਰਸ਼ਨ ਕਰਨ ਉਮੜੇ ਚਲੇ ਆ ਰਹੇ ਸਨ। ਜੋ ਆਇਆ ਆਪ ਦਰਸ਼ਨਾਂ ਨਾਲ ਨਿਹਾਲ ਹੋਇਆ ਸਭ ਨੂੰ ਸਤਿਗੁਰੂ ਨੇ ਪਿਆਰ ਕੀਤਾ ਸੀਸ ਦਿੱਤੀ। ਇੰਨੇ ਨੂੰ ਗੁਰੂ ਜੀ ਘਬਰਾ ਕੇ ਉੱਠੇ ਖਲੋਤੇ। ਮਹਿਤਾ ਜੀ ਨੇ ਕਿਹਾ ਕਿਉਂ ਲਾਲ ਜੀ ਆਪ ਬੋਲੇ ਭਾਈ ਜੈ ਰਾਮ ਜੀ ਵਣਾਂ ਵਿੱਚ ਬੇਸੁੱਧ ਪਏ ਹਨ ਉਹਨਾਂ ਨੂੰ ਜਾ ਕੇ ਲੈ ਆਵੀਏ। ਮਰਦਾਨਾ ਉਹਨਾਂ ਵੱਲ ਗਿਆ ਪਰ ਜਗਾ ਨਹੀਂ ਸਕਿਆ। ਇਹ ਅੱਧੀ ਕੁ ਹੀ ਗੱਲ ਕਹਿ ਕੇ ਉੱਠ ਖੜੋਤੇ ਨੇਤਰ ਜਲ ਨਾਲ ਭਰ ਗਏ ਔਰ ਵਾਹੋ ਦਾ ਬਣ ਨੂੰ ਉੱਠ ਤੁਰੇ। ਸਿੱਖ ਸਾਰਾ ਪਰਿਵਾਰ ਹੋਰ ਸ਼ਰੀਕੇ ਦੇ ਅੰਗ ਸਾਥ ਅਤੇ ਹਮਸਾਏ ਪੀ ਮਗਰ ਹੋ ਤੁਰੇ। ਇੱਕ ਪਾਸੇ ਇੱਕ ਵਣ ਹੇਠ ਜੈ ਰਾਮ ਜੀ ਲੇਟੇ ਪਏ ਸਨ। ਸੁਰਤ ਨਹੀਂ ਜਾਪਦੀ ਸੀ ਪਰ ਬੇਹੋਸ਼ੀ ਵਿੱਚ ਆਵਾਜ਼ ਆ ਰਹੀ ਸੀ ਹੇ ਗੁਰੂ ਨਾਨਕ ਹੇ ਗੁਰੂ ਨਾਨਕ। ਭਾਈ ਮਰਦਾਨਾ ਜੋ ਪਹਿਲੀ ਜਗਾ ਜਗਾ ਕੇ ਹਾਰ ਚੁੱਕਾ ਸੀ ਹੁਣ ਪਾਸ ਬੈਠਾ ਸ਼ਬਦ ਗਾ ਰਿਹਾ ਸੀ ਅਮਕਰ ਸਾਜਣ ਆਏ ਸਾਚਾ ਮੇਲ ਮਿਲਾਏ। ਸਹਿਜ ਮਿਲਾਏ ਹਰ ਮਨ ਭਾਏ ਪੰਚ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ ਅਣਦਿਨ ਮੇਲ ਪਿਆ ਮਨ ਮਾਨਿਆ ਘਰ ਮੰਦਿਰ ਸੁਹਾਏ ਪੰਚ ਸ਼ਬਦ ਤੁਨ ਅਨਹਦ ਵਾਜੇ ਹਮਕਰ ਸਾਜਣ ਆਏ। ਪਰ ਭਾਇਆ ਜੀ ਦੀ ਸੁਰਤ ਉਸੇ ਆਪਣੀ ਧੁਨ ਵਿੱਚ ਮਤ ਸੀ। ਸ਼੍ਰੀ ਗੁਰੂ ਜੀ ਨੇ ਅੱਗੇ ਵੱਧ ਕੇ ਸੀਸ ਦੇ ਵਿਚਕਾਰ ਹੱਥ ਰੱਖ ਕੇ ਹਿਲਾਇਆ ਅਤੇ ਮਸਤਕ 'ਤੇ ਹੱਥ ਫਿਰ ਕੇ ਕਿਹਾ ਭਾਈਆ ਭਾਈਆ ਜੀ ਉੱਠੋ
ਧਨ ਨਿਰੰਕਾਰ ਡਾਢੇ ਘੂਕ ਸੁੱਤੇ ਹੋਏ ਵਾਂਗ ਆਪ ਦੀ ਜਾਗ ਖੁੱਲ੍ਹੀ ਉੱਠੇ। ਪਰ ਉੱਠਦੇ ਸਾਰ ਹੀ ਦਰਸ਼ਨ ਪਾ ਕੇ ਉੱਧਰੋਂ ਉੱਠੇ ਅਤੇ ਉੱਧਰੋਂ ਗੁਰੂ ਜੀ ਦੇ ਪੈਰਾਂ ਵੱਲ ਹੱਥ ਵਧਾਏ। ਪਰ ਭਾਈ ਜੈ ਰਾਮ ਜੀ ਦਾ ਸੀਸ ਸਤਿਗੁਰੂ ਜੀ ਦੀ ਗੋਦ ਵਿੱਚ ਰੱਖਿਆ ਗਿਆ, ਜਿਸ ਪਰ ਮਿਹਰਾਂ ਦਾ ਹੱਥ ਟਿਕ ਰਿਹਾ ਹੈ, ਢੇਰ ਸਾਰਾ ਚਿਰ ਇੱਥੇ ਪ੍ਰੇਮ ਦੀ ਲੈ ਵਿੱਚ ਲੰਘ ਗਿਆ। ਫਿਰ ਸਾਰੇ ਜਣੇ ਉੱਠੇ ਅਤੇ ਸਹਿਜੇ ਸਹਿਰੇ ਸਹਿਜ ਘਰ ਦੇ ਵਿਹੜੇ ਵਿੱਚ ਆਏ। ਅੱਗੇ ਗਲੀ ਵਿੱਚ ਅਤੇ ਉਹਨਾਂ ਦੇ ਘਰ ਵਿੱਚ ਸਾਖ ਕਬੀਲੇ ਨੇ ਦੀਪਮਾਲਾ ਕਰ ਰੱਖੀ ਸੀ। ਮਾਤਾ ਨੇ ਘਰ ਆਉਣ ਵਧਾਈਆਂ ਵੰਡੀਆਂ, ਫਿਰ ਪਰਿਵਾਰ ਨੇ ਪ੍ਰਸ਼ਾਦ ਛਕਿਆ। ਅੱਧੀ ਰਾਤ ਹੋ ਗਈ, ਭਾਈ ਮਰਦਾਨੇ ਅਤੇ ਸਜਾਦੇ ਨੇ ਕੀਰਤਨ ਆਰੰਭ ਦਿੱਤਾ। ਸਾਰੀ ਰਾਤ ਅਖੰਡ ਕੀਰਤਨ ਵਿੱਚ ਬੀਤ ਗਈ। ਸਿੱਖਾਂ ਦਾ ਗੁਰਪੁਰਬ ਹੋਇਆ ਅਤੇ ਸੰਬੰਧੀਆਂ ਵੱਲੋਂ ਪਿਆਰ ਦੀ ਵਰ੍ਹੇਗੰਢ ਮਨਾਈ ਗਈ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਬੇਬੇ ਜੀ ਅਤੇ ਰਾਏ ਬੁਲਾਰ ਜੀ ਦਾ ਗੁਰੂ ਨਾਨਕ ਆਗਮ ਪਰ ਦਿੱਲੀ ਵਲਵਲਿਆਂ ਦਾ ਇਹ ਨਕਸ਼ਾ ਅਤੇ ਮਾਤਾ ਸੁਲੱਖਣੀ ਜੀ ਦੀ ਜਗਤ ਚੱਲਣ ਦੇ ਲਈ ਦਿੱਲੀ ਭੇਟਾ ਦਾ ਇੱਕ ਨਕਸ਼ਾ ਅੱਗੇ ਦਿੱਤਾ ਹੈ, ਜੋ ਅੱਗੇ ਉਹਨਾਂ ਨੇ ਗੀਤ ਵਿੱਚ ਵਰਣਨ ਕੀਤਾ ਭਾਈ ਵੀਰ ਸਿੰਘ ਜੀ ਨੇ। ਸੋ ਇਹ ਇਸ ਅੱਜ ਦੇ ਵਿਸ਼ੇ ਵਿੱਚ ਆਪਣੀ ਰਚਨਾ 'ਚ ਭਾਈ ਵੀਰ ਸਿੰਘ ਜੀ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਜਦੋਂ ਆਪਣੀ ਉਦਾਸੀਆਂ ਵਿੱਚ ਸਨ ਅਤੇ ਕਿਵੇਂ ਉਹਨਾਂ ਲਈ ਉਹਨਾਂ ਦਾ ਪਰਿਵਾਰ, ਭੈਣ ਜੀ, ਭੈਣ ਬੇਬੇ ਨਾਨਕੀ ਜੀ, ਰਾਏ ਬੁਲਾਰ ਜੀ, ਹੋਰ ਜਿਹੜੇ ਪ੍ਰੇਮ ਕਰਨ ਵਾਲੇ ਲੋਕ ਸੀ, ਕਿਵੇਂ ਉਹ ਵਿਆਕੁਲ ਹੁੰਦੇ ਸੀ, ਕਿਵੇਂ ਉਹਨਾਂ ਦੀ ਉਡੀਕ ਕਰਦੇ ਸੀ। ਅਤੇ ਜਦੋਂ ਗੁਰੂ ਸਾਹਿਬ ਜੀ ਫਿਰ ਆਪਣੇ ਪਿਆਰਿਆਂ ਦੀ ਬੇਨਤੀ ਸੁਣ ਕੇ ਆਏ ਵਾਪਸ ਘਰ, ਅਤੇ ਕਿਵੇਂ ਉਹ ਸਾਰਿਆਂ ਨੂੰ ਮਿਲੇ ਅਤੇ ਕਿਵੇਂ ਸਾਰੇ ਨਗਰ ਦੇ ਲੋਕਾਂ ਨੇ ਖੁਸ਼ੀ ਮਨਾਈ, ਉਹ ਪੂਰਾ ਨਕਸ਼ਾ ਭਾਈ ਵੀਰ ਸਿੰਘ ਜੀ ਨੇ ਆਪਣੀ ਰਚਨਾ ਵਿੱਚ ਬੰਨਿਆ। ਸੋ ਇਹ ਸੀ ਅੱਜ ਦੀ ਵੀਡੀਓ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤਾਂ ਕਿ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।